ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਅਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੋਂ ਮੈਂ ਟੀਵੀ ਦੇ ਫੋਰ ਦੇ ਸਾਹਦੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫਰਸਾਂ ਦੇ ਸੰਚਾਲਕ ਟਾਕਟਰ ਮਰਜੀਨੀ ਸਟੂਡੀਓ 'ਚ ਮੈਨਾਂ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਆਈ ਐਮ ਸ਼ੂਸਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਪਰਚ ਬ ਸੋਹਣੇ ਸਿਆਣੇ ਟੀਵੀ ਟੀ 4 ਦੇ ਈਵਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮੁਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆ ਨੂੰ ਨਮੋ ਨਮੇ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚਾ ਸਾਜੇ ਬੱਚਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 31 ਅਕਤੂਬਰ 2023 17 ਕੱਟ ਤੱਕ ਨਾਨਕ ਸ਼ਾਇ ਇਸ ਸੰਬੰਧ 555 ਦਾ ਦਿਨ ਹੈ ਤੇ ਅਰਸਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਦਰਅੰਦਾਜ਼ੀ ਵਿਊਅਰਸ ਆ ਜੇ ਤੁਸੀਂ ਹਾਕ ਸਾਚੇ ਇਨਸਾਫ ਤੇ ਪਿਆਰ ਦਿੰਦਾ ਇੱਕੋ ਇੱਕ ਚੈਨਲ ਟੀਵੀ ਇਹਦੀ ਫੋਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਮ ਕੇਬਲ ਆਰਸਿੰਨ ਕੇਬਲ ਬੈਲਫਰਮ ਕੰਡਾ ਰੋਕੂ ਜਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਇਹਦੀ ਫੋਰਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਦੇ ਤੁਸੀਂ ਟੀਵੀ ਦੇ ਫੋਨ ਨੂੰ ਦੇਖ ਸਕਦੇ ਹੋ ਵੀਅਰਸ ਆ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਾਨੂੰ ਵੱਧ-ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਐ ਸਾਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਆਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਸਰਦਾਰ ਜਸਵੰਤ ਸਿੰਘ ਜਗਵੰਤ ਸਿੰਘ ਵਿਰਦੀ ਜਰਾਵਲੂ ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਗਾ ਕੀਤੀ ਹੈ ਕਿ ਤੁਸੀਂ ਕੌਮਲੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਔਰ ਦਰਸ਼ਕਾਂ ਨੂੰ ਅਪੀਲ ਅਤੇ ਬੇਨਤੀ ਵੀ ਕੀਤੀ ਹੈ ਕਿ ਉਹ ਵਾਦ-ਵਦ ਟੀਵੀ ਲਈ ਫੋਰ ਦੀ ਮਾਈਕ ਸਾਥਾ ਕਰਨ ਸੋ ਆਈ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਵੰਤ ਸਿੰਘ ਵਿਰਦੀ ਔਰੰਡਾ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਅਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵਾਦ-ਵਦ ਸਪਾਂਸਰ ਕੋ ਸਪਾਂਸਰਸ਼ਿਪ ਲਈ ਦੂਸਰਾਂ ਨਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫੈਕਟੀਵੀ4@tv.in ਸੋ ਵੀਰਜ਼ ਦਿ ਪਾਲਿਸ ਅਗਮਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਅੱਜ ਦੇ ਇਤਿਹਾਸਕ ਦਿਨ ਬਾਰੇ ਕਿ ਅੱਜ 31 ਅਕਤੂਬਰ ਦਾ ਦਿਨ ਨਾ ਸਿਰਫ ਸਿੱਖ ਇਤਿਹਾਸ ਦਾ ਮਾਨਮਤਾ ਦਿਨ ਹੈ ਪਰ ਇਸ ਮੁੱਚੀ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਹਿਮਿਤ ਭਰਿਆ ਦਿਨ ਵੀ ਹੈ ਸੋ ਇਸਾਈ ਮਤਜਬ ਵਿੱਚ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਦਾ ਸਿਧਾਂਤ ਅਕਾਲ ਪੁਰਖ ਦੀ ਖਾਲਸਾ ਪੌਂਚ ਦਾ ਸਿਧਾਂਤ ਜ਼ਾਲਮਾਂ ਨੂੰ ਸਜ਼ਾ ਜ਼ਾਫਤਾ ਕਰਨਾ ਹੈ ਸੋ ਅੱਜ ਦੇ ਦਿਨ ਅਸ਼ੀਦ ਪਾਈ ਬੀਨ ਸਿੰਘ ਅਤੇ ਅਸ਼ੀਦ ਪਾਈ ਸਤਵੰਦ ਸਿੰਘ ਨੇ ਕਲੂਕਾਰਾ 84 ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸੋਧਿਆ ਸੀ ਔਰ ਪਾਈ ਬੀਨ ਸਿੰਘ ਔਰਾਂ ਨੂੰ ਮੌਕੇ ਤੇ ਸ਼ਹੀਦ ਕਰ ਦਿੱਤਾ ਗਿਆ ਸੀ ਭਾਈ ਸਤਵੰਦ ਸਿੰਘਾਂ ਤੇ ਭਾਈ ਕੇਰ ਸਿੰਘ ਜੁਰਾ ਨੂੰ 6 ਜਨਵਰੀ 1999 ਵਾਲੇ ਦਿਨ ਤਿਹਾਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਵੀਵਰਜ਼ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਸ਼ਹੀਦ ਭਾਈ ਬੀਨ ਸਿੰਘ, ਭਾਈ ਸਤਵੰਦ ਸਿੰਘ, ਭਾਈ ਕੇਰ ਸਿੰਘ ਅਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀਰਾਂ ਦੇ ਨਾਂ ਕੱਢਦੇ ਆ। ਸੋ ਸਾਡਾ ਕੋਟ ਕੋਟ ਪ੍ਰਣਾਮ ਹੈ ਇਹਨਾਂ ਸਾਰੇ ਸ਼ਹੀਦਾਂ ਨੂੰ। ਸੋ ਇਸ ਦੇ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਸਾਡੇ ਵੀਰ ਸਾਜਗਵੰਦ ਸਿੰਘ ਵਰਦੀ ਜੀ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਅੱਛਾ ਆਪਣੀ ਟ੍ਰਾਂਟੋ ਫੇਰੀ ਦੌਰਾਨ ਸਾਨੂੰ ਇਹਨਾਂ ਦਾ ਸਾਥ ਕਰਨ ਦਾ ਮੌਕਾ ਵੀ ਬਣਿਆ ਔਰ ਬੜੇ ਪਿਆਰੇ ਗੁਰਸਿੱਖ ਨੇ ਔਰ ਪੰਥਕ ਜ਼ਜ਼ਬਾ ਰੱਖਦੇ ਨੇ ਤੇ ਇਹ ਜਿਹੜੇ ਬਿਲਕੁਲ ਪਿੱਛੇ ਰਹਿ ਕੇ ਸੇਵਾ ਕਰਦੇ ਨੇ ਲੇਕਿਨ ਜਿਨ੍ਹਾਂ ਦੇ ਅੰਦਰ ਲਗਾਤਾਰਤਾ ਨਾਲ ਇਹਨਾਂ ਸਾਰੇ ਵਰਿਆਂ 'ਚ ਅਸੀਂ ਖਾਲਸਾਣ ਦੀ ਤਲਬ ਖਾਲਸਾਣ ਦੇ ਲਈ ਕਮਿਟਮੈਂਟ ਦੇ ਕਿਉਂ ਨਾ ਚੋ ਇਹ ਵੀਰ ਵੀ ਨੇ ਔਰ ਇਸ ਪਿੱਛੇ ਰਹਿ ਕੇ ਗੁਪਤ ਸੇਵਾ ਕਰਨ ਵਾਲੇ ਵੀਰਾਂ 'ਚੋਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆ ਅੱਜ ਦਾ ਦਿਨ ਸੱਚ ਪੂੰਚੀ ਕੱਲਾ ਸਿੱਖ ਇਤਿਹਾਸ ਲਈ ਨਹੀਂ ਇਨਸਾਨੀ ਹਿਸਟਰੀ ਦਾ ਵੀ ਇੱਕ ਬੜਾ ਅਹਿਮ ਦਿਨ ਹੈ ਜੀ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਮਨੁੱਖੀ ਤਾਰੀਖ ਜਾਂ ਇਨਸਾਨੀ ਤਾਰੀਖ ਜਿਹੜੀ ਤੁਸੀਂ ਸਿਵਲਾਈਜ਼ੇਸ਼ਨ ਅੰਦਾਜ਼ ਦੇ ਨਾਲ 8000 ਸਾਲ ਪਹਿਲਾਂ ਜਾ ਸਕਦੇ ਹਾਂ ਡਿਬਰਲੀ ਹਮ ਉਸ ਦੇ ਵਿੱਚ ਹਰ ਕਬੀਲੇ ਦਾ ਜਾਂ ਹਰ ਖਿੱਤੇ ਦਾ ਆਪਣਾ ਮਾਨਮਤਾ ਇਤਿਹਾਸ ਹੈ ਮਜ਼ਬਦ ਜਦੋਂ ਹੋਣ ਦੇ ਵਿੱਚ ਆਏ ਇੰਡੀਵਿਜੂਅਲ ਤੋਂ ਨਿਕਲ ਕੇ ਕਬੀਲਾ ਬਣਿਆ ਕਬੀਲਿਆਂ ਚੋਂ ਫਿਰ ਅਸੀਂ ਦੇਖਦੇ ਆ ਕਿ ਵੱਡਾ ਦਾਇਰਾਕਾਰ ਫਿਰ ਅੰਪਾਇਰ ਬਣੇ ਹਮਮ ਔਰ ਮਜ਼ਬਾਂ ਦੇ ਨਾਂ ਥੱਲੇ ਬਹੁਤ ਵਾਰ ਜਦੋਂ ਮਜ਼ਹਬ ਦਾ கான்ਸੈਪਟ ਆਂਦਾ ਹੈ ਤੇ ਫਿਰ ਕਬੀਲਾ ਔਰ ਪਰਿਵਾਰ ਪਿੱਛੇ ਰਹਿ ਜਾਂਦਾ ਹੈ ਲੇਕਿਨ ਸਿੱਖੀ ਦੇ ਵਿੱਚ ਜਦੋਂ ਅਸੀਂ ਮਜ਼ਹਬ ਔਰ ਇਨਸਾਨੀਅਤ ਇਟ ਟ੍ਰੇਟਸ ਨੂੰ ਦੇਖਦੇ ਆ ਤੇ ਫਿਰ ਸਿੱਖੀ ਦੇ ਟ੍ਰੇਟਸ ਈਵਨ ਇਸ ਸਭ ਤੋਂ ਵੀ ਅਬੋਵ ਚਲੇ ਜਾਂਦੇ ਨੇ ਉਹ ਰੱਬ ਦੇ ਵਿੱਚ ਯਕੀਨ ਰੱਖਣ ਵਾਲਾ ਸਿੱਖ ਜਿਸ ਨੂੰ ਹਦਾਇਤ ਗੁਰੂ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਦਿੱਤੀ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦیدار ਖਾਲਸੇ ਦਾ ਹੂੰ ਸੋ ਖਾਲਸਾ ਜੇ ਉਹ ਸ਼ਹਾਦਤ ਦਾ ਰਸਤਾ ਚੁੜਦਾ ਤੇ ਉਸ ਦੇ ਲਈ ਕੋਈ ਇਸ ਕਿਸਮ ਦੀ ਲਾਲਚ ਨਹੀਂ ਹੈ ਕਿ ਉਸ ਨੇ ਕਿਸੇ ਖਾਸ ਸਵਰਗ ਨੰਬਰ ਚ ਜਾਣਾ ਹੈ ਕਿਸੇ ਖਾਸ ਕਿਸਮ ਦੀਆਂ ਰਿਆਇਤਾਂ ਜਿਹੜੀਆਂ ਉਸ ਨੂੰ ਅਗਲੀ ਦੁਨੀਆ ਚ ਮਿਲਣੀਆਂ ਨੇ ਉਸ ਲਈ ਉਹਨੇ ਕੁਰਬਾਨ ਹੋਣੇ ਹੂੰ ਉਹ ਮੈਜ਼ ਦੁਨਿਆਵੀ ਕਿਸੇ ਲਾਲਚ ਵਾਸਕੇ ਭਾਈ ਕਿਸੇ ਦਾ ਨੁਕਸਾਨ ਕਰਕੇ ਉਸ ਨੇ ਕੋਈ ਦੁਨਿਆਵੀ ਫਾਇਦਾ ਚੁੱਕਣਾ ਪੀਐਸ ਵੀ ਉਸ ਦਾ ਯਕੀਨ ਨਹੀਂ ਹੈ ਔਰ ਉਸ ਦਾ ਉਸ ਦੀ ਸਾਰੀ ਪ੍ਰੋਗਰਾਮਿੰਗ ਜੇ ਅਸੀਂ ਪਹਿਲੇ ਪਾਤਸ਼ਾਹ ਗੁਰੂ ਰਣਕ ਸਾਹਿਬ ਤੋਂ ਦਸਵੇਂ ਪਾਤਸ਼ਾਹ ਤੱਕ ਦੇਖੀਏ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਹੁੰਦੀ ਹੈ ਔਰ 230 ਵਰਿਆਂ ਦੇ ਇਸ ਪ੍ਰੋਗਰਾਮਿੰਗ ਵਾਲੇ ਪੀਰੀਅਡ ਦੇ ਵਿੱਚ ਸਿੱਖ ਨੂੰ ਹਰ ਪੱਖ ਤੋਂ ਜਿਹੜਾ ਕਿ ਰੱਬੀ ਗੁਣਾ ਵਾਲੇ ਪੱਖ ਨੇ ਉਹਨਾਂ ਦੇ ਨਾਲ ਸਤਿਗੁਰਾਂ ਨੇ ਮਾਲਾ ਮਾਲ ਕੀਤਾ ਔਰ ਇਸੇ ਚੋਂ ਹੀ ਜਦੋਂ ਦਸਵੇਂ ਪਾਤਸ਼ਾਹ ਨੇ ਪੰਜ ਕਕਾਰੀ ਰੂਪ ਦੇ ਵਿੱਚ ਖਾਲਸੇ ਦਾ ਉਹ ਰੂਪ ਜਗਜ਼ਾਰ ਕੀਤਾ ਤੇ ਫਿਰ ਆਪਨੇ ਫਰਮਾਇਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਹੁਣ ਜਦੋਂ ਅਸੀਂ ਮੌਜ ਲਫ਼ਜ਼ ਕਹਿੰਦੇ ਆਂ ਦੁਨਿਆਵੀ ਤੌਰ ਤੇ ਵੀ ਅਸੀਂ ਕਈ ਵਾਰ ਖੁਸ਼ੀ ਦੇ ਮੌਕੇ ਵੀ ਔਰ ਜਾਂ ਜਦੋਂ ਆਮ ਐਕਸਪ੍ਰੈਸ਼ਨ ਦੇ ਵਿੱਚ ਵੀ ਕਿਹਾ ਜਾਂਦਾ ਜਾਓ ਭਾਈ ਡੁੱਡੀਆਂ ਪਾਓ ਮੌਜਾਂ ਕਰੋ ਤੇ ਜਦੋਂ ਤੁਸੀਂ ਆਪਣੇ ਮਨ ਦੀ ਸਥਿਤੀ ਦੇਖਦੇ ਹੋ ਜਿਹੜੀ ਮੌਜ ਦੀ ਸਥਿਤੀ ਹੁੰਦੀ ਹੈ ਜਦੋਂ ਤੁਸੀਂ ਦੁੱਖ ਔਰ ਸੁਖ ਤੋਂ ਵੀ ਬਿਯੋਂਡ ਹੁੰਦੇ ਹੋ ਇੱਕ ਆਪਣੇ ਕਿਸਮ ਦੀ ਤੁਹਾਡੀ ਬਲਿਸ ਹੁੰਦੀ ਹੈ ਇੱਕ ਆਪਣੀ ਕਿਸਮ ਦਾ ਆਨੰਦ ਹੁੰਦਾ ਹੈ ਇੱਕ ਆਪਣੇ ਕਿਸਮ ਦਾ ਚਾਹ ਹੁੰਦਾ ਹੈ ਤੇ ਜਦੋਂ ਸੱਚਮੁੱਚ ਅਕਾਲ ਪੁਰਖ ਜਿਹੜਾ ਅਕਾਲ ਪੁਰਖ ਰਬুল ਆਲਮੀਨ ਹੈ ਸਾਰੇ ਆਲਮ ਦਾ ਰੱਬ ਹੈ ਕੁਲ ਕਾਇਨਾਤ ਇਸਦੇ ਹੁਕਮ ਚ ਹੈ ਉਹ ਇੱਕ ਕੌਨਸਟੈਂਟ ਵਹਾਵਾਂ ਵਗਣ ਵਾਲੀ ਜਿਹੜੀ ਹੈ ਉਹ ਪਰਮਾਤਮਾ ਹੈ ਲੇਕਿਨ ਉਸ ਦੀ ਪਰਮਾਤਮਾ ਜਿਹੜੀ ਉਸ ਮੌਜ ਦੇ ਵਿੱਚ ਜਦੋਂ ਕਿਸੇ ਖਾਸ ਚ ਆਈ ਤੇ ਫਿਰ ਇਹ ਖਾਲਸੇ ਦਾ ਰੂਪ ਅਕਾਲ ਪੁਰਖ ਦੀ ਫੌਜ ਉਸ ਨੇ ਆਪਣੀ ਜਿਹੜੀ ਹੈ ਕੱਲਾ ਇਹ ਨਹੀਂ ਕ੍ਰਿਸਚੀਅਨਿਟੀ ਨੇ ਤਾਂ ਰੱਬ ਨੂੰ ਇਨਸਾਨ ਦੇ ਇਮੇਜ ਚ ਪੈਦਾ ਕਰਨ ਦੀ ਗੱਲ ਕੀਤੀ ਪਰ ਇੱਥੇ ਜਦੋਂ ਫੌਜ ਲਫ਼ਜ਼ ਅਸਲ ਸੀ ਕਹਿੰਦੇ ਗੁਜ਼ਾਰ ਹੈ ਦੁਨਿਆਵੀ ਫੌਜ ਦੀ ਜਦੋਂ ਗੱਲ ਹੁੰਦੀ ਹੈ ਤੇ ਫੌਜਾਂ ਲੜਾਈ ਪੜਾਈ ਲਈ ਹੁੰਦੀਆਂ ਨੇ ਜੀ ਫੌਜਾਂ ਕਬਜ਼ੇ ਲੈਣ ਕਬਜ਼ੇ ਛਡਾਣ ਜਾਂ ਜੇ ਕਬਜ਼ਾ ਕੀਤਾ ਉਹਨੂੰ ਡਿਫੈਂਡ ਕਰਨ ਲਈ ਹੁੰਦੀਆਂ ਨੇ ਬਿਲਕੁਲ ਪਰ ਇੱਥੇ ਜਿਹੜੀ ਅਕਾਲ ਪੁਰਖ ਦੀ ਫੌਜ ਦੇ ਰੂਪ ਦੇ ਵਿੱਚ ਪੰਜ ਕਕਾਰੀ ਖਾਲਸੇ ਦੀ ਹੋਂਦ ਨੂੰ ਜਿਹੜਾ ਉਹ ਗੁਰੂ ਸਾਹਿਬ ਨੇ ਸਥਾਪਿਤ ਕੀਤਾ ਉਸ ਦੇ ਜ਼ਮੇ ਫਿਰ ਕੰਮ ਵੀ ਅਕਾਲੀ ਲਾਏ ਜਿਹੜੇ ਅਕਾਲ ਦੇ ਕੰਮ ਨੇ ਹੁਣ ਅਕਾਲ ਦਾ ਕੀ ਹੈ ਅਕਾਲ ਦਾਏ ਆ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਂਹੇ ਕਿ ਇਹ ਧਰਤੀ ਤੇ ਸਵਿਜ ਧਰਤੀ ਥਾਪ ਰੱਖੀ ਤੁਹਾਨੂੰ ਸਾਲ ਤੇ ਸਵਿਜ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕਨ ਇਹ ਜਿਹੜੀ ਡਾਈਵਰਸ ਸਾਰੀ ਕ੍ਰिएशन ਹੈ ਕਿ ਸਮਸਤਲ ਜ਼ੁਬਾਨ ਹੈ ਕਿ ਸਾਹਿਬ ਕਿਰਾ ਹੈ ਕਿ ਕਿੰਨੀਆਂ ਜ਼ਮਾਨਾ ਵਾਲੀ ਇਹ ਧਰਤੀ ਕਿੰਨੀਆਂ ਬੋਲੀਆਂ ਬੋਲਣ ਵਾਲੇ ਲੇਕਿਨ ਇੱਥੇ ਗੁਰੂ ਸਾਹਿਬ ਨੇ ਜਦੋਂ ਇਸ ਧਰਤੀ ਦੀ ਗੱਲ ਕੀਤੀ ਕਿ ਭਾਈ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਨ ਕਿੰਨੀਆਂ ਬੋਲੀਆਂ ਨੇ ਕਿੰਨੀਆਂ ਫਾਰਮ ਆਫ ਲਾਈਵਸ ਨੇ ਕਿੰਨੇ एंपਾਇਰ ਕਿੰਨੇ ਰਾਜੇ ਨੇ ਹੁਣ ਉਹ ਆਲਰੇਡੀ 1469 ਤੋਂ ਪਹਿਲਾਂ ਵੀ ਐਗਜ਼ਿਸਟ ਕਰਦੇ ਸੀ ਫਿਰ ਇਹ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਇਹ ਥਾਟ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਜਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾਇ ਉਹਨੇ ਉੱਤਮ ਪੰਥ ਨਿਰਮਲ ਪੰਥ ਨਿਰਾਲਾ ਪੰਥ ਜਿਹੜਾ ਖਾਲਸਾ ਪੰਥ ਦੇ ਰੂਪ ਦੇ ਵਿੱਚ ਫਾਈਨਲ 1699 ਨੂੰ ਸਾਹਮਣੇ ਆਂਦਾ ਉਸ ਦੇ जिम्मे ਕੰਮ ਲਾਇਆ ਹੋਇਆ ਅਕਾਲ ਪੁਰਖ ਨੇ ਜਿਹੜਾ ਕੰਮ ਅਕਾਲ ਪੁਰਖ ਜਿਹੜਾ ਬਹੁਤ ਮਜ਼ਬੀ ਥਾਟਸ ਦੇ ਵਿੱਚ ਜਸਟਿਸ ਦੀ ਗੱਲ ਹੈ ਹਿਸਾਬ ਹੋਣਾ ਹੈ ਨਰਕ ਸਵਰਗ ਦਾ ਬਹਿਸ਼ਤ ਦੋਜ਼ਖ ਦਾ ਇਸ ਦਾ ਇਸ ਧਰਤੀ ਦੇ ਉੱਤੇ ਜੇ ਉਸ ਇਨਸਾਫ ਨੂੰ ਡਿਲੀਵਰ ਕਰਨ ਦੀ ਜ਼ਿੰਮੇਵਾਰੀ ਜਾਂ ਸੇਵਾ ਤੇ ਉਹ ਆਪਣੀ ਫੌਜ ਦੇ ਜ਼ਿੰਮੇ ਲੈ ਆਏਗਾ ਉਹ ਖਾਲਸੇ ਦੇ ਜ਼ਮੇ ਗੁਰੂ ਨੇ ਲਾਇਆ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਤ ਕੋ ਗਾਲੇ ਹੁਣ ਇੱਥੇ ਕੋਈ ਜਾਤ ਰੰਗ ਨਸਲ ਧਰਮ ਦਾ ਵਿਤਕਰਾ ਨਹੀਂ ਹੈ ਹਮ ਖਾਲਸੇ ਨੇ ਹਰ ਉਸ ਨੂੰ ਪ੍ਰੋਟੈਕਸ਼ਨ ਦੇਣੀ ਹੈ ਕਿਉਂਕਿ ਅਕਾਲ ਪੁਰਖ ਉਹਨਾਂ ਦੇ ਵਿੱਚ ਵਸਦਾ ਹੈ ਜਿਹਨੂੰ ਦੁਨੀਆਂ ਨਕਾਰਦੀ ਹੈ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਅਸੂ ਪਿਆਰੀ ਇਸ ਲਈ ਖਾਲਸਾ ਨਿਰਦੰ ਦੇ ਨਾਲ ਖੜਾ ਨਿਮਾਣਿਆਂ ਦੇ ਨਾਲ ਖੜਾ ਨਿਤਾਣਿਆਂ ਦੇ ਨਾਲ ਖੜਾ ਤੇ ਜਿਹੜੇ ਉਹਨਾਂ ਨੂੰ ਨਿਮਾਣੇ ਨਿਤਾਣੇ ਬਣਾਉਂਦੇ ਨੇ ਜੀ ਉਹ ਜ਼ਾਬਰ ਜ਼ੁਲਮ ਕਰਨ ਵਾਲੇ ਉਹਨਾਂ ਨੂੰ ਸਜ਼ਾ ਯਾਫਤਾ ਕਰਨਾ ਇਸ ਲਈ ਕਿਉਂਕਿ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਇਹ ਧਰਤੀ ਭਲੇ ਲੋਕਾਂ ਦੇ ਲਈ ਹੈ ਇੱਥੇ ਜੇ ਤਸਕਰ ਚੋਰ ਆ ਕੇ ਜਿਹੜਾ ਉਹ ਕਬਜ਼ਾ ਕਰੇਗਾ ਜਾਂ ਚੋਰ ਧੜਵੀ ਤੱਕੇ ਦੇ ਨਾਲ ਜਿਹੜਾ ਇਨਜਸਟਿਸ ਕਰੇਗਾ ਤੇ ਖਾਲਸਾ ਉਸ ਦੀ ਬਾਹ ਫੜੇਗਾ ਜਿਸ ਦੇ ਨਾਲ ਤੱਕਾ ਹੋ ਰਿਹਾ ਹੈ ਔਰ ਇਹੀ ਜਦੋਂ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭ ਅਵਲੋਕ ਚ ਪੈਗੇ ਉਹ ਸਿਸਟਮ ਕ੍ਰੀਏਟ ਕਰਨਾ ਜਿੱਥੇ ਭਲੇ ਲੋਕ ਰੱਬ ਦੇ ਬੰਦੇ ਸਾਧ ਸਮੂਹ ਪ੍ਰਸੰਨ ਫਿਰੈ ਜ ਇਸ ਬਿਲਕੁਲ ਆਜ਼ਾਦਾਨਾ ਤੌਰ ਤੇ ਬਿਨਾ ਖੌਫ ਬਿਨਾ ਡਰ ਤੋਂ ਵਿਚਰ ਸਕਣ ਔਰ ਸ਼ਤਰੂ ਨੂੰ ਦੁਸ਼ਮਨ ਨੂੰ ਟਾਇਰੈਂਟ ਨੂੰ ਜ਼ਾਬਰ ਨੂੰ ਜ਼ਾਲਮ ਨੂੰ ਹਮ ਸ਼ੁੱਧ ਕਰਨਾ ਬਿਲਕੁਲ ਹੁਣ ਜਦੋਂ ਅਸੀਂ ਅੱਜ ਸਾਡੇ ਬਹੁਤ ਸਾਰੇ ਵੀਰ ਪੈਣਾ ਟਾਈਟਲ ਦੇਖਣਗੇ ਕਿ ਭਾਈ ਡਰਟੀ ਇੰਦਰਾ ਗਾਂਧੀ ਪਿਊਰੀਫਾਈਡ ਬਾਈ ਗੁਰੂ ਕੇ ਸਿੰਘ ਹਮ ਹੁਣ ਪਿਊਰੀਫਾਈਡ ਕੀ ਹੈ ਜਦੋਂ ਅਸੀਂ ਸੋਧਣਾ ਲਫ਼ਜ਼ ਹੁਣ ਇਨਾ ਕਾਮਨ ਹੈ ਪਰ ਸ਼ਾਇਦ ਬਹੁਤ ਘਟ ਜਾਣਦੇ ਹੋਣ ਕਿ ਵੀ ਇਸ ਦਾ origin ਸੰਸਕ੍ਰਿਤ ਲਫ਼ਜ਼ ਸ਼ੋਧਨ ਵਿੱਚ ਆ ਜਿਹਦੇ ਤੋਂ ਸ਼ੁੱਧ ਜਦੋਂ ਅਸੀਂ ਪਿਓਰ ਲਫ਼ਜ਼ ਕਹਿੰਦੇ ਹਾਂ ਉਹਦੇ ਲਈ ਇਸੀ ਸ਼ੁੱਧ ਲਫ਼ਜ਼ ਕਹਿੰਦੇ ਆ ਉਹ ਸ਼ੋਧਨ ਚੋਂ ਹੀ ਜਦੋਂ ਵੀ ਕਿਸੇ ਚੀਜ਼ ਦਾ ਔਰ ਜਿਹੜੀਆਂ ਇਹਨਾਂ ਦੀ ਇੰਡੀਅਨ ਮੈਡੀਸਿਨਸ ਵੀ ਕੁਝ ਜਿਹੜੇ ਜਿਹਨਾਂ ਤਾਤੂਆਂ ਨੂੰ ਮਾਰਿਆ ਜਾਂਦਾ ਉਹਦਾ ਸ਼ੋਧਨ ਕਰਨਾ ਹੀ ਕਿਹਾ ਜਾਂਦਾ ਹੁਣ ਇਹ ਹੈ ਕਿ ਉਹਨੂੰ ਪਿਉਰੀਫਾਈ ਕਰਨਾ ਹੁਣ ਡਰਟ ਜਦੋਂ ਮਾਈਂਡ ਦੇ ਵਿੱਚ ਆਂਦਾ ਹੈ ਉਹ ਪਾਵਰ ਦਾ ਹੋਏ ਉਹ ਬਦਲੇ ਦਾ ਹੋਏ ਉਹ ਸਬਕ ਸਖਾਣ ਦਾ ਹੋਏ ਉਹ ਕਿਸੇ ਨੂੰ ਨੀਵਾ ਦਿਖਾਣ ਦਾ ਹੋਏ ਇਹੀ ਡਰਟ ਹੈ ਜਦੋਂ ਤੁਸੀਂ ਡਰਟ ਕਹਿੰਦੇ ਹੈ ਡਰਟ ਬਾਹਰ ਲਾ ਤਾਂ ਜਨਵਰੀ ਮਰਜ਼ੀ ਕੋਈ ਨਾਏ ਜਾਂ ਪਰਫਿਊਮ ਦੇ ਨਾਲ ਖੁਸ਼ਬੂਆਂ ਛੱਡੇ ਪਰ ਗੱਲ ਤੁਹਾਡੇ ਟੀਮੇਟ ਦੀ ਡਲਟੀ ਮਾਈਂਡ ਦੀ ਹੈ ਜੀ ਜਦੋਂ ਤੁਹਾਡੇ ਮਾਈਂਡ ਦੇ ਅੰਦਰ ਡਰਟ ਭਰਿਆ ਹੋਇਆ ਤੇ ਫੇਰ ਹਾਲਾਂ ਜਦੋਂ ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਹੈ ਕ੍ਰਿਸਚੀਅਨਿਟੀ ਜਦੋਂ ਇਸ ਨੂੰ ਡਿਸਕ੍ਰਾਈਬ ਕਰਦੇ ਔਰ ਡਿਫਰੈਂਟਲੀ ਕਰਦੇ ਔਰ ਕਈ ਵਾਰ ਸਾਡੇ ਵੀ ਜਦੋਂ ਕਈ ਲੈਕਚਰਾਰ ਜਾਂ ਰਾਗੀ ਢਾਡੀ ਇਹ ਕਹਿਣ ਲੱਗਿਆਂ ਕੋਟ ਕਰਨਗੇ ਕਿ ਜੀ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਬਹੁਤ ਵਾਰ ਕ੍ਰਿਸਚੀਅਨਿਟੀ ਦੇ ਇਸ ਜਿਹੜਾ ਉਹਨਾਂ ਦਾ ਆਰਡਰ ਹੈ ਉਸ ਦੀ ਪੰਜਾਬੀ ਟਰਾਂਸਲੇਸ਼ਨ ਕੀਤੀ ਹੋਈ ਸਿਨਕਲਸ ਦਾ ਸਿਨ ਉਹਦਾ ਹੁੰਦਾ ਹੈ ਜੀ ਕਿਸੇ ਨੂੰ ਤੁਸੀਂ ਕੁਝ ਨਹੀਂ ਹਾਰਮ ਕਰਨਾ ਤੁਸੀਂ ਤਾਂ ਕੋਈ ਤੁਹਾਡੀ ਗੱਲ ਦੇ ਉੱਤੇ ਇੱਕ ਪਾਸੇ ਚਪੇੜ ਮਾਰੇ ਤੁਸੀਂ ਦੂਸਰੀ ਗੱਲ ਅੱਗੇ ਕਰ ਦਿਓ ਸਿਨਕਿਲ ਦਾ ਸਿਨਰ ਵੀ ਆਪਣੇ ਆਪ ਹੀ ਸਿਨਰ ਜਿਹੜਾ ਉਹ ਆਪਣੇ ਪਾਪ ਦੇ ਭਾਰ ਨਾਲ ਜਿਹੜਾ ਉਹ ਜਿਹੜਾ ਪਰ ਸਿੱਖੀ ਇਹ ਯਕੀਨ ਕਰਦੀ ਹੈ ਕਿ ਭਾਈ ਇਹ ਜਿਹੜਾ ਅਕਾਲ ਪੁਰਖ ਦਾ ਨਿਯਮ ਹੈ ਖਾਲਸੇ ਦਾ ਇਹ ਕਰ ਕਰੈ ਸੋ ਇਹ ਕਰ ਪਾਏ ਜਿਹੜਾ ਇਸ ਯੁੱਗ ਦਾ ਡਿਸਪਲਨ ਹੈ ਜੀ ਉਹਦੇ ਚ ਜਿਹੜਾ ਜ਼ੁਲਮ ਕਰਨ ਵਾਲਾ ਉਸ ਨੂੰ ਸਜ਼ਾ ਯਾਫਤਾ ਕਰਨਾ ਖਾਲਸੇ ਦਾ ਹਿੱਸੇ ਆਇਆ ਇਹ ਖਾਲਸੇ ਦਾ ਫਰਜ਼ ਹੈ اور ਇਹੀ ਜਦੋਂ ਅੱਜ ਅਸੀਂ 31 ਅਕਤੂਬਰ ਨੂੰ ਯਾਦ ਕਰ ਰਹੇ ਹਾਂ insani itihas ਦਾ ਇਸ ਲਈ ਦਿਨ ਕਿਉਂਕਿ ਜਿਸ ਡਰਟ ਨੂੰ ਜਿਸ ਗੰਦ ਨੂੰ ਅੱਜ ਪਿਉਰੀਫਾਈ ਕੀਤਾ ਸ਼ਹੀਦ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਨੇ ਉਹ ਸਿਰਫ ਸਿੱਖ ਕੌਮ ਦੇ ਉੱਪਰ ਜੂਨ 84 ਦਾ ਘੱਲੂ ਘਾਰਾ ਵਰਤੋਂ ਵਾਲੀ ਨਹੀਂ ਸੀ ਉਸ ਦੇ ਜ਼ਬਰ ਜ਼ੁਰਮਦਾਰ ਸ਼িকার ਉਸ ਵੇਲੇ ਦੇ ਸਾਰੇ ਹੀ ਲੋਕ ਉਸ ਖਿੱਤੇ ਦੇ ਜਿਨ੍ਹਾਂ ਨੇ ਐਮਰਜੈਂਸੀ ਦਾ ਸੰਤਾਪ ਵੀ ਹੰਡਾਇਆ ਜਿਨ੍ਹਾਂ ਨੇ ਉਸ ਤੋਂ ਪਹਿਲਾਂ ਜੋ ਭਵਿਕਦੀ ਤਬਾਹੀ ਦਾ ਜਿਸ ਨੇ ਸਮਾਨ 1974 ਦੇ ਵਿੱਚ ਪਹਿਲਾ ਐਟੋਮਿਕ ਤਜਰਬਾ ਕਰਕੇ ਰੱਖਿਆ ਜਿਨੇ ਅਸਾਮ ਦੇ ਵਿੱਚ ਬੇਕਿਰਕੀ ਦੇ ਨਾਲ ਕਿਸ ਕਿਸਮ ਦਾ ਜੋ ਵਰਤਾਰਾ ਕੀਤਾ ਔਰ ਕਲਾ ਹੀ ਨਹੀਂ ਕਿ ਮਿਜ਼ੋਰਮ ਦੇ ਵਿੱਚ ਕਿਵੇਂ ਉਸ ਪੀਰੀਅਡ ਦੇ ਵਿੱਚ ਜਿਹੜੀ ਹੈ 에ਅਰ ਫੋਰਸ ਸਿਸਟਮ ਹਾਲ ਕਰਕੇ ਬੰਬਾਰਡਮੈਂਟ ਦੇ ਨਾਲ ਕਿੰਨੇ ਲੋਕਾਂ ਨੂੰ ਮਾਰਿਆ ਔਰ ਅਕਾਲ ਤਖਤ ਤੇ ਹਮਲਾ ਕੀਤਾ ਹੁਣ ਜਿਹੜੀਆਂ ਅਖੀਰਲੇ ਦੋ ਪਾਰਟ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਰਿੰਦਰ ਮੋਦੀ ਨੇ ਲੇਟੈਸਟ ਡਿਬੇਟ ਜਿਹੜੀ ਇੰਡੀਅਨ ਪਾਰਲੀਮੈਂਟ ਦੇ ਵਿੱਚ ਹੋਈ ਜਦੋਂ ਸਰਕਾਰ ਦੇ ਖਿਲਾਫ ਜਿਹੜਾ ਬੇਵਿਸ਼ਵਾਸੀ ਦਾ ਮਤਾ ਨੋ ਕਨਫੀਡੈਂਸ ਮੋਸ਼ਨ ਲਿਆਂਦਾ ਗਿਆ ਤੇ ਇਹ ਮੋਦੀ ਨੇ ਉਸ ਆਪਣੇ ਡਿਫੈਂਸ ਦੇ ਵਿੱਚ ਇੰਦਰਾ ਗਾਂਧੀ ਵੱਲ ਇਸ਼ਾਰਾ ਕਰਦੇ ਆ ਕਿਹਾ ਕਿ ਭਾਈ ਉਸ ਨੇ ਆਪਣੀ 에ਅਰ ਫੋਰਸ ਰਾਹੀਂ ਮਿਜ਼ੋਰਮ ਦੇ ਵਿੱਚ ਬੰਬਾਰੀ ਵੀ ਕੀਤੀ ਸੀ ਔਰ ਅਕਾਲ ਤਖਤ ਤੇ ਹਮਲਾ ਵੀ ਕੀਤਾ ਸੀ ਸੋ ਇਹ ਕਿਉਂਕਿ ਦੇਖੋ ਕੁਝ ਚੀਜ਼ਾਂ ਜਿਉਂ-ਜਿਉਂ ਸਮੇਂ ਦੀਆਂ ਸਮਾਂ ਅੱਗੇ ਜਾਂਦਾ ਹੈ ਜਾਂ ਬੀਤੇ ਦੀਆਂ ਪਰਤਾਂ ਖੁੱਲ੍ਹਦੀਆਂ ਨੇ ਉਨ੍ਹਾਂ ਦੇ ਵਿੱਚ ਇਹ ਜਿਹੜੀ ਐਡਮਿਸ਼ਨ ਹੈ ਇਹ ਬੜੀ ਅਹਿਮੀਅਤ ਵਾਲੀ ਹੈ ਕਿਉਂਕਿ ਉਸ ਤੋਂ ਪਹਿਲਾਂ ਇਹੀ ਭਾਜਪੀ ਹੈ ਜਿਹੜੀ ਇੰਦਰਾ ਗਾਂਧੀ ਨੂੰ ਨਾ ਸਿਰਫ ਉਹਨਾਂ ਨੇ ਵਧਾਈ ਦਿੱਤੀ ਸੀ ਜੂਨ 84 ਦੇ ਘਲੂ ਘਾਰੇ ਦੀ ਸਗੋਂ ਉਹਨਾਂ ਦੀ ਐਗਜ਼ੀਕਟਿਵ ਕਮੇਟੀ ਨੇ ਮਤਾ ਪਾਸ ਕੀਤਾ ਸੀ ਕਿ ਵੀ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਦਾ ਔਰ ਜਨਾ ਨੇ ਫੌਜ ਭੇਜਣ ਤੋਂ ਪਹਿਲਾਂ ਇੰਦਰਾ ਗਾਂਧੀ ਵੱਲੋਂ ਦਿੱਲੀ ਦੇ ਵਿੱਚ ਬਹੁਤ ਵੱਡਾ ਇੱਕ ਜਲੂਸ ਜਿਹਦੇ ਵਿੱਚ ਵਾਜਪਾਈ ਮੁਰਲੀ ਮਨੋਰ ਜੋਸ਼ੀ ਐ ਡਵਾਨੀ ਉਹਨਾਂ ਦਾ ਸਾਰਾ ਅਮਲਾ ਫੈਲਾ ਸੀ ਜਿਹੜਾ ਇਹਨਾਂ ਨੇ ਕਿਹਾ ਸੀ ਜੀ ਕਿ ਪੰਜਾਬ ਚ ਫੌਜ ਭੇਜੋ ਦਰਬਾਰ ਸਾਹਿਬ ਤੇ ਹਮਲਾ ਕਰੋ ਹੁਣ ਜੇ ਉਹੀ ਜਦੋਂ ਅੱਜ ਅਸੀਂ 39 ਸਾਲ ਦੇ ਸਫ਼ਰ ਦੀ ਗੱਲ ਕਰ ਰਹੇ ਹਾਂ ਜੂਨ 84 ਦੇ ਘੱਲੂ ਘਰੇ ਨੇ ਵੀ 39 ਸਾਲ ਨੇ ਔਰ ਅੱਜ ਜਦੋਂ ਕਿ ਇਹ ਪਾਪਨ ਡੈਨ ਜਿਹੜਾ ਕਿ ਹੈਲੋਵੀਨ ਵਾਲੇ ਦਿਨ ਜਿਹੜਾ ਕਿ ਕੁਦਰਤੀ ਆਲ ਗੋਸ ਡੇ ਹੈ ਬਿਲਕੁਲ ਦੁਨੀਆਂ ਦੇ ਵਿੱਚ ਭੂਤਨੀ ਆ ਭੂਤ ਔਰ ਚਾਰ ਚਫੇਰੇ ਤੁਸੀਂ ਇੱਥੇ ਅਮਰੀਕਾ ਚ ਪੰਪਕਨ ਔਰ ਡਰਾਉਣੀਆਂ ਸ਼ਕਲਾਂ ਉਹ ਦੂਸਰੇ ਦੇਖਦੇ ਹਾਂ ਇਹਨਾਂ ਦਾ ਤਾਂ ਉਹ ਕਿਸੇ ਮਿਥ ਚੋਂ ਨਿਕਲਿਆ ਜਾਂ ਭੂਤਾਂ ਚਣੇ ਲਾਂਦੀਆਂ ਕਹਾਣੀਆਂ ਚੋਂ ਨਿਕਲਿਆ ਪਾਰਟ ਹੋਏਗਾ ਸਾਡੇ ਲਈ ਤਾਂ ਉਹ ਰੀਅਲ ਚੜੇਲ ਬਣ ਕੇ ਆਈ ਜਿਹਨੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਉਹ ਹੱਥ ਫੜਿਆ ਖੱਪਰ ਜਿਹੜਾ ਭਰਿਆ ਉਹਨੂੰ ਪੀਤਾ ਔਰ ਉਹ ਜਿਹੜੀ ਪਿਆਸੀ ਡੈਣ ਸੀ ਅਜੇ ਉਹਨੇ ਨੈਕਸਟ ਸਟੈਪ ਜਿਹੜਾ ਕਰਨਾ ਸੀ ਨਵੰਬਰ ਦੇ ਇਸ ਮਹੀਨੇ ਦੇ ਵਿੱਚ 9 ਨਵੰਬਰ ਨੂੰ ਅਕਤੂਬਰ ਤੋਂ 31 ਅਕਤੂਬਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਜਿਸ ਦਿਨ ਪੰਜਾਬ ਤੋਂ ਬਾਹਰ ਭਾਰਤ ਭਰ ਦੇ ਗੁਰਦੁਆਰਿਆਂ ਤੇ ਹਮਲੇ ਕੀਤੇ ਜਾਣੇ ਸੀ ਖਾਸ ਤੌਰ ਤੇ ਕਾਂਗਰਸ ਰੂਲ ਸਟੇਟਾਂ ਚ ਜਿਸ ਦੀ ਪੂਰੀ ਤਿਆਰੀ VOTER LISTਾਂ ਦਾ ਹੋਣਾ ਜਿਸ ਕਿਸਮ ਦਾ ਅਗ ਲੌਣ ਵਾਲਾ ਪਾਊਡਰ ਇੱਕੋ ਜਿਹਾ ਸਰੀਏ ਇਹ ਉਹ ਇਹ ਹੁਣੀ ਨ ਇੱਕ ਡਾਕੂਮੈਂਟ ਹੋਏ ਨੇ 23 ਹਲਕਿਆਂ ਤੋਂ ਕਿ ਕਹਿਣ ਦੀ ਰੋੜ ਨਹੀਂ ਹੈ ਕਿ ਭਾਈ ਇਹ ਜਿਹੜਾ ਕੱਲਾ ਇਹੀ ਨਹੀਂ ਕਿ ਉਸ ਨੂੰ ਸਜ਼ਾ یافتਾ ਕੀਤਾ ਗਿਆ ਜੂਨ 84 ਦੇ ਕੱਲੂਕਾਰੇ ਲਈ ਪਰ ਜਿਹੜਾ ਕੱਲੂਕਾਰਾ ਦੂਸਰੀ ਫੇਜ਼ ਦੇ ਵਿੱਚ ਉਸ ਕੱਲੂਕਾਰੇ ਦੇ ਭਾਰਤ ਭਰ ਦੇ ਵਿੱਚ ਵਰਤਾਇਆ ਜਾਣਾ ਸੀ ਉਸ ਨੂੰ ਵੀ ਪ੍ਰੀਐਮਪਟ ਸਟ੍ਰਾਈਕ ਕਰਕੇ ਰੋਕਿਆ ਗਿਆ ਜਦੋਂ ਅਸੀਂ ਇਨਸਾਨੀ ਇਤਿਹਾਸ ਦੀ ਗੱਲ ਕਰਦੇ ਆਂ ਇੰਦਰਾ ਗਾਂਧੀ ਕੋਈ ਛੋਟਾ ਨਾਂ ਨਹੀਂ ਸੀ ਉਸ ਨੂੰ ਕਿਵੇਂ ਕੁਇਨ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਗਿਆ ਸੀ ਜਦੋਂ ਉਹਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਬੰਗਲਾਦੇਸ਼ ਕ੍ਰੀਏਟ ਕੀਤਾ ਔਰ ਜਿਨ੍ਹਾਂ ਨੂੰ ਯਾਦ ਹੈ ਕਿ ਭਾਈ ਕਿਵੇਂ ਅਟਲ ਵਿਹਾਰੀ ਬਾਜਪਾਈ ਜਿਹਨੂੰ ਬਹੁਤ ਵਾਰ ਮੋਡਰੇਟ ਫੇਸ ਆਫ ਬੀਜਪੀ ਕਿਹਾ ਜਾਂਦਾ ਉਸ ਨੇ ਇੰਦਰਾ ਗਾਂਧੀ ਨੂੰ दुर्गा ਦਾ અવਤਾਰ ਕਿਐ ਸੀ ਰੀਨਕਾਰਨੇਸ਼ਨ ਆਫ ਗੋਡੈਸ ਦੁਰਗਾ ਤੇ ਜਿਹਨਾਂ ਨੂੰ ਥੋੜਾ ਬਹੁਤ ਸ਼ੌਕ ਹੈ ਇਹ ਜਾਣਨ ਦਾ ਕਿ ਇਹ ਹਿੰਦੂ ਮਿਥਿਆਸ ਕੀ ਹੈ ਦੁਰਗਾ ਕੀ ਹੈ ਤੇ ਫਿਰ ਦੁਰਗਾ ਦੇ ਹੱਥ ਚ ਉਹ ਡਰਾਉਣੀ ਜਿਹਦੇ ਕਈ ਰੂਪ ਨੇ ਔਰ ਹੱਥ ਦੇ ਵਿੱਚ ਖੂਨ ਦਾ ਭਰਿਆ ਖੱਪਰ ਜਿਹੜਾ ਰਾਖਸ਼ਾਂ ਦਾ ਹੋ ਰਾਖਸ਼ ਇਹਨਾਂ ਲਈ ਉਹੀ ਨੇ ਜਿਹੜੇ ਇਹਨਾਂ ਨਾਲ ਸਹਿਮਤ ਨਾ ਹੋ ਉਹ ਕਦੇ ਦਰਾਵੜ ਰੇਸ ਸੀ ਕਦੇ ਮੁਸਲਮਾਨਾਂ ਨੂੰ ਰਾਖਸ਼ ਦੀ ਥਾਂ ਮਲੇਚ ਲਫ਼ਜ਼ ਉਹਨਾਂ ਦੇ ਲਈ ਇਸਤੇਮਾਲ ਹੋਇਆ ਸਿੱਖਾਂ ਦੇ ਲਈ ਉਹਨਾਂ ਨੇ ਇਹ ਐਲੀਮੀਨੇਟ ਟੋਟਲ ਵਾਰ ਸ਼ੁਰੂ ਕਰਨ ਤੋਂ ਪਹਿਲਾਂ ਅਲਗਾਬਵਾਦੀ, ਅਤੰਕਵਾਦੀ, ਉਗਰਵਾਦੀ ਇਹ ਸਾਰੇ ਲਫ਼ਜ਼ ਜਿਹੜੇ ਨੇ ਨਵੇਂ-ਨਵੇਂ ਡਿਕਸ਼ਨਰੀ ਦੇ ਵਿੱਚ ਖੜੇ ਔਰ ਇਸ ਸਾਰੇ ਤੋਂ ਬਾਅਦ ਜੋ ਸਾਹਮਣੇ ਨਤੀਜਾ ਜਿਸਕ ਆਉਣ ਵਾਲੇ ਦਿਨਾਂ 'ਚ ਅਸੀਂ ਗੱਲ ਕਰਾਂਗੇ ਕਿਉਂਕਿ ਕੱਲ ਦਾ ਪ੍ਰੋਗਰਾਮ ਸਾਡਾ ਲਾਈਵ ਹੋਏਗਾ ਉਸ ਤੋਂ ਬਾਅਦ ਅਸੀਂ ਕੈਲੀਫੋਰਨੀਆ ਸਾਡੀ ਸਾਰੀ ਟੀਮ ਜਾ ਰਹੀ ਹੈ ਯੂਬਾ ਸਿਟੀ ਕਿਉਂਕਿ ਜਿਹੜਾ ਸਭ ਤੋਂ ਵੱਡਾ ਇਕੱਠ ਅਮਰੀਕਾ ਦੀ ਧਰਤੀ ਤੇ ਸਿੱਖਾਂ ਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਉਹ ਆਉਂਦੇ ਸੈਚਰਡੇ ਸੰਡੇ ਯੂਬਾ ਸਿਟੀ ਹੈ ਪਰ ਉੱਥੇ ਤਾਂ ਹੁਣ ਵੀ ਮੇਲੇ ਵਾਲਾ ਮਾਹੌਲ ਹੈ ਕਈ ਹਫ਼ਤਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਔਰ ਕੀਰਤਨ ਦਰਬਾਰ ਔਰ ਹੋਰ ਆਡਰ ਸਮਾਗਮ ਚੱਲ ਰਹੇ ਨੇ ਸੋ ਅਸੀਂ ਕੱਲ ਗੱਲ ਕਰਾਂਗੇ ਪਰ ਕਿਉਂਕਿ 31 ਅਕਤੂਬਰ ਜਿੱਥੇ ਇਸ ਡੈਨ ਦੇ ਮਾਰੇ ਜਾਣ ਦਾ ਦਿਨ ਹੈ ਉੱਥੇ ਸਾਡੇ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਵੀ ਸ਼ਹੀਦ ਮੌਕੇ ਤੇ ਕਰ ਦਿੱਤੇ ਜਾਂਦੇ ਨੇ ਬਿਲਕੁਲ ਭਾਈ ਸਤਵੰਤ ਸਿੰਘ ਉਹਨਾਂ ਨੂੰ ਵੀ ਜ਼ਖਮੀ ਕੀਤਾ ਆਪਣੇ ਵੱਲੋਂ ਤਾਂ ਇੰਡੋ-ਚਿਨ ਬਾਰਡਰ ਫੋਰਸ ਦੇ ਕਮਾਂਡੋਆਂ ਨੇ ਜਿਹੜਾ ਹਾਲਾਂਕਿ ਭਾਈ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਕਿਉਂਕਿ ਮੈਂ ਕਟੜਾ ਦੇ ਵੇਰ ਵਿੱਚ ਨਹੀਂ ਜਾਵਾਂਗਾ ਉਹ ਸਾਡੇ ਢਾਡੀਆਂ ਕਵੀਸ਼ਰਾਂ ਕਵੀਆਂ ਨੇ ਇੰਨਾ ਉਸ ਨੂੰ ਜਿਹੜਾ ਉਹ ਪ੍ਰਚਾਰਿਆ ਹੋਇਆ ਹੈ ਕਿ ਉਹ ਫਿਲਟਰ ਵਾਂਗ ਕਰਤੀ ਜਦੋਂ ਉਹ ਕਹਿ ਦਿੰਦੇ ਨੇ ਤਾਂ ਫਿਰ ਉਹ ਨਜ਼ਰ ਆ ਜਾਂਦਾ ਹੈ ਕਿ ਭਾਈ ਉਹ ਕੀ ਹੋਇਆ ਕਿਵੇਂ ਉਹ ਨਿਕਲੀ 9 ਵਜੇ ਨਿਕਲੀ ਸਵਾ 9 ਤੱਕ ਹੁੰਦੇ ਆ ਕਿਵੇਂ ਇਸ ਪਾਪਣ ਦਾ ਅੰਤ ਹੁੰਦਾ ਪਰ ਮੈਂ ਜਿਹੜੀਆਂ ਚੀਦਾ ਚੀਦਾ ਘਟਨਾਵਾਂ ਇਸ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗਾ ਕਿ ਭਾਈ ਇਹ ਜਦੋਂ ਅਸੀਂ 31 ਅਕਤੂਬਰ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਇੱਕ ਪਾਸੇ ਜੈਕਾਰ ਕੀਓ ਧਰਮੀਆਂ ਦਾ ਪਾਪੀ ਕੋ ਡੰਡ ਦਿਓ ਹੈ ਇੱਕ ਪਾਸੇ ਇਹ ਕਿ ਧਰਮ ਦੀ ਜਿੱਤ ਜੀ ਜੇ ਇਹਨਾ ਨਹੀਂ ਅਜੇ ਕੁਸ਼ਤੇ ਨੂੰ ਪਹਿਲਾਂ ਹੀ ਜਿਹੜਾ ਕੋਈ ਹੋਇਆ ਕਿ ਨਹੀਂ ਹੋਇਆ ਹਜ਼ਾਰਾਂ ਸਾਲ ਪਹਿਲਾਂ ਰਾਵਣ ਜਿਸ ਨੂੰ ਈਵਲ ਦਾ ਸਿੰਬਲ ਮੰਨਿਆ ਜਾਂਦਾ ਹੈ ਉਸ ਦੇ ਵੱਡੇ ਵੱਡੇ ਬੁੱਤ ਬਣਾ ਕੇ ਉਹਨੂੰ ਦੁਨੀਆ ਭਰ ਦੇ ਵਿੱਚ ਜਿੱਥੇ-ਤਿੱਥੇ ਹਿੰਦੂ ਤੋਂ ਵੀ ਬੈਠੇ ਹੁੰਦੇ ਨੇ ਉਹਨੂੰ ਅੱਗ ਲਾਉਂਦੇ ਨੇ ਕਿ ਜੀ ਰਾਵਣ ਨੇ ਇਹ ਕੀਤਾ ਉਹ ਸੀਤਾ ਲੈ ਗਿਆ ਸੀ ਭਾਵੇਂ ਉਹਨੇ ਕਿਹਾ ਕੁਝ ਨਹੀਂ ਸੀਤਾ ਨੂੰ ਲੇਕਿਨ ਇਹਦੇ باوجود ਉਹ ਈਵਲ ਹੈ ਔਰ ਉਹ ਸਾਰਾ ਪਾਰਟ ਹੈ ਤੇ ਜੇ ਉਹ ਈਵਲ ਹੈ ਸੱਚਮੁੱਚ ਈਵਲ ਹੈ ਜੋੜਾ ਵੀ ਕੋਈ ਇਹ ਕਰਮ ਕਰਦਾ ਹੈ ਤੇ ਫਿਰ 39 ਬਰੇ ਪਹਿਲਾਂ ਜਿਸ ਨੇ ਇਸ ਕਿਸਮ ਦਾ ਜ਼ੁਲਮ ਕੀਤਾ ਅਕਾਲ ਤਖਤ ਦਰਬਾਰ ਸਾਹਿਬ ਸੈਂਤੀ ਇਤਿਹਾਸ ਗੁਰਦੁਆਰੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਏ ਜੀ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਖੂਨ ਡੋਲਿਆ ਜੇ ਤੁਹਾਡਾ ਪ੍ਰਧਾਨ ਮੰਤਰੀ ਅੱਜ ਦਾ ਉਹਨੂੰ ਅਟੈਕ ਉਹਨਾਂ ਅਕਾਲ ਤਖਤ ਕਹਿੰਦਾ ਹੈ ਤੇ ਹੁਣ ਤਾਂ ਕੋਈ ਭੁਲੇਖਾ ਸਿੱਖ ਤਾਂ ਪਹਿਲੇ ਦਿਨ ਤੋਂ ਹੀ ਉਹਨੂੰ ਘਲੂ ਘਾਰਾ 84 ਔਰ ਜਦੋਂ ਜਿੰਦਾ ਸੁਖਾ ਨੇ ਆਪਣੀ ਚਿੱਠੀ ਵੀ ਲਿਖੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹਨਾਂ ਨੇ ਕਿਹਾ ਵੀ ਦਿੱਲੀ ਤਖਤ ਤੇ ਅਕਾਲ ਤਖਤ ਦੀ ਲੜਾਈ ਹੈ ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਜ਼ੁਲਮ ਕਰਨ ਵਾਲਾ ਹੁੰਦਾ ਉਹ ਇਹ ਸਮਝਦਾ ਹੈ ਜਿਹੜਾ ਇਹਨਾਂ ਦਾ ਮੰਤਬ ਸੀ ਜੋ ਅਸੀਂ ਅਕਸਰ ਦੌਰਾਂਦੇ ਕਿ ਪਾਰਲੀਮੈਂਟ ਦੇ ਗਲਿਆਰਿਆਂ 'ਚ ਕਹਿੰਦੇ ਸੀ ਕਿ ਸਿੱਖ ਤਾਂ ਪੜਦੇ ਸੀ ਰਾਜ ਕਰੇਗਾ ਖਾਲਸਾ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਲੇਕਿਨ ਅਸੀਂ ਅੱਜ 39 ਵਰਿਆਂ ਬਾਅਦ ਦੇਖ ਰਹੇ ਹਾਂ ਕਿ ਜੇ ਅੱਜ ਉਹੀ ਦਿੱਲੀ ਤਖਤ ਮੰਨਦਾ ਹੈ ਕਿ ਭਾਈ ਇਹ ਅਕਾਲ ਤਖਤ ਤੇ ਹਮਲਾਵਰ ਹੋਈ ਔਰ ਈਵਨ ਉਹਨਾਂ ਦਾ ਕਾਂਗਰਸ ਦਾ ਜਿਹੜਾ ਐਮਪੀ ਆ ਆਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾੜੀ ਹਾਲਾਂ ਜਿਹਦਾ ਪਿਓ ਵੀ ਮਾਰਿਆ ਗਿਆ ਉਹ ਕਿਨੇ ਮਾਰਿਆ ਏਜੰਸੀਆਂ ਨੇ ਕੀਤਾ ਕੀ ਕੀਤਾ ਪੰਜਾਬੀ ਯੂਨੀਵਰਸਿਟੀ ਚ ਹੈਡ ਆਫ ਡਿਪਾਰਟਮੈਂਟ ਸੀ ਪੰਜਾਬੀ ਦਾ ਈਵਨ ਉਸ ਦਾ ਇੱਕ ਟਵੀਟ ਅੱਜ ਘੁੰਮ ਰਿਹਾ ਸਾਰੇ ਪਾਸੇ ਜਿਹਦੇ ਚ ਉਹਨੇ ਕਿਹਾ ਕਿ ਆਪੋਜ਼ਿਸ਼ਨ ਆਪਰੇਸ਼ਨ ਬਲੂ ਸਟਾਰ ਵਾਸ ਅ ਗ੍ਰਾਸ ਐਰਰ ਆਫ ਜਜਮੈਂਟ ਇਟ ਸ਼ੁੱਡ ਨੈਵਰ ਹੈਵ ਇਟ ਸ਼ੁੱਡ ਨਾਟ ਹੈਵ ਏਵਰ ਹੈਪਨਡ ਇਟ ਵਾਸ ਅਨਨੈਸੈਸਰੀ ਐਂਡ ਥੇਰਫੋਰ ਐਕਸਟ੍ਰੀਮਲੀ ਅਨਫੋਰਚੂਨੇਟ ਜਨੇ ਮਰਜ਼ੀ ਤੁਸੀਂ ਇਸ ਕਿਸਮ ਦੇ ਡਰਾਮੇ ਕਰੀ ਜਾਓ ਜੀ ਔਰ ਇਸ ਦੀ ਰੀਅਲਾਈਜ਼ੇਸ਼ਨ ਇਸ ਜ਼ਾਬਰ ਔਰਤ ਨੂੰ ਵੀ ਹੋ ਗਈ ਸੀ ਬਿਲਕੁਲ ਸੁਬਰਾਮਣੀਅਮ ਸਵਾਮੀ ਜਿਹੜਾ ਹਿੰਦੂ ਤੋਂ ਵੀ ਆਈਡੀਆ ਲੋਗ ਹੈ ਪਿੰਡਾਂ ਵਾਲਿਆਂ ਨੂੰ ਆ ਕੇ ਮਿਲਿਆ ਵੀ ਦੋ ਤਿੰਨ ਵਾਰ ਉਹਨੇ ਆਪਣੇ ਕਈ ਇੰਟਰਵਿਊਸ ਚ ਕਿਹਾ ਕਿ ਮੈਂ ਉਹਨੂੰ ਕਿਹਾ ਸੀ ਵੀ ਇਹ ਗਲਤੀ ਨਾ ਕਰੀ ਫੌਜਪੇ ਜੰਡ ਦੀ ਸਿੱਖ ਕਦੇ ਮਾਫੀ ਨਹੀਂ ਕਰਦੇ ਫਿਰ ਉਹਨੇ ਕਹਿਆ ਕਿ ਇੱਕ ਦਿਨ ਪਾਰਲੀਮੈਂਟ ਦੇ ਸੈਸ਼ਨ ਚ ਦੁਪਹਿਰ ਵੇਲੇ ਜਦੋਂ ਬ੍ਰੇਕ ਦੇ ਦੌਰਾਨ ਉਹ ਸੁਸਤਾਰੀ ਸੀ ਆਪਣੇ ਵੇਟਿੰਗ ਰੂਮ ਚੋਂ ਫਿਰ ਉਹਨੇ ਮੈਨੂੰ ਪੁੱਛਿਆ ਕਿ ਵੀ ਸਖਾ ਨੇ ਤਾਂ ਮੈਨੂੰ ਮਾਫ ਨਹੀਂ ਕਰਨਾ ਕੋਈ ਤਰੀਕਾ ਹੈ ਮੈਂ ਜਿਹਦੇ ਥੱਲੇ ਉਹ ਕਰਨ ਉਹਨੇ ਕਿਹਾ ਜੀ ਕੋਈ ਐਮਨ ਨੂੰ ਨਹੀਂ ਪਤਾ ਤੂੰ ਜੋ ਕੀਤਾ ਉਹਨਾਂ ਨੇ ਛੱਡਣਾ ਤਾਂ ਨਹੀਂ ਹੈ ਤੁਹਾਨੂੰ ਹਾਂ ਪਰ ਫਿਰ ਵੀ ਤੂੰ ਜਾ ਕੇ ਅਕਾਲ ਤਖਤ ਤੇ ਖੜੀ ਹੋ ਜਾ ਗੱਲ ਚ ਪੱਲਾ ਪਾ ਕੇ ਮਾਫੀ ਮੰਗ ਉਹੀ ਇੱਕ ਤਰੀਕਾ ਪਰ ਉਹਨਾਂ ਕਹਾ ਵੀ ਉਹ ਵੀ ਜਿਹੜੇ ਉਹਦੀ ਨਖੜ ਵਰਤੀ ਸੀ ਜਿਨ੍ਹਾਂ ਨੇ ਉਸ ਦੀ ਬਲੀ ਦੇ ਕੇ ਅਲਟੀਮੇਟਲੀ ਆਪਣਾ ਕੁਝ ਕੱਢਣਾ ਸੀ ਉਹਨਾਂ ਨੇ ਉਹਨੂੰ ਰੋਕ ਦਿੱਤਾ ਇਹੀ ਗੱਲ ਹਾਲਾਂ ਉਹਨੇ ਇੱਕ ਬੀਬੀ ਅਜੀਤ ਕੌਰ ਪੰਜਾਬੀ ਸਟੋਰੀ ਰਾਈਟਰ ਉਹਨੇ ਵੀ ਇਸ ਕਿਸਮ ਦਾ ਸੁਝਾ ਦੇਣ ਦੀ ਉਹਨੂੰ ਗੱਲ ਕੀਤੀ ਉਹ ਚਲੋ ਇੱਕ ਵੱਖਰੀ ਕਹਾਣੀ ਹੈ ਪਰ ਅਸੀਂ ਜਦੋਂ ਕੌਮ ਦੀ ਗੈਰਤ ਅਣਖ ਦੀ ਗੱਲ ਕਰਦੇ ਹਾਂ ਅੱਜ ਹੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਰ ਨੇ ਲਿਖਿਆ ਕਿ ਸਿੱਖ ਕੌਮ ਦੀ ਗਾਥਾ ਵੀ ਵਲਖਣੇ ਹੂੰ ਜਰਵਾਣੇ ਵੱਡੀਆਂ ਫੌਜਾਂ ਦੀ ਅਸੀਮ ਤਾਕਤ ਲਾ ਕੇ ਜ਼ੁਲਮ ਦੇ ਸਾਰੇ ਹੱਦ ਬੰਨੇ ਭੰਨ ਕੇ ਅਤੇ ਬੇਹਿਸਾਬੇ ਕਤਲ ਕਰਕੇ ਕੌਮ ਨੂੰ ਮਲਿਆ ਮੇਟ ਕਰਨ ਜਾਂ ਹਮੇਸ਼ਾ ਲਈ ਲੱਕ ਭੰਨ ਕੇ ਰੱਖ ਦੇਣ ਦਾ ਬਾਰ-ਬਾਰ ਦਮ ਪਰਦੇ ਰਹੇ ਹਰ ਵਾਰ ਕੋਈ ਇਕੱਲਾ ਦੁਕੱਲਾ ਅਣਕੀਲਾ ਕੌਮੀ ਪਰਵਾਨਾ ਹੀ ਹੂੰ ਪੰਥ ਤੂੰ ਆਪਣਾ ਸਰਬੰਸ ਵਾਰ ਕੇ ਕੌਮੀ ਹੋਦ ਅਤੇ ਗੈਰਤ ਦੀ ਸ਼ਾਦੀ ਪਰਦਾ ਗੋਂਦਾ ਸੁਣਿਆ ਗਿਆ ਸੋਭਾ ਮੇਰੀ ਸਭ ਯੁਗ ਅੰਤਰ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭਨੀ ਲੋਈ ਕਹ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਇੱਕ ਮੋਰਾਰੀ ਕਿ ਭਾਈ ਦੁਸ਼ਮਨ ਦੇ ਕੋਲ ਤੇ ਲੱਖਾਂ ਕਰੋੜਾਂ ਹਾਥੀ ਹੋਣਗੇ ਘੋੜੇ ਹੋਣਗੇ ਫੌਜਾਂ ਹੋਣਗੀਆਂ ਟੈਂਕ ਹੋਣਗੇ ਸਾਡਾ ਇੱਕ ਰੱਬ ਹੈ ਹਮ ਔਰ ਇਹ ਬਿਲਕੁਲ ਜੇ ਤੁਸੀਂ ਸਿੱਖ ਇਤਿਹਾਸ ਦੇ ਆੜੜ ਪੰਨੇ ਦੇਖੋ ਤੇ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਜਿਹੜਾ ਕਿੱਲਰ ਹੈ ਜਿਹੜਾ ਜ਼ਾਬਰ ਹੈ ਜਿਹੜਾ ਸਮਝਦਾ ਸੀ ਕਿ ਉਸ ਤੱਕ ਕੋਈ ਪਹੁੰਚ ਨਹੀਂ ਸਕਦਾ ਭਾਈ ਸੁਖਾ ਸਿੰਘ ਨਤਾਬ ਸਿੰਘ ਰਾਜਸਥਾਨ ਦੇ ਉਸ ਬੀਕਾਨੇਰ ਦੇ ਡੇਜ਼ਰਟ ਚੋਂ ਆ ਕੇ ਉਸ ਹਰਮੰਦਰ ਸਾਹਿਬ ਦੇ ਅੰਦਰ ਉਸ ਦਾ ਸਿਰ ਵੱਢ ਕੇ ਮੱਸੀ ਰੰਗੜ ਦਾ ਲੈ ਜਾਂਦੇ ਨੇ ਕਿਵੇਂ ਕਿਨੂੰ ਕਿਨੂੰ ਕਿੱਥੇ ਕਿੱਥੇ ਸਜ਼ਾ ਦਿੱਤੀ ਗਈ ਹੈ ਇੱਕ ਵੱਖਰਾ ਟੌਪਿਕ ਬਣ ਜਾਂਦਾ ਹੈ ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਗੱਲ ਕੱਲੀ ਇਹ ਨਹੀਂ ਹੈ ਕਿ ਇਸ ਨੇ ਇੱਕ ਇਤਿਹਾਸ ਬਦਲਿਆ ਸਿੱਖ ਕੌਮ ਦੇ ਅੰਦਰ ਮੈਂ ਅਕਸਰ ਪਿਛਲੇ ਪ੍ਰੋਗਰਾਮਾਂ 'ਚ ਵੀ ਕਿਹਾ ਸੀ ਕਿ ਜੇ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ 31 ਅਕਤੂਬਰ ਤੱਕ ਦਾ ਪੀਰੀਅਡ ਦੇਖੋ ਇਹ ਹੀ ਨਹੀਂ ਕਿ ਰੋਸ ਸੀ ਬੇਬਸੀ ਵੀ ਸੀ ਕਿ ਅਸੀਂ ਦੁਨੀਆ ਨੂੰ ਡਿਫੈਂਡ ਕਰਨ ਵਾਲੇ ਅੱਜ ਅਸੀਂ ਇਨੇ ਬੇਬਸ ਐ ਸਾਡੇ ਗੁਰੂ ਦਾ ਘਰ ਟੈਂਕਾਂ ਥੋਪਾਂ ਦੇ ਨਾਲ ਢਾਹ ਦਿੱਤਾ ਹੈ ਹਜ਼ਾਰਾਂ ਸਾਡੇ ਵੀਰ ਪਾਣਾ ਮਾਰ ਦਿੱਤੇ ਨੇ ਸੈਂਕੜਿਆਂ ਜਿਹੜੇ ਨੇ ਉਥੋਂ ਫੜ ਕੇ ਜੇਲ੍ਹਾਂ ਚ ਟੱਕੇ ਹੋਏ ਨੇ ਸੈਂਕੜਿਆਂ ਨੂੰ ਉਹ ਜੋਧਪੁਰ ਔਰ ਦੂਰ ਲਗਾਏ ਨੇ ਕੋਈ ਬੋਡੀ ਇਹ ਅਕਾਲਪੁਰਖ ਬੋਡੀ ਕਰੋ ਔਰ ਇਹ ਬੋਡੀ ਜਿਹੜੀ ਹੈ ਉਹ ਅਕਾਲਪੁਰਖ ਨੇ ਕੀਤੀ ਔਰ ਮੈਂ ਅਕਸਰ ਜਦੋਂ ਹੁਣ ਅੱਜ ਅਸੀਂ 31 ਅਕਤੂਬਰ ਨੂੰ ਸੈਲੀਬ੍ਰੇਟ ਵੀ ਕਰ ਰਹੇ ਹਾਂ ਕਿਉਂਕਿ ਅਸੀਂ ਸ਼ਹੀਦਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ ਸੋਰੋ ਸੋਗ ਮਾਤਮ ਛਾਤੀਆਂ ਪਟਣ ਦਾ கான்ਸੈਪਟ ਨਹੀਂ ਹੈ ਔਰ ਹਰਿੰਦਰ ਸਿੰਘ ਮਹਿਬੂਬ ਹੋਰਾਂ ਨੇ ਜਦੋਂ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗ਼ਜ਼ਬ ਇਹ ਨਜ਼ਮ ਲਿਖੀ ਤਾਂ ਉਹਨਾਂ ਨੇ ਕਿਹਾ ਕਿ ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਡੈਣ ਸਰਾਲ ਚੋਰ ਜਿਓ ਸਰਕੀ ਲੈ ਕੇ ਘੋਰ ਪਿਆਸਾਂ ਇਹੀ ਡੈਣ ਇਹੀ ਵਿੱਚ ਸਰਾਲ ਵਾਂ ਉਹ ਸੱਪ ਵਾਂ ਇਨੇ ਹਰਮੰਦਰ ਨੂੰ ਘੇਰਾ ਪਾਇ ਕੌਮ ਸ਼ਹੀਦ ਗੁਰੂ ਦੇ ਬੂਏ ਕਰ ਸੁੱਤੀ ਅਰਦਾਸਾਂ ਡੈਣ ਸਰਾਲ ਚੋਰ ਜਿਓ ਸਰਕੀ ਲੈ ਕੇ ਕੋਰ ਪਿਆਸਾਂ ਹੱਥ ਬਿਆੰਤ ਸਮੇ ਦੇ ਡਾਢੇ ਕੋਣ ਕੁਪਤੀਆਂ ਡੈਣਾ ਲਹੂ ਸ਼ਹੀਦ ਦਾ ਲੱਟ ਲੱਟ ਬੜਿਆ ਕਾਲ ਦੇ ਕੁੱਲ ਆਗਾਸਾਂ ਹਮ ਮੇਰੇ ਸ਼ਹੀਦ ਮਾਹੀ ਦੇ ਦਿਨ ਤੋਂ ਸੁਣੀ ਕੁਪਤੀਏ ਨਾਰੇ ਕੌਮ ਮੇਰੀ ਦੇ ਬੱਚੜੇ ਭੋਲੇ ਡੂੰਗੀ ਨੀਂਦ ਚ ਮਾਰੇ ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ ਮਹਾਬਲੀ ਸਮੇਂ ਤੇ ਬੈਠਾ ਉਹ ਅਸਵਾਰ ਨ ਹਾਰੇ ਨੀਂਦ ਚ ਨੀਂਦ ਜੇ ਬੱਚੜੇ ਖਾਵੇਂ ਸੁਣ ਬੇਕਿਰਕ ਚੜੇਲੇ ਸਮਾਪੁਰਸਲਾਤ ਜਿਉਂ ਹੀਠਾਂ ਦਗੈ ਬਾਜ਼ ਨਾ ਮੇਲੇ ਸੁੱਟ ਦੇਵੇਗਾ ਕੀੜਜੋ ਤੈਨੂੰ ਕਹਿਰ ਬਿਆੰਤ ਦਾ ਝੁੱਲੇ ਤੋੜ ਰਾਜ ਦੇ ਬੂਹੇ ਨਰਕ ਅਨੇਰ ਵਿੱਚ ਠੇਲੇ ਕਟਕ ਅਕਿਰਤ ਕਣਾ ਦੇ ਧਮਕੇ ਹਰ ਮੰਦਰ ਦੇ ਬੂਹੇ ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ ਦੂਰ ਸਮੇ ਦੇ ਗਰਭ ਚ ਸੁੱਤੇ ਬੀਜ 마ਸੂਮ ਵਣਾਂ ਦੇ ਲੂਣ ਹਰਾਮ ਦੀ ਨਜ਼ਰ ਪੈਂਦਿਆ ਗਏ ਪੜਾਂ ਵਿੱਚ ਲੋਹੇ ਨਾਰ ਸਰਾੜ ਸਰਕਦਾ ਘੇਰਾ ਹਰ ਮੰਦਰ ਨੂੰ ਪਾਇਆ ਰਿਜਕ ਫਕੀਰਾਂ ਵਾਲਾ ਸੁੱਚਾ ਆ ਤਕਦੀਰ ਚਲਾਇਆ ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕਟਣੀ ਸੁੱਤੀ ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕਟਣੀ ਸੁੱਤੀ ਜਿਸ ਦੀ ਵਿਸ ਨੂੰ ਪਸ਼ਮ ਕਰਨ ਲਈ ਤੀਰ ਬਿਆੰਤ ਦਾ ਆਇਆ ਕਾਇਲ ਹੋਏ ਹਰਮੰਦਰ ਕੋਲੇ ਕਿਡਾਂ ਬਿਆੰਤ ਨੂੰ ਪਈਆਂ ਤਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ-ਨਾਲ ਬਲ ਰਹੀਆਂ ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ-ਵਗੇ ਪਈ 라ਵੀ ਵੈਣ ਚ ਹੱਥ ਉੱਠੇ ਸਭ ਲਹਿਰਾਂ ਉਲਰ ਬਿਆੰਤ ਤੇ ਪਈਆਂ ਸੋ ਇਹ ਜਿਹੜਾ ਭਾਈ ਬਿਆੰਤ ਸਿੰਘ ਭਾਈ ਸਤਵੰਤ ਸਿੰਘ 바이케르 ਸਿੰਘ ਦਾ ਕਾਰਨਾਮਾ ਹੈ ਇਹ ਛੋਟਾ ਨਹੀਂ ਹੈ ਬਿਲਕੁਲ ਇਸ ਸਿੱਖ ਇਤਿਹਾਸ ਦਾ ਵੀ ਬਹੁਤ ਵੱਡਾ ਕਾਰਨਾਮਾ ਹੈ ਫਿਰ ਤੁਸੀਂ ਉਹਨਾਂ ਦੀ ਸਪਿਰਿਟ ਦੇਖੋ ਬਿਆਨ ਸਿੰਘ ਵਿਆਹੇ ਨੇ ਬੱਚੇ ਨੇ ਬਿਲਕੁਲ ਅਖੀਰਲਾ ਡਾਇਲੋਗ ਜਿਹੜਾ ਉਹਨਾਂ ਨੇ ਕਰੋ ਜਾਣ ਲੱਗਿਆ ਜਦੋਂ ਉਹਨਾਂ ਦੀ ਸਿੰਘਣੀ ਬੀਬੀ ਬਿਮਲ ਕੌਰ ਨੇ ਉਹਨਾਂ ਨੂੰ ਸੌਦੇ ਦੀ ਲਿਸਟ ਫੜਾਈ ਕਿ ਇਹ ਆਉਣ ਲੱਗਿਆਂ ਲਈ ਆ ਉਹਨਾਂ ਨੇ ਕਿਹਾ ਜੇ ਮੈਂ ਆ ਗਿਆ ਤਾਂ ਮੈਂ ਜ਼ਰੂਰ ਲੈ ਆਵਾਂ ਉਹ ਕਹਿੰਦੇ ਮੈਨੂੰ ਤਾਂ ਉਹ ਤੋਂ ਸਮਝ ਨਹੀਂ ਆਈ ਕਿ ਵੀ ਹੋ ਸਕਦਾ ਕਹਿੰਦੇ ਨੇ ਜੇ ਮੈਂ ਸਮੇਂ ਸਿਰ ਆ ਗਿਆ ਲੇਕਿਨ ਇਹ ਜਿਹੜਾ ਉਹਨਾਂ ਨੇ ਜਾ ਕੇ ਹੁਕਮਨਾਮਾ ਲਿਆ ਅਮਰਤ ਪਹਿਲਾਂ ਛੱਕ ਲਿਆ ਸੀ ਔਰ ਇਹ ਸੀ ਕਿ ਭਾਈ ਇਹ ਜਿਹੜੀ ਸੇਵਾ ਹੈ ਗੁਰੂ ਦੀ ਇਹ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ ਔਰ ਉਹਨਾਂ ਨੇ ਐ ਨਿਸ਼ਚਿੰਤ ਹੋ ਕੇ ਆਪਣਾ ਕਾਰਨਾਮਾ ਕਰਕੇ ਆਪਣਾ ਹਥਿਆਰ ਸੁੱਟ ਕੇ ਕਿਹਾ ਉਹਨਾਂ ਦੇ ਆਖੀਰਲੇ ਲਫ਼ਜ਼ "ਅਸੀਂ ਨੇ ਜੋ ਕਰਨਾ ਥਾ ਕਰ ਲਿਆ, ਤੂੰ ਨੇ ਜੋ ਕਰਨਾ ਹੈ ਕਰ ਲੋ।" ਇਹ ਵੀ ਤੁਸੀਂ ਆਲਰੇਡੀ ਉਸ ਸਟੇਟ ਆਫ ਮਾਈਂਡਸ ਪਹੁੰਚ ਜਾਂਦੇ ਹੋ ਔਰ ਕਰ ਲਈ ਉਹਨਾਂ ਦਾ ਜਿਹੜਾ ਵਕੀਲ ਸੀ ਸਤਵੰਤ ਸਿੰਘ ਉਹਨਾਂ ਦਾ ਲਾਸਟ ਵੀਮ ਸੋਡੀ ਹੈ ਪਹਿਲਾਂ ਮੈਨੂੰ ਭੁੱਲ ਗਿਆ ਨਾ ਉਹਨਾਂ ਦਾ ਉਹਦਾ ਇੱਕ ਇੰਟਰਵਿਊ ਕਿਸੇ ਚੈਨਲ ਤੇ ਚੱਲ ਰਿਹਾ ਸੀ ਕਿਉਂਕਿ ਲਾਸਟ ਟਾਈਮ ਜਦੋਂ ਫਾਂਸੀ ਦਿੱਤੀ ਜਾਂਦੀ ਜਿਵੇਂ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ ਭਾਈ ਕੇਲ ਸਿੰਘ ਨੂੰ ਦਿੱਤੀ ਗਈ ਤਾਂ ਉਹਨਾਂ ਦਾ ਵਕੀਲ ਮਿਲ ਸਕਦਾ ਹੈ ਤਾਂ ਉਹਨਾਂ ਦੇ ਫਿਰ ਫਾਦਰ ਔਰ ਮਦਰ ਵੀ ਮਿਲੇ ਉਹਨਾਂ ਨੇ ਕਿਹਾ ਕਿ ਜੀ ਮੈਂ ਜਦੋਂ ਸਤਪੰਥ ਸਿੰਘ ਦੇ ਕੋਲ ਗਿਆ ਬਹੁਤ ਚੜ੍ਹਦੀ ਕਲਾ ਵਿੱਚ ਸੀ ਤੇ ਮੈਂ ਉਹਨੂੰ ਕਿਹਾ ਕਿ ਭਾਈ ਇਹ ਹੁਣ ਤੇਰੇ ਅਖੀਰਲੇ ਪਲ ਨੇ ਤੇ ਤੂੰ ਦੱਸ ਮੈਂ ਕੌਮ ਨੂੰ ਤੇਰੇ ਵੱਲੋਂ ਕੀ ਸਨਹਿਾ ਦਿਆਂ ਹੂੰ ਤੇ ਕਹਿੰਦਾ ਵੀ ਉਹਨੇ ਪਹਿਲਾਂ ਤਾਂ ਮੇਰਾ ਬਹੁਤ ਧੰਨਵਾਦ ਕੀਤਾ ਕਿ ਤੁਸੀਂ ਮੇਰਾ ਕਹਿੰਦੇ ਧੰਨਵਾਦ ਮੇਰਾ ਨਹੀਂ ਕਰ ਮੇਰਾ ਧੰਨਵਾਦ ਤੇਰਾ ਕਰਨਾ ਬਣਦਾ ਹੈ ਕਿ ਮੈਂ ਗੁਬਨਾਮ ਜੇ ਵਕੀਲ ਨੂੰ ਤੂੰ ਉਸ ਲੈਵਲ ਤੇ ਲੈ ਗਿਆ ਕਿ ਦੁਨੀਆ ਮੈਨੂੰ ਜਾਣਦੀ ਹੈ ਜੋ ਮੈਂ 20 ਸਾਲ ਚ ਵਕਾਲਤ ਕਰਕੇ ਨਹੀਂ ਸੀ ਹਾਸਲ ਪਰ ਤੂੰ ਦੱਸ ਕੀ ਸਨਹਿ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਕਿ ਮੇਰੀ ਕੌਮ ਨੂੰ ਇਹ ਸਨਹਿ ਦੇਣਾ ਕਿ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਤੇ ਅਕਾਲ ਪੁਰਖ ਅੱਗੇ ਕੌਮ ਅਰਦਾਸ ਕਰੇ ਕਿ ਈਵਨ ਭਵਿੱਖ ਵਿੱਚ ਵੀ ਜੇ ਕੋਈ ਦੁਖੀ ਕੋਈ ਜ਼ਾਬਰ ਕਦੇ ਅਕਾਲ ਤਖਤ ਹਰਮੰਦਰ ਸਾਹਿਬ ਵਰ ਮੂੰਹ ਕਰੇ ਇਹ ਰੱਬ ਮੈਨੂੰ ਵਾਪਸ ਸਰੀਰਕ ਜਾਨੇ ਦੇ ਵਿੱਚ ਭੇਜੇ ਕਿ ਮੈਂ ਉਹਨੂੰ ਸਦਾ ਯਾਦ ਕਰਦਾ ਇਹ ਛੋਟੀ ਗੱਲ ਨਹੀਂ ਹੈ ਹਾਂਜੀ ਔਰ ਉਹ ਜੱਜ ਜਿਹੜਾ ਬਾਅਦ ਚ ਜੱਜ ਬਣਿਆ ਵਕੀਲ ਉਹ ਗੁਰਿਆ ਸੀ ਉਹਨੂੰ ਇੰਟਰਵਿਊ ਦੇ ਦੌਰਾਨ ਜਦੋਂ ਉਹਨੇ ਲਫ਼ਜ਼ ਕਹੇ ਕਹੇ ਮਹੌਲ ਇਹ ਵੀ ਇਹ ਹੈ ਜਿਹੜੀ ਸ਼ਹੀਦ ਦੀ ਰੂਹ ਹੈ ਜਾਂ ਸ਼ਹੀਦ ਦੀ ਚਾਨ ਹੈ ਐਵੇਂ ਨਹੀਂ ਹੈ ਕਿ ਭਾਈ ਜਿਹਨੂੰ ਫੈਜ਼ ਅਹਿਮਦ ਫੈਜ਼ ਨੇ ਕਿਹਾ ਕਿ ਜਿਸ ਥਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਂ ਕੀ ਤੋ ਕੋਈ ਬਾਤ ਨਹੀਂ ਇਹ ਜਾਂ ਤੋ ਆਨੀ ਜਾਨੀ ਤੇ ਫਿਰ ਪਾਈ ਕੇਰ ਸਿੰਘ ਜਨਾ ਦੇ ਬਾਰੇ ਜਿਹੜਾ ਬਲੈਕ ਵਾਰੰਟ ਕਿਤਾਬ ਸੁਨੀਲ ਗੁਪਤਾ ਜਿਹੜਾ ਕਿ ਉੱਥੇ ਜੇਲਰ ਸੀ ਉਹਨੇ ਲਿਖੀ ਹੈ ਕਿ ਵੀ ਕਿਵੇਂ ਉਹ ਸ਼ਾਂਤ ਉਹਨੇ ਆਪਣਾ ਬਾਣੀ ਪੜ੍ਹੀ ਔਰ ਦੂਸਰਾ ਉਹਨੇ ਅਕੀਰ ਚ ਕਿਹਾ ਵੀ ਖਤਮ ਹੋ ਗਿਆ ਸਾਰਾ ਸਿਲਸਿਲਾ ਔਰ ਬਿਲਕੁਲ ਸ਼ਾਂਤ ਮੈਂ ਹੀ ਅੰਦਾਜ਼ ਦੇ ਵਿੱਚ ਔਰ ਭਾਈ ਸਤਲੰਦ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਕਦੇ ਨਹੀਂ ਭੁੱਲ ਸਕਦਾ ਉਹ ਜਕਾਰੇ ਗ ਜਾਂਦਾ ਇਹ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਉਹ ਜਿਹੜਾ ਫਾਂਸੀ ਦੇ ਫੰਦੇ ਵੱਲ ਗਏ ਔਰ ਇਹ ਗਾਥਾ ਔਰ ਅਲੋਕਾਰ ਸੋਹਾਗਣ ਬੀਬੀ ਸੁਰਿੰਦਰ ਕੌਰ ਇਹ ਵੀ ਅਸੀਂ ਪੁਰਾਤਨ ਆਪਣੇ ਇਤਿਹਾਸ ਚ ਸਿੰਘਣੀਆਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਟੋਟੇ ਟੋਟੇ ਕਰਵਾ ਕੇ ਜਗਾ ਜਾਰ ਪੋਣੇ ਸਵਾ ਸਵਾ ਮੰਨ ਦੇ ਪੀਸਣੇ ਪੀਸਣੇ ਜੰਗਲਾਂ ਦੇ ਵਿੱਚ ਕਦੇ ਮਾਤਾ ਸੁੰਦਰੀ ਦਾ ਜ਼ਿਕਰ ਮਾਤਾ ਹਰਸ਼ਰਨ ਕੌਰ ਦਾ ਉਹਨਾਂ ਯੋਧ ਜਿਹੜੇ ਬਹਾਦਰ ਸਿੰਘਣੀਆਂ ਦਾ ਰੇਕਨ ਆ ਜੋਕੇ ਪੀਰੀਅਡ ਹੁਣ ਸਤਵੰਤ ਸਿੰਘ 21 ਕਿੰਨ ਸਾਲਾਂ ਦਾ ਨੌਜਵਾਨ ਜਿਸ ਦੀ ਮੰਗਣੀ ਹੋਈ ਹੋਈ ਹੈ ਸ੍ਰਿੰਦਰ ਕੌਰ ਦੇ ਨਾਲ ਔਰ ਇਹ ਜਿਹੜਾ ਇਨਾ ਵੱਡਾ ਕਾਰਨਾਮਾ ਇਤਿਹਾਸ ਦਾ ਕਰ ਜਾਂਦੇ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਹੁਣ ਬੀਬੀ ਇਹ ਕਹਿੰਦੀ ਹੈ ਵੀ ਮੇਰੀ ਅਰਦਾਸ ਸਤਵੰਤ ਸਿੰਘ ਨਾਲ ਹੋਈ ਹੈ ਮੇਰੇ ਉਹੀ ਪਤੀ ਨੇ ਔਰ ਸਭ ਦੇ ਵਰਜਦੇ ਆ इवन ਉਸ ਵੇਲੇ ਦਮ ਨਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਉਹਨਾਂ ਨੇ ਕਿਹਾ ਬੀਬਾ ਇਹ ਸਾਰੀ ਉਮਰ ਹੈ ਤੇ ਉਹਨੇ ਕਿਹਾ ਨਹੀਂ ਔਰ ਇਹ ਵੀ ਸ਼ਾਇਦ ਸਿੱਖ ਇਤਿਹਾਸ ਪਹਿਲੀ ਵਾਰ ਹੋਏਗਾ ਅਸੀਂ ਕਦੇ ਪਹਿਲਾਂ ਤਾਂ ਪੜ੍ਹਦੇ ਰਹੇ ਵੀ ਜੋਗਾ ਸਿੰਘ ਪਸ਼ਾਵਰ ਦਾ ਰਹਿਣ ਵਾਲਾ ਸਿੱਖ ਜਿਹਨੂੰ ਦਸਵੇਂ ਬਾਦਸ਼ਾਹ ਨੇ ਕਿਹਾ ਸੀ ਕਿ ਜਦੋਂ ਸਦੀਏ ਉਦੋਂ ਆਜਾਈ ਤੇ ਉਹ ਕਿਹਾ ਜਾਂਦਾ ਕਿ ਉਸ ਦੀਆਂ ਚਾਰ ਲਾਵਾਂ ਹੁੰਦੀਆਂ ਨੇ ਸਿੱਖੀ ਚ ਅਜੇ ਪਹਿਲੀ ਲਾਵ ਹੋਈ ਸੀ ਤੇ ਸਿੱਖ ਨੇ ਆ ਕੇ ਅਨੰਦਪੁਰ ਤੋਂ ਮੈਸੇਜ ਦਿੱਤਾ ਕਿ ਇਹ ਤੁਹਾਡੇ ਲਈ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਹੁਕਮ ਸੁਣਦੇ ਆ ਜਾਣਾ ਉਹਨੇ ਉੱਥੇ ਹੀ ਛੱਡਤਾ ਔਰ ਬਾਕੀ ਜਿਹੜੀਆਂ ਲਾਵਾਂ ਨੇ ਉਹ ਉਸ ਦੀ ਕਿਰਪਾਣ ਦੇ ਨਾਲ ਹੋਈਆਂ ਇਹ ਪੜਿਆ ਹੋਇਆ ਸੀ ਲੇਕਿਨ ਇਹਦੇ ਚ ਕਿੰਨਾ ਕੀ ਹੈ ਜਾਂ ਕਿੰਨਾ ਐਲੀਮੈਂਟ ਦੂਜਾ ਆ ਗਿਆ ਇਹਦੇ ਚ ਕੋਈ ਦੋਰਾਵਾ ਨਹੀਂ ਹੈ ਕਿ ਜੋਗਾ ਸਿੰਘ ਬਹੁਤ ਵੱਡਾ ਡਿਵੌਟ ਸਿੱਖ ਹੋਇਆ ਹੈ ਅੱਜ ਵੀ ਪਸ਼ਾਵਰ ਦੇ ਵਿੱਚ ਜਿਹੜਾ ਗੁਰਦੁਆਰਾ ਭਾਈ ਜੋਗਾ ਸਿੰਘ ਹੈ ਜਿਹਨੂੰ ਈਵਨ ਇਲਾਕੇ ਦੇ ਪਠਾਨ ਜੋਗਨ ਸ਼ਾ ਪੀਰ ਕਰਕੇ ਜਾਣਦੇ ਨੇ ਅੱਛਾ ਲੇਕਿਨ ਇਹ ਅਜੋਕੇ ਵੀ ਇਹ ਸਿੰਘ ਨਾਲ ਜੁੜਿਆ ਹੋਇਆ ਵਾਕਿਆ ਅਜੋਕੇ ਪੀਰੀਅਡ ਚ ਇਹ ਮੁਟਿਆਰ ਸਿੰਘਣੀ ਜਿਹੜੀ ਕਹਿੰਦੇ ਆ ਜੀ ਮੈਂ ਮੇਰਾ ਆਨੰਦ ਕਾਰਜ ਤਾਂ ਹੁਣ ਸਤਵੰਤ ਸਿੰਘ ਦੀ ਤਸਵੀਰ ਨਾਲ ਉਹ ਦਰਸ਼ਕ ਉਹ ਦੇਖ ਸਕਦੇ ਨੇ ਕਿ ਭਾਈ ਕਿਵੇਂ ਉਹਨਾਂ ਦੀ ਸਟਰੋਂਗ ਵਿਲ ਦੇ ਸਾਹਮਣੇ ਜਿਹੜਾ ਉਹ ਫਿਰ ਸਾਰੇ ਝੁਕੇ ਔਰ ਜਦੋਂ ਅਸੀਂ ਸੁਹਾਗਣਾਂ ਦਾ ਸੁਹਾਗਣ ਬਹੁਤ ਵਾਰ ਜਿਹਦਾ ਪਤੀ ਜਿਹੜਾ ਸਲਾਮਤ ਹੋਏ ਉਹਨੂੰ ਹੀ ਸੁਹਾਗਣ ਕਿਹਾ ਜਾਂਦਾ ਹੈ ਕਰਵਾ ਚੌਥ ਤੇ ਕੀ ਕੁਝ ਹਿੰਦੂ ਤਵੀਆਂ ਨੇ ਉਹਦੇ ਨਾਲ ਜੋੜਿਆ ਹੋਇਆ ਪਰ ਇੱਥੇ ਸਾਡੀਆਂ ਸਿੰਘਣੀਆਂ ਜਿਨ੍ਹਾਂ ਨੂੰ ਗੁਰੂ ਨੇ ਕਿਸ ਲੈਵਲ ਅਲੋਕਾਰ ਸੁਹਾਗਣ ਕਿ ਯੂਨਿਕ ਸੁਹਾਗਣਾ ਤਾਂ ਕਿੰਨੀਆਂ ਨੇ ਲੇਕਿਨ ਇਹ ਜਿਹੜੀ ਅਲੋਕਾਰ ਸੁਹਾਗਣ ਹੈ ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਸ਼ਹੀਦ ਭਾਈ ਬੈਂਦ ਸਿੰਘ ਭਾਈ ਸਤਵੰਦ ਸਿੰਘ ਪਾਇਕੇਰ ਸਿੰਘ ਰਣੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀ ਦੇ ਨਾਮ ਕਰਦੇ ਆ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਥਲੇਨ ਬ੍ਰੇਕ ਪਰ ਬ੍ਰੇਕ ਤੇ ਜਾਂਦੂ ਪਹਿਲਾਂ ਅਸੀਂ ਪੰਨਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀਏ ਵੀਅਰਸ ਜਿ ਸਰਗ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚਰਦੀ ਕਲਾਲੀ ਬਾਤ ਤੋਂ ਬਾਅਦ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ ਟੀਵੀ 84 ਸਾਡਾ ਟੀਵੀ ਤੇ ਜਾ ਕੇ ਪੇਪਲ ਦੇ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ ਅਸੀਂ ਤੁਹਾਡੇ ਤੈਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਥਲੇ ਨੇ ਪ੍ਰੈਕਟ ਈਵਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟ੍ਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸਹੂਲਤ ਮੌਜੂਦ ਹੈਵੀ ਡਿਊਟੀ ਰਿਪੇਅਰ ਔਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ ਡੀਪੀਐਫ ਕਲੀਨਿੰਗ ਬ੍ਰੇਕ ਸਰਵਿਸ ਜਰ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕਿਵ ਵਰਜੀਨੀਆ 24486 ਦਸ ਕੋ ਪ੍ਰੇਕਟਵਾ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 39 ਬਰੇ ਪਹਿਲਾ ਜੂਨ 78 ਦਾ ਕਲੂਕਾਰਾ ਵਰਤਾ ਕੇ ਪਾਰਟੀ ਸਟੇਟ ਨੇ ਸਮਝਿਆ ਸੀ ਕਿ ਉਹਨਾਂ ਨੇ ਸਿੱਖਾਂ ਦੀ ਟੈਂ ਤੋੜ ਦਿੱਤੀ ਹੈ ਅਤੇ ਹੁਣ ਉਹ Hindu ਸਾਮਰਾਜ ਵਿੱਚ ਗੁਲਾਮ ਬਣ ਕੇ ਰਹਿਣਗੇ ਪਰ ਖੰਡਰਾਤ ਬਣਾਏ ਗਏ ਅਕਾਲ ਤਖਤ ਚੋਂ ਖਾਲਸਾ ਦੀ ਲਹਿਰ ਪ੍ਰਚੰਡ ਹੋ ਕੇ ਉੱਠੀ ਅਤੇ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਖਾਲਸਾ ਜਿੰਦਾਬਾਦ ਗੂੰਜ ਰਿਹਾ। ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨੇ ਚਿਤਰਾ ਬਣੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਤੋਂ ਆਪੋ ਧੰਨਵਾਦ। ਜੀਰਾ ਸਾਹਿਬ ਕੀ ਵਿਚਾਰਾਂ ਨੇ? ਅ ਦੇਖੋ ਅੱਜ ਕੱਲ ਇੱਕ ਕਿਤਾਬ ਮੈਂ ਪੜ ਰਿਹਾ ਹਾਂ। ਇਹ ਯੂਰਪ ਦੇ ਵਿੱਚ ਰਹਿੰਦੇ ਇੱਕ ਪਾਕਿਸਤਾਨੀ ਮੁਸਲਮ ਸਕਾਲਰ ਡਾਕਟਰ ਸੰਦੂ ਉਹਨਾਂ ਦਾ ਸ਼ਾਇਦ ਨੇਮ ਐ ਫਸ ਨੇ ਮੈਨੂੰ ਯਾਦ ਨਹੀਂ ਹੈ। ਅੱਛਾ ਉਹਨਾਂ ਦੀ ਲਿਖੀ ਹੋਈ ਹੈ ਔਰ ਉਹਦੇ ਚੁਣਾ ਨੇ ਜਿਹੜਾ ਸਾਰੇ ਪਿਛਲੇ ਪੀਰੀਅਡ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦੇ ਆਪਸੀ ਸਬੰਧ ਉਹਨਾਂ ਚ ਕਿੱਥੇ ਬਿਟਰਨੈਸ ਆਈ ਪੋਲੀਟੀਕਲ ਜਰਨੀ ਮੁਸਲਮ ਲੀਗ ਅਕਾਲੀ ਦਲ ਯੂਨੀਨਿਸਟ ਪਾਰਟੀ ਔਰ ਬਹੁਤ ਸਾਰਾ ਘਟਨਾਕ੍ਰਮ ਜਿਹੜਾ 47 ਤੱਕ ਲੀਡ ਕੀਤਾ ਔਰ ਕਿਉਂ ਕੋਈ ਸਾਂਝੀ ਰਾਏ ਨਹੀਂ ਬਣ ਸਕੀ ਔਰ ਕਿਉਂ ਸਿੱਖਾਂ ਦੇ ਵਿੱਚ ਡਿਸਟਰਸਟ ਰਿਹਾ ਔਰ ਇਸ ਦਾ ਨਤੀਜਾ ਪੰਜਾਬ ਦੀ ਵੰਡ ਔਰ ਇੱਕ ਦੂਸਰੇ ਪ੍ਰਤੀ ਨਫ਼ਰਤ ਇੱਕ ਹਮਦਰਦ ਪੰਜਾਬੀ ਦੇ ਨਾਤੇ ਉਹਨਾਂ ਦੀ ਇਹ ਪੁਸਤਕ ਹੈ ਜਦੋਂ ਮੈਂ ਉਸ ਨੂੰ ਕੰਪਲੀਟ ਪੜ੍ਹ ਲਿਆ ਤਾਂ ਫਿਰ ਮੈਂ ਜਿਹੜਾ ਉਸ ਦੇ ਉੱਤੇ ਗੱਲ ਕਰਾਂਗਾ ਪਰ ਕਾਫੀ ਇੰਟਰਸਟਿੰਗ ਵੈਲ ਰਿਸਰਚਡ ਜਿਹੜਾ ਹੈ ਡਾਕੂਮੈਂਟ ਕੋਟ ਕੀਤੇ ਹੋਏ ਨੇ ਔਰ ਕਿਉਂਕਿ ਬਹੁਤ ਕੱਟ ਹਨ ਇਹ ਸਾਨੂੰ ਪਤਾ ਹੈ ਵੀ ਸਰ ਸਿਕੰਦਰ ਹਿਆਤ ਖਾਨ ਦੀ ਰਵਾਇਤ ਦੇ ਵਿੱਚ ਜਿਹਦੇ ਚ ਜਿਹੜਾ ਯੂਨੀਨਿਸਟ ਪਾਰਟੀ ਔਰ ਅਕਾਲੀਆਂ ਦੀ ਸਾਂਝੀ ਸਰਕਾਰ ਸੀ ਅੱਛਾ ਔਰ ਪੰਜਾਬ ਦੇ ਵਿੱਚ ਬਹੁਤ ਵੱਡੀ ਗੱਲ ਸੀ ਔਰ ਉਹਦੇ ਸਕੰਦਰ ਹਿਆਤ ਖਾਨ ਦੇ ਮਰਨ ਤੋਂ ਬਾਅਦ ਜਦੋਂ ਖਿਜਰ ਹਿਆਤ ਖਾਨ ਟਿਵਾਣਾ ਯੂਨੀਨਿਸਟ ਪਾਰਟੀ ਦਾ ਬਣਦਾ ਉਹਦੇ ਚ ਵੀ ਸਿੱਖੋ ਦਾ ਹਿੱਸਾ ਸੀ ਸੋ ਇਹ ਇੱਕ ਵੱਖਰੀ ਕਹਾਣੀ ਡਿਬੇਟ ਹੈ ਪਰ ਇਸ ਬਾਰੇ ਕੋਈ ਦੋਰਾਵਾ ਨਹੀਂ ਨਾ ਜਿਹੜੀ ਉਸ ਕਿਤਾਬ ਦਾ ਵੀ ਲੋਬੇ ਨਵਾਬ ਇਹ ਹੈ ਕਿ ਸਿੱਖਾਂ ਦੇ ਕੋਲ ਕੋਈ ਗਾਂਧੀ ਪਟੇਲ ਨਹਿਰੂ ਤੇ ਜਨਾ ਨਹੀਂ ਸੀ ਹਮ ਔਰ ਇਹੀ ਕਾਰਨ ਸੀ ਕਿ ਸਿੱਖ ਪੋਜੀਟਿਵ ਫੈਕਟਰ ਹੁੰਦਿਆ ਹੋਇਆ ਵੀ ਉਹਨਾਂ ਨੂੰ ਐਜ਼ ਏ ਨੇਸ਼ਨ ਵੀ ਤਸਵਰ ਕੀਤਾ ਗਿਆ ਸੀ ਸੈਪਰੇਟ ਇਲੈਕਟੋਰੇਟ ਵੀ ਉਹਨਾਂ ਨੂੰ ਦਿੱਤਾ ਗਿਆ ਸੀ 1936 37 ਦੀਆਂ ਚੋਣਾਂ ਵੇਲੇ ਸਿੱਖ ਨੁਮਾਇੰਦਿਆਂ ਨੇ ਸਿੱਖਾਂ ਨੂੰ ਵੀ ਵੋਟਾਂ ਪਾਈਆਂ ਸੀ ਹਮ ਰਾਉਂਡ ਟੇਬਲ ਕਾਨਫਰੰਸਿਸ ਦੇ ਵਿੱਚ ਵੀ ਸਿੱਖ ਜਿਹੜੇ ਨੇ ਉਹ ਤੀਸਰੀ ਧਿਰ ਦੇ ਤੌਰ ਤੇ ਜਿਹੜੀ 네ਗੋਸ਼ੀਏਸ਼ਨ ਫॉर ਟ੍ਰਾਂਸਫਰ ਆਫ ਪਾਵਰ ਹੈ ਉਸ ਦਾ ਹਿੱਸਾ ਸੀ ਲੇਕਿਨ ਇੱਕ ਪਾਸੇ ਉਹਨਾਂ ਨੇ ਕੋਈ ਉਹਨਾਂ ਕੋਲ ਕੋਈ ਉਸ ਕਿਸਮ ਦਾ ਆਗੂ ਨਾ ਹੋਣ ਕਰਕੇ ਇੱਕ ਪਾਸੇ ਐਕਸਟ੍ਰੀਮ ਨਫ਼ਰਤੀ ਮਾਹੌਲ ਮੁਸਲਮ ਲੀਗ ਜਾਂ ਮੁਸਲਮਾਨਾਂ ਪ੍ਰਤੀ ਸੀ ਇਸ ਲਈ ਉਹਨਾਂ ਦੇ ਨਾਲ ਦਰਵਾਜ਼ੇ ਸਾਰੇ ਬੰਦ ਕਰ ਲਏ ਲੇਕਿਨ ਦੂਸਰੇ ਪਾਸੇ ਈਵਨ ਜੇ ਕਾਂਗਰਸ ਨਾਲ ਵੀ ਕੋਈ ਨੈਗੋਸ਼ੀਏਸ਼ਨ ਵਾਲਾ ਪਾਰਟ ਹੁੰਦਾ ਕਿ ਜਿੱਥੇ ਤੁਸੀਂ ਕੋਈ ਨਾ ਕੋਈ ਉਹਨਾਂ ਚੋਂ ਕੱਢਦੇ ਹੋ ਉਹਦੇ ਚ ਕਾਂਗਰਸ ਨੇ ਉਹਨਾਂ ਨੂੰ ਪਲੋਸ ਪਲਾਸ ਕੇ ਨਾਲ ਰੱਖਿਆ ਆਪਣੇ ਥਾਪੀ ਵੀ ਦੰਦੇ ਰ ਪਰ ਹੱਥ ਪਰਲੇ ਉਦੋਂ ਵੀ ਕੁਝ ਨਹੀਂ ਪਾਇਆ ਜਿਹੜਾ ਪੈਣਾ ਨਹੀਂ ਸੀ ਤੇ ਜਦੋਂ ਉਹਨਾਂ ਦੇ ਹੱਥ ਚ ਪਾਵਰ ਆਈ ਫਿਰ ਅਸੀਂ ਕਹਾਣੀ ਕ੍ਰਿਮੀਨਲ ਟ੍ਰਾਈਬ ਦੇ ਸਫ਼ਰ ਤੋਂ ਸ਼ੁਰੂ ਕਰਦੇ ਹਾਂ ਕਿ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਏ ਪੇਸ਼ਾ ਕਬੀਲਾ ਲਾਣਿਆ ਗਿਆ ਪਰ ਕੋਈ ਵੀ ਜਦੋਂ ਅਸੀਂ ਅਥਿਆਰਬੰਦ ਸੰਘ ਰਸ਼ਦੀ ਜਸਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਔਰ ਸਾਨੂੰ ਕਦੇ ਵੀ ਮੈਨੂੰ ਕਈ ਵਾਰ ਕੁਝ ਖਾਲਸਤਾਨੀ ਐਕਟਿਵਿਸਟ ਤੇ ਹੈਰਾਨੀ ਹੁੰਦੀ ਹੈ ਜਦੋਂ ਉਹ ਆਪਣੇ ਯੋਧਿਆਂ ਦੇ ਜਾਂ ਮਾਨਮਤਾ ਜੋ ਅਸੀਂ 84 ਤੋਂ 95 ਤੱਕ ਜਿਸ ਅੰਦਾਜ਼ ਚ ਹਕੂਮਤ ਨੂੰ ਚੈਲੰਜ ਦਿੱਤਾ ਹੈ ਇਫੈਕਟਿਵਲੀ ਉਸ ਤੋਂ ਜਿਹੜਾ ਉਹ ਕਿਨਾਰਾ ਕਰਨਾ ਚਾਹੁੰਦੇ ਨੇ ਜਾਂ ਉਸ ਤੋਂ ਡਿਸਟੈਂਸ ਰੱਖਣਾ ਚਾਹੁੰਦੇ ਨੇ ਨਹੀਂ ਇਹ ਜਸਟੀਫਿਕੇਸ਼ਨ ਹੈ ਜਦੋਂ ਅਸੀਂ ਦਸਵੇਂ ਪਾਤਸ਼ਾਹ ਦਾ ਇਹ ਫਰਮਾਨ ਚੁੰਕਾਰ ਅਜ਼ ਹਮਾ ਹਿਲਤੇ ਦਰਗਜ਼ਸ ਖਾਲਸ ਬੁਰਦਨ ਬਾ ਸ਼ਮਸ਼ੀਰ ਦਸਤ ਕਹਿੰਦਾ ਹੈ ਕਿ ਭਾਈ ਜਦੋਂ ਸਾਰੇ ਹੋਰ ਦਰਵਾਜ਼ੇ ਬੰਦ ਹੋ ਜਾਣ ਇਨਸਾਫ ਲੈਣ ਦੇ ਫਿਰ ਸ੍ਰੀ ਸਾਹਿਬ ਨੂੰ ਸ਼ਮਸ਼ੀਰ ਨੂੰ ਭਗਉਤੀ ਨੂੰ ਅਸ ਨੂੰ ਹੱਥ ਚ ਲੈਣਾ ਜਿਹੜਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਔਰ ਇਹ ਕੋਈ ਵੀ ਜਿਹੜਾ 47 ਤੋਂ ਜੂਨ 84 ਦੇ ਪਹਿਲੇ ਹਫ਼ਤੇ ਤੱਕ 37 ਸਾਲਾਂ ਦੇ ਸਿੱਖ ਕੌਮ ਦੇ ਵਰਤਾਰੇ ਨੂੰ ਦੇਖੇਗਾ ਇੰਡੀਅਨ ਸਟੇਟ ਦੇ ਨਾਲ ਕਿ ਹਰ ਸੰਭਵ ਹੀਲਾ ਕੀਤਾ ਗਿਆ ਪੰਜਾਬੀ ਸੂਬਾ ਮੋਰਚਾ ਵਿਦਨ ਆਟੋਨਮੀ ਅਨੰਦਪੁਰ ਦਾ ਮਥਾ ਜਿਹੜਾ ਉਹ ਫਾਈਨਲ ਡਾਕੂਮੈਂਟ ਸੀ ਕਿ ਭਾਈ ਜਿਹਦੇ ਥੱਲੇ ਇੰਡੀਅਨ ਸਟੇਟ ਦੇ ਦਾਇਰਾਕਾਰ ਚ ਰਹਿੰਦੇ ਆ ਅੰਦਰੂਨੀ ਖੁਦਮੁਖਤਾਰੀ ਦੀ ਮੰਗ ਸੀ ਪਰ ਜੇ ਇਸ ਦਾ ਜਵਾਬ ਟੋਟਲ ਵਾਰ ਦੇ ਰੂਪ ਦੇ ਵਿੱਚ ਮਿਲਿਆ ਜਿਹਦੇ ਵਿੱਚ ਫਿਜ਼ੀਕਲ ਐਕਸਟਿੰਕਸ਼ਨ ਅਕਾਲ ਤਖਤ ਨੂੰ ਡਿਸਟਰੋਏ ਕਰਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਰਾਹੀਂ ਸਿੱਖ ਹਿਸਟਰੀ ਸਿਟਿਨ ਨੂੰ ਡਿਸਟਰੋਏ ਕਰਨਾ ਸਿੱਖ ਨੌਜਵਾਨੀ ਦਾ ਘਾਣ ਔਰ ਇਕਨੋਮਿਕਲ ਦਾ ਜੋ ਕਾਰੀਰ ਐ ਸੀ ਕੋਈ ਇੰਡਸਟਰੀ ਦਾ ਪੰਜਾਬ ਚ ਕੀ ਲੈਣੀ ਸੀ ਉਹ ਪੰਜਾਬ ਦੇ ਪਾਣੀਆਂ ਦਾ ਵੀ ਜਿਹੜਾ 3/4 ਆ ਉਹ ਲੁੱਟ ਗਏ ਨਾਨ ਰਾਈਪਰੀਅਨ ਸਟੇਟਾ ਰਾਜਸਥਾਨ ਤੇ ਹਰਿਆਣੇ ਦੇ ਹਵਾਲੇ ਕਰਨਾ ਤੇ ਜਦੋਂ ਉਹ ਸਟੇਟ ਤੁਹਾਡੇ ਤੇ ਚੜ ਕੇ ਆ ਗਈ ਉਸ ਤੋਂ ਬਾਅਦ ਤਾਂ ਫੇਰ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ ਹੈ ਹੂੰ ਔਰ ਇਹੀ ਇਥੋਂ ਸਾਡੀ ਕਲੀਅਰ ਖਾਲਸਤਾਨ ਦੀ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ ਹਾਲਾਂ ਖਾਲਸਤਾਨ ਦਾ ਸੋਵਰਨਿਟੀ ਉਹ ਤਾਂ ਰਾਜ ਕਰੇਗਾ ਖਾਲਸਾ ਦੇ ਨਾਲ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਉਹ ਸਾਨੂੰ ਗੁਰੂ ਨੇ ਪਾਤਸ਼ਾਹ ਬਣਾਇਆ ਹੋਇਆ ਉਹ ਸਫਰ 1999 ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਖਾਲਸਾ ਜਿਹੜਾ ਹੈ ਉਹ ਸੋਵਰਨ ਹੈ ਲੇਕਿਨ ਜੈਸੇ 20th ਸੈਂਚਰੀ ਕੰਟੈਕਸਟ ਦੇ ਵਿੱਚ ਅੰਗਰੇਜ਼ੀ ਗੁਲਾਮੀ ਤੋਂ ਹਿੰਦੂ ਤੋਂ ਵੀ ਗੁਲਾਮੀ ਤੱਕ ਦਾ ਦੇਖੀਏ ਤਾਂ ਫਿਰ ਔਰ ਇਹੀ ਜਿਹੜੇ ਅਲਫਾਜ਼ ਨੇ ਸੰਤ ਪਿੰਡਾ ਵਾਲਿਆਂ ਦੇ ਵੀ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪੈ ਖਾਲਸਪੁਰ ਦੀ ਨਿਯਤ ਕੀਤੀ ਜਾਏਗੀ ਇਹ ਵੀ ਇੱਕ ਹਿਸਟੋਰੀਕਲ ਫੈਕਟ ਹੈ ਕਿ ਜੂਨ ਦੇ ਪਹਿਲੇ ਹਫਤੇ ਤੱਕ ਨਾ ਕਿਸੇ ਨੇ ਅਕਾਲ ਤਖਤ ਤੋਂ ਖਾਲਸਪੁਰ ਡਿਕਲੇਅਰ ਕੀਤਾ ਸੰਤ ਪਿੰਡਾ ਵਾਲਿਆਂ ਨੇ ਵੀ ਆਨੰਦਪੁਰ ਦੇ ਮਥੇ ਦੀ ਪੂਰਨ ਪ੍ਰਾਪਤੀ ਤੱਕ ਮੋਰਚਾ ਧਰਮ ਯੁੱਧ ਮੋਰਚਾ ਕਰਨ ਦਾ ਪ੍ਰਣ ਲਿਆ ਲੇਕਿਨ ਜੇ ਸਰਕਾਰ ਨੇ ਤੁਹਾਨੂੰ ਨਿਸਤੋ ਨਾ ਬਹੁਤ ਕਰਨ ਦਾ ਜਿਹੜਾ ਉਹ ਤੇ ਯਾ ਕਰ ਲਿਆ ਤੇ ਫਿਰ ਜ਼ਾਹਰ ਹੈ ਕਿ ਅੱਜ ਅਸੀਂ ਜਦੋਂ 39 ਸਾਲ ਦੇ ਇਸ ਸਫ਼ਰ ਵੱਲ ਨਜ਼ਰ ਮਾਰਦੇ ਅੱਜ ਤੇ ਜੋ ਹਕੂਮਤ ਨੇ ਚਾਇਆ ਇਹ ਨਹੀਂ ਵੀ ਇੱਕ ਹਕੂਮਤ ਨੇ ਚਾਇਆ ਇੰਦਰਾ ਗਾਂਧੀ ਦਾ ਤਾਂ ਅੰਤ ਆਜ ਦੇ ਦਿਨ ਹੋ ਗਿਆ 39 ਬਾਰੇ ਪਹਿਲਾਂ ਲੇਕਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਹੂੰ ਉਸ ਨੇ ਇੱਕ ਸਟੈਪ ਹੋਰ ਅੱਗੇ ਜਾਂਦੇ ਆ ਜਿਹੜਾ ਇੰਦਰਾ ਗਾਂਧੀ ਦਾ ਡਿਜ਼ਾਈਨ ਸੀ 9 ਨਵੰਬਰ 1984 ਨੂੰ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦੇ ਦਾਵਾ ਬੋਲ ਕੇ ਮਾਰਨ ਦਾ ਉਹ ਰਾਜੀਵ ਗਾਂਧੀ ਨੇ ਅਗਲੇ 3-4 ਦਿਨ ਨਵੰਬਰ 4-5 ਤੱਕ ਕਾਂਗਰਸ ਰੂਲਡ ਸਟੇਟਾਂ 'ਚ ਖਾਸ ਕਰਕੇ ਔਰ ਭਾਰਤ ਪਰ 'ਚ ਜਿਹੜਾ ਆਮ ਤੌਰ ਦੇ ਉੱਤੇ ਹਜ਼ਾਰਾਂ ਸਿੱਖਾਂ ਦੇ ਦਾ ਖੂਨ ਡੋਲੇ ਔਰ بڑے ਹੰਕਾਰ ਦੇ ਨਾਲ ਉਹਨੇ ਆਪਣਾ ਪਹਿਲਾ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਕੱਟੇ ਅਡਰੈਸ ਕੀਤਾ ਇਹ ਜਦੋਂ ਨੇ ਕਿਹਾ ਕਿ ਜਦ ਕੋਈ ਬड़ा વૃક્ષ ਗਿਰਦਾ ਹੈ ਤਾਂ ਧਰਤੀ ਕਾਂਪਦੀ ਹੈ ਇਹ ਹਜ਼ਾਰਾਂ ਸਿੱਖਾਂ ਦਾ ਖੂਨ ਢੋਲ ਕੇ ਉਸ ਨਾਲ ਉਹਨੇ ਆਪਣਾ ਰਾਜਯ ਵਿਸ਼ੇਖ ਕੀਤਾ ਬਾਦਸ਼ਾਹ ਹੋਣ ਦਾ ਉਹਨੇ ਤਿਲਕ ਲਾਇਆ ਜੀ ਔਰ ਜੋ ਕੁਝ ਫਿਰ ਉਹਨਾਂ ਨੇ ਪੰਜਾਬ ਚ ਅਗਲੀ ਦਹਾਈ ਚ ਕੀਤਾ 84 ਤੋਂ 94 95 ਤੱਕ ਉਹ 80 ਰੋਜ਼ਾਨਾ ਇੱਕ ਪੂਰੀ نسل ਮਾਰ ਦਿੱਤੀ ਨਸ਼ਿਆਂ ਦੇ ਵਾਲੇ ਪਰ ਦੇਖਣਾ ਇਹ ਹੈ ਕਿ ਵੀ ਇਹ ਤਾਂ ਠੀਕ ਹੈ ਕਈ ਦੁਸ਼ਮਣ ਬਾਤ ਕਰਿਆ ਹੁਣੀ ਉਹਨੇ ਹੁਣਾ ਵੀ ਕਰਨੀ ਐ ਉਹਨੇ ਉਹਦੇ ਇਰਾਦੇ ਵੀ ਨਾਪਾਕ ਹੋਣੇ ਨੇ ਕੋਈ ਇਰਾਦੇ ਹੋਣੇ ਨੇ ਲੇਕਿਨ ਜੇ ਅਸੀਂ ਗੁਰੂ ਦੀ ਕਲਾ ਵਰਤ ਦੀ ਦੇਖਣੀ ਹੋਏ ਸਾਡਾ ਸਾਰਾ ਇਤਿਹਾਸ ਹੀ ਕਰਾਮਾਤ ਹੈ ਜੀ ਲੇਕਿਨ ਇਹਨਾਂ 39 ਵਰੀਆਂ ਨੇ ਉਸ ਕਰਾਮਾਤ ਨੂੰ ਉਸ ਖਾਲਸੇ ਦੇ ਤੇਜ ਨੂੰ ਖਾਲਸੇ ਦੀ ਤਾਕਤ ਨੂੰ ਗੁਰੂ ਦੀ ਕਲਾ ਨੂੰ ਹਰ ਮੋੜ ਦੇ ਉੱਤੇ ਲਿਆ ਕੇ ਸਾਨੂੰ ਦਰਸਾਇਆ ਔਰ ਉਹ ਪੰਜਾਬ ਦੇ ਵਿੱਚ ਅੱਜ ਦਾ ਮਾਹੌਲ ਬੇਸ਼ੱਕ ਕਈ ਵਾਰ ਕੁਝ ਜਦੋਂ ਨੈਗੇਟਿਵਿਟੀ ਹੁੰਦੀ ਹੈ ਆਪਣੇ ਬਹੁਤ ਸਾਰੇ ਇਕਦਮ ਨੈਗੇਟਿਵ ਕਮੈਂਟਸ ਤੇ ਆ ਜਾਂਦੇ ਨੇ ਜਦ ਢੈਂਦੀ ਕਲਾ ਵਾਲੀ ਗੱਲ ਕਰਦੇ ਨਹੀਂ ਤੁਸੀਂ ਪਿਕਚਰ ਨੂੰ ਇੰਟਰਟੈਲਿਟੀ ਦੇਖੋ ਆਪਣੇ ਪੋਟੈਂਸ਼ੀਅਲ ਨੂੰ ਦੇਖੋ ਆਪਣੀ ਤਾਕਤ ਨੂੰ ਦੁਸ਼ਮਨ ਦੀ ਤਾਕਤ ਨੂੰ ਦੁਸ਼ਮਨ ਦੇ ਇਰਾਦਿਆਂ ਨੂੰ ਉਹਦੇ ਹਥਿਆਰਾਂ ਨੂੰ ਦੇਖੋ ਤਾਂ ਫੇਰ ਇਹ ਕਹਿਣਾ ਬਣਦਾ ਹੈ ਕਿ ਕਿਆ ਬਾਤ ਹੈ ਕਿ ਹਸਤੀ ਮਿਟਦੀ ਨਹੀਂ ਹੈ ਆਪਣੀ ਕਿ ਗੱਲ ਇਹ ਨਹੀਂ ਹੈ ਕਿ ਜੇ 34 ਸਾਲ ਹੋ ਗਏ ਜੀ ਖਾਲਸਤਰ ਬਣਿਆ ਨਹੀਂ ਜਾਂ ਕਿਉਂ ਨਹੀਂ ਅੱਜ ਅਸੀਂ ਇੱਥੇ ਖੜੇ ਹਾਂ ਕਿ ਜਿੱਥੇ ਪੰਜਾਬ ਦੇ ਵਿੱਚ 1950 ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਨਾਰੇ ਤੇ پابੰਦੀ ਸੀ ਜੂਨ 84 ਤੋਂ ਬਾਅਦ ਕੇਸਰੀ ਪੱਗ ਪੰਜਾਬ ਦੇ ਵਿੱਚ ਮੌਤ ਦਾ ਵਾਰੰਟ ਸੀ ਅੱਜ ਦੁਨੀਆ ਭਰ ਦੇ ਵਿੱਚ ਕੇਸਰੀ ਪੱਗਾਂ ਵਾਲੇ ਵੀ ਨੇ ਖਾਲਸਾਤਾਨ ਜ਼ਿੰਦਾਬਾਦ ਰੀ ਹੈ ਇਹ ਜਿਹੜਾ ਖਾਲਸਾਈ ਝੰਡੇ ਖਾਲਸਾਤਾਨ ਦੇ ਵੀ ਝੂਲ ਰਹੇ ਨੇ ਅੱਛਾ ਔਰ ਖਾਲਸਾਤਾਨ ਰੈਫਰੈਂਡਮ ਨੇ ਪਿਛਲੇ ਪੀਰੀਅਡ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਵੋਟਾਂ ਹੋਈਆਂ ਨੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਦੀ ਐਸਪੀਰੇਸ਼ਨਸ ਕੀ ਨੇ ਔਰ ਇਕੱਲੀਆਂ ਇਹ ਨਹੀਂ ਹੈ ਬਾ ਜੇ ਤੁਸੀਂ ਵਿਦਨ ਵੀ ਦੇਖਦੇ ਹੋ ਉਹ ਦਾਲ ਖਾਲਸਾ ਹੋਏ ਸਰਸਮਨਜੀਤ ਸਿੰਘ ਮਾਨ ਜਿਨ੍ਹਾਂ ਨੇ ਔਰ ਅੱਜ ਇੱਕ ਵੱਡਾ ਸਮਾਗਮ ਅਖਾਤਖਤ ਸਾਹਿਬ ਤੇ ਵੀ ਹੋਇਆ ਹੈ ਸ਼ਹੀਦ ਭਾਈ ਬਿਆਨ ਸਿੰਘ ਸਤਵੰਤ ਸਿੰਘ ਕੇਰ ਸਿੰਘ ਦੀ ਯਾਦ ਦਿੱਲੀ ਚ ਵੀ ਹੋਇਆ ਪਿਛਲੇ ਦਿਨੀ ਮਲੋਆ ਉਹਨਾਂ ਦੇ ਪਿੰਡ ਚ ਵੀ ਹੋਇਆ ਔਰ ਦਲ ਖਾਲਸਾ ਵੱਲੋਂ ਲਗਾਤਾਰਤਾ ਨਾਲ ਖਾਲਸਾਣ ਲਈ ਮਾਰਚ ਵੀ ਕੱਢੇ ਜਾਂਦੇ ਨੇ ਖਾਲਸਾਣ ਦੇ ਮੁੱਦੇ ਦੇ ਉੱਤੇ ਸੰਗਰੂਰ ਪਾਰਲੀਮੈਂਟਰੀ ਚੋਂ ਵੀ ਮਾਨ ਸਾਹਿਬ ਨੇ ਦਿੱਤੀ ਹੈ ਔਰ ਦੀਪ ਸਿੱਧੂ ਸਿੱਧੂ ਮੂਸੇਵਾਲਾ ਭਾਈ ਅਮਰਪਾਲ ਸਿੰਘ ਇਹ ਸਾਡੀ ਉਹ ਜਨਰੇਸ਼ਨ ਜਿਹੜੀ ਪੋਸਟ 84 ਜਿਹਨੇ ਆਪਣਾ ਪ੍ਰਭਾਵ ਦਿੱਤਾ ਬਹੁਤ ਸਾਰੇ ਪੈਦਾ ਹੀ ਉਸ ਤੋਂ ਬਾਅਦ ਹੋਏ ਲੇਕਿਨ ਝੰਡਾ ਬਰਦਾਰ ਬਣੇ ਔਰ ਅੱਜ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਖਾਲਸਤਾਨ ਦੀ ਗੱਲ ਬਿਲਕੁਲ ਖੁੱਲ ਕੇ ਕਰਦੇ ਆਏ ਜੇ ਵਰਲਡ ਸਿੱਖ ਪਾਰਲੀਮੈਂਟ ਦੇ ਆ ਦੀ ਸਤ ਘੰਟੇ ਦੀ ਕਾਰਵਾਈ ਜਿਹੜੀ ਕਿ ਫੋਕਸਡ ਹੈ ਕਿ ਭਾਈ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਤੇ ਫਿਰ ਡੈਨ ਇੰਦਰਾ ਗਾਂਧੀ ਔਰ ਉਸ ਦੀ ਸਾਰੀ ਕਲਰ ਟੀਮ ਜਿਹੜੀ ਉਸ ਦੀ ਕਿਚਨ ਕੈਬਿਨੇਟ ਸੀ ਅਰਨ ਨਹਿਰੂ ਅਰਨ ਸਿੰਘ ਪੀਸੀ ਅਲੈਗਜ਼ੈਂਡਰ ਪੀਚ ਦੰਬਰਮ ਨਰਸੀਮਾ ਰਾਓ ਇਹ ਜਦੋਂ ਵੀ ਇਹ ਸਾਰੇ ਵੇਰਵੇ ਕਿਤੇ ਆਣਗੇ ਇਹ ਨਾ ਇਹ ਸਾਰੇ ਗੰਦੇ ਕਿਰਦਾਰ ਜਿਹੜੇ ਕੁਝ ਮਰ ਗਏ ਕੁਝ ਮਰ ਰਹੇ ਨੇ ਪਰ ਇਹ ਸਾਰੇ ਉਹ ਨੇ ਰਾਜੀਵ ਗਾਂਧੀ ਜਿਹੜਾ ਇਹਨਾਂ ਸਾਰਿਆਂ ਦਾ ਸਰਗਣ ਹੈ ਇਹ ਸਾਰੇ ਜਿਹੜੇ ਨੇ ਇਹਨਾਂ ਦਾ ਕੁ ਉਰਾਦੇ ਇਹਨਾਂ ਦਾ ਤਾਂ ਨਾਮੋ ਨਿਸ਼ਾਨ ਮਟ ਗਿਆ ਖਾਲਸਾ ਅੱਜ ਵੀ ਗਰਜ ਰਿਹਾ ਔਰ ਮੈਂ ਸੈਗਮੈਂਟ ক্লোਜ਼ ਕਰਨ ਤੋਂ ਪਹਿਲਾਂ ਖਾਸ ਕਰਕੇ ਸਾਡੇ ਵੀਰ ਪਾਈ ਸੰਤੋਖ ਸਿੰਘ ਭਾਉ ਜੀ ਉਹਨਾਂ ਦੀ ਇੱਕ ਨਜ਼ਮ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਪੁੱਤ ਪੰਜ ਦਰਿਆਵਾਂ ਦੇ ਹਮ ਕਾਫ ਕਸਮ ਲੱਗੇ ਪੰਜ ਦਰਿਆਵਾਂ ਦੀ ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ ਕਿਉਂਕਿ ਅਲਫ ਬੇ ਪੀ ਕਾਫ ਕਕੇ ਲਈ ਕਾਫ ਕਸਮ ਕਾਫ ਨਾਲ ਲਿਖਿਆ ਜਾਂਦਾ ਹੈ ਉਰਦੂ ਕੌਨਸੈਂਸ ਕਾਫ ਕਸਮ ਲੱਗੇ ਪੰਜ ਦਰਿਆਵਾਂ ਦੀ ਪੰਜਾਬ ਕਦੀ ਗੁਲਾਮ ਨਹੀਂ ਰਹਿਣ ਦੇਣਾ ਮੁੱਲ ਕਿੰਨਾ ਵੀ ਤਾਰਨਾ ਪੈ ਜਾਵੇ ਜ਼ਾਲਮ ਕੋਈ ਨਹੀਂ ਇੱਥੇ ਰਹਿਣ ਦੇਣਾ ਬਾਰਡਰ ਬਨ ਕੇ ਦੇਸ਼ ਪੰਜਾਬ ਵਾਲੇ ਨਾਪਾਕ ਫੌਜ ਦਾ ਪੈਰ ਨਹੀਂ ਪੈਣ ਦੇਣਾ ਉਡਾਰੀਆਂ ਲਾਊਗੀ ਖਾਲਸਾ ਫੌਜ ਇੱਥੇ ਅਕਾਲ ਤਖਤ ਨਹੀਂ ਮੁੜ ਕੇ ਢਹਿਣ ਦੇਣਾ ਬੜੀਆਂ ਪਾਉ ਪੁਰਤ ਲਾਈਨਾਂ ਨੇ ਕਾਫ ਕਸਮ ਲੱਗੇ ਪੰਜ ਦਰਿਆਵਾਂ ਦੀ ਪੰਜਾਬ ਕਦੇ ਗੁਲਾਮ ਨਹੀਂ ਰਹਿਣ ਦੇਣਾ ਮੁੱਲ ਕਿੰਨਾ ਵੀ ਤਾਰਨਾ ਪੈ ਜਾਵੇ ਜ਼ਾਲਮ ਕੋਈ ਨਹੀਂ ਇੱਥੇ ਰਹਿਣ ਦੇਣਾ ਬਾਰਡਰ ਬਨ ਕੇ ਦੇਸ਼ ਪੰਜਾਬ ਵਾਲੇ ਨਾਪਾਕ ਫੌਜ ਦਾ ਪੈਰ ਨਹੀਂ ਪੈਣ ਦੇਣਾ ਉਡਾਰੀਆਂ ਲਾਉਗੀ ਖਾਲਸਾ ਫੌਜ ਇੱਥੇ ਅਕਾਲ ਤਖਤ ਨਹੀਂ ਮੁੜ ਕੇ ਟਹਿਣ ਦੇਣਾ ਸੁਖੀ ਵਸਣ ਪੰਜਾਬ ਦੇ ਲੋਕ ਸਾਰੇ ਇੱਥੇ ਮਜ਼ਲੂਮਾਂ ਨੂੰ ਜ਼ੁਲਮ ਨਹੀਂ ਸਹਿਣ ਦੇਣਾ ਪੁਲਿਸ ਨੂੰ ਸਬਕ ਦੇਣਾ ਪਾਈਚਾਰੇ ਵਾਲਾ ਝੂਠਾ ਕੇਸ ਨਹੀਂ ਕਿਸੇ ਤੇ ਪੈਣ ਦੇਣਾ ਹੱਕ ਆਪਣੇ ਦੀ ਕਰਾਂਗੇ ਸਦਾ ਰਾਖੀ ਡਾਕਾ ਪਾਣੀਆਂ ਉੱਤੇ ਨਹੀਂ ਪੈਣ ਦੇਣਾ ਭਾਖੜਾ ਨੰਗਲ ਵਿਰਾਸਤ ਪੰਜਾਬੀਆਂ ਦੀ ਦਿੱਲੀ ਦੱਲਿਆਂ ਨੂੰ ਲੁੱਟਣ ਨਹੀਂ ਡੈਮ ਦੇਣਾ ਲੋਕ ਪੰਜਾਬ ਦੇ ਸ਼ਾਨ ਨਾਲ ਜੀਣ ਇੱਥੇ ਜ਼ਾਤ ਪਾਤ ਦਾ ਕੋੜ ਨਹੀਂ ਸਹਿਣ ਦੇਣਾ ਸਦਾ ਝੂਲੇਗਾ ਨੀਲਾ ਨਿਸ਼ਾਨ ਇੱਥੇ ਖੂਨੀ ਤਰੰਗਾ ਨਹੀਂ ਪਾਹੂ ਹੁਣ ਰਹਿਣ ਦੇਣਾ ਸੋ ਇਹ ਐ 39 ਸਾਲ ਬਾਅਦ ਜਿਹੜੀ ਖਾਲਸਾ ਇਸਪਿਰਟ ਆ ਝੰਡਾ ਨੀਲਾ ਹੋਏ ਜਾਂ ਕੇਸਰੀ ਹੋਏ ਪਰ ਖਾਲਸੇ ਦੇ ਇਹੀ ਝੰਡੇ ਬੁੰਗੇ ਜੁਗੋ ਜੁਗਾ ਟਾਲਦੀ ਅਰਦਾਸ 39 ਸਾਲ ਬਾਅਦ ਵੀ ਅਸੀਂ ਦੇਖ ਸਕਦੇ ਹਾਂ ਕਿ ਜਿੱਥੋਂ ਸੂਰਜ ਚੜ੍ਹਦਾ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਉੱਥੇ ਵੀ ਖਾਲਸਾ ਹੀ ਪਰਚਮ ਝੁਲਦੇ ਨੇ ਜਿੱਥੇ ਸੂਰਜ ਇਸ ਪਲੈਨਟ ਤੇ ਡੁੱਬਦਾ ਵੈਨਕੂਵਰ ਸਿਆਟਲ ਉੱਥੇ ਵੀ ਖਾਲਸਾ ਹੀ ਪਰਚਮ ਝੁਲਦੇ ਨੇ ਲੇਕਿਨ ਉਹ ਜਿਹੜੀ ਡੈਨ ਇੰਦਰਾ ਔਰ ਉਹਨਾਂ ਦੇ ਕੋਈ ਇਰਾਦੇ ਔਰ ਉਹ ਸਾਰੇ ਜਨਰਲ ਵੈਦਿਆ ਔਰ ਉਹ ਸਾਰੇ ਜਿਹੜੇ ਨੇ ਉਹ ਨਰਕਾਂ ਦੇ ਵਿੱਚ ਹਾਏ ਹਾਏ ਕਰਦੇ ਆਂ ਤੁਸੀਂ ਉਹਨਾਂ ਨੂੰ ਸੁਣਦੇ ਹੋ ਇਹ ਹੀ ਅਲਟੀਮੇਟਲੀ ਕਾਲਾ ਗੁਰੂ ਦੀ ਕਿ ਜੈਕਾਰ ਕਿਓ ਤਰਮੀਆ ਤਰਮੀਆ ਕਾ ਪਾਪੀ ਕੋ ਡੰਡਾ ਪਾਪੀ ਕੋ ਡੰਡ ਦਿਓ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੇ ਨੇ ਬ੍ਰੇਕ ਵਿਅਰਸ ਤੁਸਨ ਜਿਤਨੇ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਫ੍ਰੈਗ ਕਿ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਾ ਤੋਂ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਜੋ ਵਾਪਰਦਾ ਹੈ ਉਹ ਦਿਖਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣਦੇਖਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨ ਲੱਗੇ ਪੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ ਪਿਉਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਵਿੱਚ ਇੱਕ ਖਬਰ ਆ ਹਨ ਕਿ ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰੀ ਇੱਕ ਦੂਜੇ ਨਾਲ ਲਗਾਤਾਰ ਤਾਂ ਨਾਲ ਜਿਹੜੇ ਸੰਪਰਕ ਵਿੱਚ ਹਨ ਕੁਝ ਹਲਕਿਆਂ ਵੱਲੋਂ ਇੱਕ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕੋਈ ਸੌਦੇਬਾਜ਼ੀ ਚੱਲ ਰਹੀ ਹੋਵੇ ਅਤੇ ਸਿੱਖ ਇਸ਼ੂ ਨੂੰ ਅੰਗੋਲੀਆਂ ਕਰ ਦਿੱਤਾ ਜਾਵੇ ਸੋ ਇਸੇ ਤਰ੍ਹਾਂ ਕਤਰ ਵਿਚਲੇ ਜਿਹੜੇ 8 ਭਾਰਤੀ ਨੇਵੀ ਅਫਸਰਾਂ ਨੂੰ ਜਸੂਸੀ ਲਈ ਦਿੱਤੀ ਗਈ ਮੌਤ ਦੀ ਸਜ਼ਾ ਬਾਰੇ ਵੀ ਕਿਆਸ ਰਾਈਆਂ ਨੇ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਅਨਿਸ਼ਚਿਤ ਰਹਿਣਾ ਦੇਖਣ ਚੱਲ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਅ ਦੇਖੋ ਕਿਉਂਕਿ ਕੈਨੇਡਾ ਦੇ ਨਾਲ ਭਾਰਤ ਨੂੰ ਪੰਗਾ ਬਹੁਤ ਮਹਿੰਗਾ ਪਿਆ ਕਿਉਂਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਭਾਰਤ ਦਾ ਐਜ਼ এ ਰੌਗ ਸਟੇਟ ਚਿਹਰਾ ਦੁਨੀਆ ਸਾਹਮਣੇ ਰਿਆਂਦਾ ਜਿਵੇਂ 5 eyes ਕੰਟਰੀਜ਼ ਅਮਰੀਕਾ ਤੋਂ ਬਾਅਦ ਯੂਕੇ ਹੋਰ ਬਾਅਦ ਜਦੋਂ FBI ਹੈੱਡ ਦੇ ਸੱਦੇ ਦੇ ਉੱਤੇ ਪੰਜੋਈ ਮੁਲਕਾਂ ਦੇ ਜਿਹੜੇ ਇੰਟੈਲੀਜੈਂਸ ਚੀਫ ਨੇ ਪਾਰਲੋ ਆਲਟੋ ਕੈਲੀਫੋਰਨੀਆ 'ਚ ਮਿਲਦੇ ਨੇ ਔਰ ਫਿਰ ਜਾ ਕੇ ਜਿਵੇਂ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਔਰ ਨਿਊਜ਼ੀਲੈਂਡ ਦੇ ਇੰਟੈਲੀਜੈਂਸ ਚੀਫ ਨੇ ਵੀ ਭਾਰਤ ਨੂੰ ਬਿਲਕੁਲ ਧੌਣ ਤੋਂ ਫੜ ਕੇ ਮਰੋੜੀ ਦਿੱਤੀ ਉਸ ਤੋਂ ਬਾਅਦ ਇਹ ਜ਼ਾਹਰ ਹੋ ਗਿਆ ਕਿ ਜਿਹੜੀ ਭਾਰਤ ਦੀ ਨੀਤੀ ਸੀ ਕਿ ਕੈਨੇਡਾ ਨੂੰ ਤੁਸੀਂ ਇੱਕ ਪਾਸੇ ਆਈਸੋਲੇਟ ਕਰਕੇ ਜਸਟਨ ਟਰੂਡੋ ਨੂੰ ਔਰ ਉਹਦੇ ਨਾਲ دہشت گردੀ ਖਾਰਸਤਾਨੀ ਔਰ ਇਸ ਕਿਸਮ ਦੀ ਅਸੀਂ ਡਿਮਾਰਸ਼ੇ ਦਿੱਤਾ ਅਸੀਂ ਫਲਾਣਾ ਕੀਤਾ ਅਸੀਂ ਐਕਸਟਰੈਡੀਸ਼ਨ ਮੰਗੀ ਸੀ ਫਲਾਣਾ ਨਹੀਂ ਕੀਤਾ ਇਹ ਤਾਂ ਰਲੇ ਹੋਏ ਨੇ ਕਿਉਂਕਿ ਵੋਟਾਂ ਚਾਹੀਦੀਆਂ ਐ ਤੇ ਦੂਜਾ ਉਹ ਸਾਰਾ ਜਿਹੜਾ ਇਹਨਾਂ ਨੇ ਝੂਠਾ ਵਰਤਾਂਤ ਸਿਰਜਿਆ ਸੀ ਉਹ ਤਾਂ ਥੱਲੇ ਡਿੱਗਿਆ ਔਰ ਇਨਾ ਨੇ ਜਿਹੜਾ ਇੱਕਦਮ ਆਪਣੀ ਜਿਹੜਾ ਇਹ ਦਿਖਾਣ ਦੇ ਲਈ ਆਪਣੇ ਲੋਕਾਂ ਨੂੰ ਦੇਖੋ ਜੇ ਅਸੀਂ ਕਿੰਨਾ ਸਖਤ ਐਕਸ਼ਨ ਲਿਆ ਵਨ ਸਾਈਡਿਡਲੀ ਵੀਜ਼ੇ ਬੰਦ ਕਰਨ ਦੀ ਲਾਈਨ ਲਈ ਸੀ ਉਹ ਵੀ ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ ਜ ਜਿਹਨੂੰ ਅਸੀਂ ਥੁੱਕਿਆ ਛੱਟਣਾ ਕਿਹਾ ਸੀ ਜੀ ਲੇਕਿਨ ਇਹ ਸਭ ਦੇ ਬਾਵਜੂਦ ਕਿਉਂਕਿ ਬਹੁਤ ਵਾਰ ਜਦੋਂ ਇਸ ਕਿਸਮ ਦੀਆਂ ਲਾਈਨਸ ਡਰਾ ਹੁੰਦੀਆਂ ਨੇ ਬਿਹਾਈਂਡ ਦਾ ਕਰਟਰਨ ਤਾਂ ਕਈ ਕੁਝ ਚੱਲ ਰਿਹਾ ਹੁੰਦਾ ਹੈ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਮੀਡੀਆ 'ਚ ਨੇ ਉਹ ਕਨਫਿਊਜ਼ਨ ਵਾਲੀਆਂ ਵੀ ਹੁੰਦੀਆਂ ਨੇ ਕਿਉਂਕਿ ਦੋਨੋਂ ਪਾਸੇ ਆਪੋ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਹੁੰਦੇ ਨੇ ਔਰ ਇੰਡੀਅਨ ਤਾਂ ਮਾਰਨੇ ਇਸ ਗੱਲ ਦੇ ਕਿ ਉਹਨਾਂ ਨੇ ਜਿੰਨੂੰ ਮਰਜ਼ੀ ਜਿਸ ਝੂਠ ਨੂੰ ਉਹਨਾਂ ਨੇ ਪਰੋਸਣਾ ਉਹ ਕਿਵੇਂ ਪਰੋਸਦੇ ਨੇ ਹਾਲਾਂ ਇਹ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਅਮਰੀਕਾ ਕੈਨੇਡਾ ਜਾਂ ਵੈਸਟਰਨ ਯੂਰੋਪੀਅਨ ਕੰਟਰੀਜ਼ ਜਿਹੜਾ ਮਿਡਲ ਈਸਟ ਕ੍ਰਾਈਸਿਸ ਹੈ ਉਹਦੇ 'ਚ ਸਟੈਂਡਿੰਗ ਵਿਦ ਦਾ ਟਾਇਰੈਂਟ ਜੋ ਇਜ਼ਰਾਈਲ ਗਾਜ਼ਾ 'ਚ ਕਰ ਰਿਹਾ ਗਾਜ਼ਾ 'ਚ ਉਨੂੰ ਲੈ ਕੇ ਕਾਫੀ ਜ਼ੋਰਦਾਰ ਪ੍ਰੋਟੈਸਟ ਨੇ ਇਵਨ ਕੈਨੇਡਾ ਚ ਵੀ ਜਿਹੜੇ ਆਮ ਪ੍ਰੋਟੈਸਟਰ ਨੇ ਉਹ ਐਮਪੀਜ਼ ਦੇ ਜਿਹੜਾ ਉਹ ਦਫਤਰਾਂ 'ਚ ਵੀ ਵੜ ਗਏ ਔਰ ਦੂਜੇ ਉਹਨਾਂ ਨੇ ਕਿਹਾ ਕਿ ਜੀ ਕੈਨੇਡਾ ਲਾਈਨ ਲਾ ਕੇ ਸੀਜ਼ਫਾਇਰ ਕਰੇ ਇਜ਼ਰਾਈਲ ਫੌਰਨ ਇਸ ਲਈ ਇਸ ਵੇਲੇ ਇਹ ਇਸ਼ੂ ਹਾਲਾਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਜਿਹੜਾ ਬੀਤੇ ਐਤਵਾਰ ਸੈਕੰਡ ਫੇਜ਼ ਰੈਫਰੈਂਡਮ ਦਾ ਹੋਇਆ ਸਰੀ ਦੇ ਵਿੱਚ ਸਕਸੈਸਫੁਲੀ ਉਦੇ ਤੇ ਇੰਡੀਆ ਕੋਈ ਨਾ ਕੋਈ ਅਫੀਸ਼ੀਅਲ ਪ੍ਰੋਟੈਸਟ ਅਗੇਨ ਕਰੇਗਾ ਜਿਵੇਂ ਉਹਨਾਂ ਨੇ ਟ੍ਰਾਂਟੋ ਵਿੜੇ ਕੀਤਾ ਜਾਂ ਜਿਹੜਾ 10 ਸਤੰਬਰ ਵਾਲਾ ਸੀ ਉਹ ਤਾਂ ਜਿਹੜਾ ਉਹਨਾਂ ਨੇ ਕਰਨ ਤੋਂ ਪਹਿਲਾਂ ਹੀ ਜਿਹੜਾ ਉਹ ਉਹ ਉਹਨਾਂ ਦਾ ਮਰਡਰ ਕਰ ਦਿੱਤਾ ਸੀ ਹਰਦੀਪ ਸਿੰਘ ਨੇਜਰ ਦਾ ਲੇਕਿਨ ਇਸ ਵਾਰ ਤੁਹਾਨੂੰ ਕੋਈ ਅਫੀਸ਼ੀਅਲ ਤਾਂ ਇਸ ਕਿਸਮ ਦਾ ਰਿਐਕਸ਼ਨ ਜਾਂ ਨਹੀਂ ਨਜ਼ਰ ਆਇਆ ਹਾਂ ਇੱਕ ਖਬਰ ਉਹਨਾਂ ਨੇ ਦੋ ਸਾਈਮਲਟੇਨਸਲੀ ਖਬਰਾਂ ਜਿਹੜੀਆਂ ਨੇ ਪਲਾਂਟ ਕਰਵਾਈਆਂ ਜਾਂਦੀਆਂ ਨੇ ਇੱਕ ਤਾਂ ਇਹ ਕਿਉਂਕਿ ਉਹਨਾਂ ਦੇ ਲੋਕ ਵੀ ਜਾਣਨ ਕਿਉਂਕਿ ਖਬਰ ਤਾਂ ਹੋਈ ਕਿ ਭਾਈ ਇੰਨੇ ਹਜ਼ਾਰ ਬੰਦਿਆਂ ਨੇ ਕੀਤਾ ਔਰ ਸਰੀ ਚ ਹੁਣ 2 ਲੱਖ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਅਗਲੇ ਫੇਸ ਚ ਐਪਸਫੋਰਡ ਕੈਲਗਰੀ ਐਡਮਿੰਟਨ ਮੌਂਟਰੀਅਲ ਹੋਏਗਾ ਪਰ ਇੱਕ ਖਬਰ ਜਿਹੜੀ ਇਹਨਾਂ ਨੇ ਅੱਜ ਪਲਾਂਟ ਕਰਵਾਈ ਖਾਲਸਤਾਨੀ ਜ਼ਗئین ਟਾਰਗੇਟ ਇੰਡੀਆ ਨੇ ਐਨ ਵੋਇਨ ਕੈਨੇਡਾ ਕਿ ਜੀ ਦੇਖੋ ਔਰ ਉਹਦੇ ਚੁਣਾ ਨੇ ਕਿਹਾ ਕਿ ਜਦੋਂ ਇਹ ਰੀਫਰੈਂਡਮ ਹੋਇਆ ਔਰ ਉਸ ਤੋਂ ਬਾਅਦ ਜਦੋਂ ਫੰਕਸ਼ਨ ਹੋਇਆ ਗੁਰਦੁਆਰਾ ਸਾਹਿਬ 'ਚ ਤੇ ਇਹ ਜਿਹੜਾ ਕੈਨੇਡੀਅਨ ਜਿਹੜੇ ਖਾਲਸਤਾਨੀ ਨੇ ਉਹਨਾਂ ਨੇ ਖਾਲਸਤਾਨ ਦਾ ਸੈਕਸ ਫਰ ਜਸਟਿਸ ਨੇ ਇੱਕ ਨਵਾਂ ਮੈਪ ਵੀ ਜਾਰੀ ਕੀਤਾ ਜਿਹਦੇ 'ਚ ਪਾਕਿਸਤਾਨ ਵਿੱਚਲਾ ਕੋਈ ਇਲਾਕਾ ਨਹੀਂ ਦਿਖਾਇਆ ਗਿਆ ਦਿੱਲੀ ਨੂੰ ਜਿਹੜੀ ਹੈ ਖਾਲਸਤਾਨ ਦੀ ਕੈਪੀਟਲ ਦਿਖਾਈ ਗਈ ਪਰ ਸੈਕੰਡ ਫੇਜ਼ ਦੇ ਮੌਕੇ ਉਹਨਾਂ ਨੇ ਕਿਹਾ ਕਿ ਜੀ ਸੈਕਸ ਫਰ ਜਸਟਿਸ ਨੇ 1 ਲੱਖ ਡਾਲਰ ਦਾ ਇਨਾਮ ਡਿਕਲੇਅਰ ਕੀਤਾ ਹੈ ਜਿਹੜਾ ਕਿ ਇੰਡੀਆ ਦਾ ਹਾਈ ਕਮਿਸ਼ਨਰ ਹੈ ਕੈਨੇਡਾ ਚ ਸੰਜੇ ਕੁਮਾਰ ਵਰਮਾ ਉਸ ਦੀ ਅਰੈਸਟ ਦੇ ਵਿੱਚ ਸਹਾਇੀ ਹੋਏ ਹੁਣ ਇਹਨੂੰ ਉਹ ਐਜ਼ ਐ ਜਿਹੜਾ ਉਹ ਭੂਠੀ ਕਰ ਰਹੇ ਨੇ ਕਿ ਜਿਵੇਂ ਉਹਦੇ ਸਿਰ ਦਾ ਮੁੱਲ ਰੱਖਿਆ ਹਾਲਾਂ ਉਹ ਬੜੇ ਪਾਰਟਿਕੂਲਰ ਹੁੰਦੇ ਨੇ ਕਿ ਵੀ ਕਾਨੂੰਨੀ ਤੌਰ ਤੇ ਜਿਹੜੀ ਗੱਲ ਹੈ ਕੋ ਗਲਤ ਨਾ ਹੋਵੇ ਕਿ ਭਾਈ ਸਬੂਤ ਇਸ ਤੇ ਬਾਰੇ ਔਰ ਇਸ ਦੇ ਉੱਤੇ ਇਹਨਾਂ ਨੇ ਇਹ ਬੜੀ ਸਟੋਰੀ ਬਣਾ ਕੇ ਇਹ ਕਿਹਾ ਕਿ ਇਹ ਜਿਹੜੇ ਸਾਰੇ ਨੇ ਖਾਲਸਤਾਨੀਜ਼ अगेन ਟਾਰਗੇਟ ਇੰਡੀਅਨ ਐਨਵੋਏਨ ਕੈਨੇਡਾ ਪਰੇ ਦੇ ਵਿੱਚ ਕੋਈ ਕੈਨੇਡਾ ਸਰਕਾਰ ਦਾ ਕ੍ਰਿਟਿਸਿਜ਼ਮ ਨਹੀਂ ਹੈ ਜੀ ਇਹ ਹੁਣ ਕਿਉਂ ਦਿੱਤਾ ਇਹ ਹੁਣ ਕੀਤਾ ਇਸ ਕਿਸਮ ਦੀ ਥ੍ਰੈਟ ਇਹ ਉਹ ਇਸ ਦੇ ਉਲਟ ਕਨਫਿਊਜ਼ਨ ਪੈਦਾ ਕਰਨ ਦੇ ਲਈ ਜਿਹੜੀ ਜਿਹੜਾ ਇੱਕ ਇੰਟਰਵਿਊ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਨੇ ਦਿੱਤਾ ਉਹਨੂੰ ਇਵੇਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਕੋਈ ਬਿਹਾਈਂਡ ਦਾ ਬੈਕ ਸੌਦੇਬਾਜ਼ੀ ਹੋ ਰਹੀ ਹੈ ਇੰਡੀਅਨ ਫੋਰਨ ਮਿਨਿਸਟਰੀ ਦੇ ਨਾਲ ਹੋਰ ਹੈਡਿੰਗ ਪੀਟੀਆਈ ਦੀ ਸਟੋਰੀ ਹੈ ਅੱਛਾ Canadian foreign minister jolly says she is in touch with her indian counterpart jay shankar her remarks come nearly a week after india resumed some visa services in canada hun je tusi us puri statement nu dekho te e ta oh, koi e ta nahi hai be india ne koi diplomatic sambandh tod le ne puri tarah apna high commissioner sad le ya canada ne tod le ne gal baat e ta normal hai hmm. hala ਪਰ ਇਹਨੂੰ ਪ੍ਰੈਜ਼ੈਂਟਵੇਂ ਕੀਤਾ ਗਿਆ ਕਿ ਜਦੋਂ ਦਾ ਹਫਤਾ ਪਹਿਲਾਂ ਇੰਡੀਆ ਨੇ ਵੀਜ਼ੇ ਥੋੜੇ ਖੋਲੇ ਨੇ ਤੇ ਹੁਣ ਕੈਨੇਡੀਅਨ ਜਿਹੜੇ ਨੇ ਉਹ ਜਿਵੇਂ ਕੋਈ ਡੀਲ ਕਰ ਰਹੇ ਹੋਣ ਔਰ ਉਹਨੂੰ ਇਹਨਾਂ ਨੇ ਹੈਡਲਾਈਨ ਬਣਾ ਕੇ ਤੇ ਫਿਰ ਹਰਨਾ ਜੋਲੀ ਨੇ ਜੋ ਕਿਹਾ ਉਹ ਬੜਾ ਕਲੀਅਰ ਸੀ ਵੀ ਸਟੈਂਡ ਬਾਈ ਦਾ ਕ੍ਰੈਡੀਬਲ ਅਲੀਗੇਸ਼ਨਸ ਆਲਸੋ ਕੰਟੀਨਿਊ ਟੂ ਇੰਗੇਜ ਵਿਦ ਇੰਡੀਆ ਕਿ ਜੋ ਅਸੀਂ ਚਾਰਜ ਲਾਇਆ ਵੀ ਇੰਡੀਅਨ ਗਵਰਨਮੈਂਟ ਨੇ ਕੀਤਾ ਅਸੀਂ ਉਸਤੇ ਖੜੇ ਪਰ ਅਸੀਂ ਇੰਡੀਆ ਨੂੰ ਇੰਗੇਜ ਵੀ ਕਰ ਰਹੇ ਆਈ ਹੈਵ ਬੀਨ ਇਨ ਕੰਟੈਕਟ ਵਿਦ ਫੋਰਨ ਮਿਨਿਸਟਰ ਜੈ ਸ਼ੰਕਰ ਐਂਡ ਵੀ ਵਿਲ ਕੰਟੀਨਿਊ ਟੂ ਡੂ ਕਿ ਭਈ ਅਸੀਂ ਉਹਨਾਂ ਦੇ ਨਾਲ ਇਨ ਟੱਚ ਰਹਿਵਾਂਗੇ ਫਿਰ ਉਹਨੇ ਕਿਹਾ ਵੀ ਹੈਵ ਅ ਲੌਂਗ ਟਰਮ ਅਪਰੋਚ ਇਹ ਜਿਹੜਾ ਸਾਡਾ ਕੰਮ ਕਰਨ ਦਾ ਢੰਗ ਹੈ ਲੌਂਗ ਟਰਮ ਹੈ ਵੈਨ ਇਟ ਕਮਸ ਟੂ ਇੰਡੀਆ ਬਿਕਾਜ਼ ਥਿਸ ਇਜ਼ ਅ ਰਿਲੇਸ਼ਨਸ਼ਿਪ ਦੈਟ ਸਪੈਨ ਡੈਕੇਡਸ ਐਂਡ ਵੀ ਆਲ ਨੋ ਦੈਟ ਵੀ ਹੈਵ ਵੈਰੀ ਸਟਰੋਂਗ ਪੀਪਲ ਟੂ ਪੀਪਲ ਟਾਈਜ਼ ਵਿਦ ਦਾ ਕੰਟਰੀ ਪੁਰਾਣੀ ਰਿਲੇਸ਼ਨਸ਼ਿਪ ਹੈ ਲੋਕ ਰਹਿੰਦੇ ਨੇ ਇੱਥੇ ਉਸ ਓਰੀਜਿਨ ਦੇ ਲੋਕਾਂ ਦੇ ਵੀ ਆਪਸੀ ਜਿਹੜੇ ਨੇ ਸਬੰਧ ਨੇ ਜੀ ਨਾਊ ਵੈਨ ਇਟ ਕਮਸ ਟੂ ਇੰਡੋ ਪੈਸੀਫਿਕ ਸਟ੍ਰੈਟਜੀ ਆਲਸੋ ਇਟ ਇਜ਼ ਇੰਪੋਰਟੈਂਟ ਥੈਟ ਵੀ ਇੰਗੇਜ ਵਿਦ ਮੈਨੀ ਡਿਫਰੈਂਟ ਕੰਟਰੀਜ਼ ਆਫ ਦਾ ਰੀਜਨ ਜਨਰਲ ਸਟੇਟਮੈਂਟ ਹੈ ਕਿ ਵੀ ਜਿਹੜੇ ਬਾਕੀ ਵੀ ਨੇ ਨੇਸ਼ਨਸ ਆ ਸੀ ਉਹਨਾਂ ਨਾਲ ਵੀ ਇੰਗੇਜ ਹੁੰਦੇ ਆ ਲੇਕਿਨ ਉਹ ਨਾਲ ਦੀ ਨਾਲ ਉਹਨੇ ਆਪਣੇ ਐਕਸ ਦੇ ਉੱਤੇ ਟਵਿੱਟਰ ਤੇ ਕਿਹਾ ਕੈਨੇਡਾ ਵਿਲ ਵਰਕ ਟੂ ਪ੍ਰੋਮੋਟ ਰਿਸਪੈਕਟ ਫਾਰ ਇੰਟਰਨੈਸ਼ਨਲ ਲਾਜ਼ ਐਂਡ ਨਾਰਮਸ for sovereignty and territorial integrity understanding that threats to international security are threats to our shared prosperity kyunki jadon india ne is statement nu hi twist ditta then she again went on x to say ke bhi canada jada oh international law aur sovereignty aur territorial integrity iser lai kaam karde aur assi eh samajhde hai ke bhai is nu khatra so zahir hai ਉਹਨਾਂ ਨੇ ਕੈਨੇਡਾ ਨੇ ਕੋਈ ਆਪਣੀ ਪੋਜੀਸ਼ਨ ਤੋਂ ਉਹ ਵੱਜ ਨਹੀਂ ਹੋਇਆ ਸੋ ਕੱਲਾ ਹੀ ਨਹੀਂ ਵੀ ਕੈਨੇਡਾ ਦੇ ਹਵਾਲੇ ਨਾਲੇ ਜਿਹੜਾ ਇਸ ਕਿਸਮ ਦੀ ਡਿਸਇਨਫੋਰਮੇਸ਼ਨ ਦੇ ਰਹੇ ਨੇ ਹੁਣ ਕਤਰਦਾਰ ਸੀ ਜ਼ਿਕਰ ਕੀਤਾ ਵੀ 8 ਉਹਨਾਂ ਦੇ ਨੇਵਲ ਹਾਇਰਪਸ ਜਿਹੜੇ ਕੰਮ ਮੋਸਾਦ ਲਈ ਕਰ ਰਹੇ ਸੀ ਇਜ਼ਰਾਈਲ ਲਈ ਜ਼ਾਹਰਾ ਇੰਡੀਅਨ ਰਾ ਦੇ ਕਹਿਣ ਦੇ ਉੱਤੇ ਹੁਣ ਉਹਨਾਂ ਨੂੰ ਕਿਵੇਂ ਉਹਨਾਂ ਨੇ ਮੌਦੀ ਸਜ਼ਾ ਦਿੱਤੀ ਹੈ ਪਰ ਤੁਸੀਂ ਉਹਨਾਂ ਦੀਆਂ ਪੋਸਟਰਾਂ ਦੇਖੋ ਜਿਹੜੀਆਂ ਉਹਨਾਂ ਨੇ ਨਾਨ ਸਟੇਟ ਪਲੇਅਰਸ ਵਾਂਗ ਪੋਹੁੰਦੇ ਨੇ ਕੋਈ ਅੰਕਿਤ ਸਿੰਘ ਨੇ ਕਿਹਾ ਕਿ ਜੀ ਇਹ ਹੁਣ ਕਤਰ ਖबरा ਗਿਆ ਇੰਡੀਆ ਦੇ ਸਟੈਂਡ ਤੋਂ ਉਹਨਾਂ ਨੇ ਕਿਹਾ ਜੀ ਕੀ ਇੰਡੀਆ ਹੈਜ਼ ਫਾਊਂਡ ਐਨ ਆਲਟਰਨੇਟਿਵ ਆਫ ਐਲ ਐਨ ਜੀ ਵਿਚ ਵਿਲ ਫੁੱਲਫਿਲ ਇਟਸ એનર્ਜੀ ਨੀਡਸ ਇਨ ਦਾ ਲੌਂਗ ਰਨ ਹੁਣ ਆਲਮੋਸਟ 30% ਜਿਹੜੀ ਐਲ ਐਨ ਜੀ ਗੈਸ ਹੈ ਉਹ ਇੰਡੀਆ ਨੂੰ ਕਤਰ ਤੋਂ ਆਉਂਦੀ ਹੈ ਉਹਨਾਂ ਨੇ ਕਿਹਾ ਜੀ ਇੰਡੀਆ ਨੇ ਰਾਤੋਂ ਰਾਤ ਸਾਡੇ ਚੂਆਂ ਦੇ ਸਾਇੰਸਦਾਨਾਂ ਨੇ ਗਣੇਸ਼ਜੀ ਦੀਸ ਵਾਰੀਅਨ ਵਾਲਿਆਂ ਨੇ ਲੱਭ ਲਿਆ ਕਿ ਐਲ ਐਨ ਜੀ ਦਾ ਆਲਟਰਨੇਟਿਵ ਕੀ ਹੈ ਇਸ ਲਈ ਕਤਰ ਜਿਹੜਾ ਉਹ ਉਹਦੀ ਹੁਣ ਸਾਨੂੰ ਪਰਵਾਹ ਨਹੀਂ ਹੈ ਮੈਨੀ ਕੰਪਨੀਆਂਜ਼ ਆਫ ਕਤਰ ਆਰ ਅੰਡਰ ਦਾ ਰੈਡਾਰ ਆਫ ਰੈਵਨਿਊ ਇੰਟੈਲੀਜੈਂਸ ਇਨ ਦਾ ਚਾਰजेस ਆਫ ਟੈਕਸ ਐਵੇਜਨ ਕਿ ਜੀ ਕਿੰਨੀਆਂ ਜੜੀਆਂ ਕਤਰੀ ਕੰਪਨੀਆਂ ਭਾਰਤ ਚ ਨੇ ਉਹਨਾਂ ਦੇ ਉੱਤੇ ਜਿਹੜਾ ਸਾਡੀ ਰੈਵਨਿਊ ਇੰਟੈਲੀਜੈਂਸ ਹੈ ਉਹਦੀ ਅੱਖ ਹੈ ਉਹਨਾਂ ਨੂੰ नोटिस हैव बीन इशूड टू कतर एयरवेज एंड मोर कंपनीज आर आल्सो अंडर स्ट्रिक्ट्स टू स्क्रूटनी कि कतर एयरवेज नु भी अस्सी नोटिस देतआ है बाकियों ਦੇ ਉੱਤੇ ਵੀ ਅਸੀਂ ਸਖਤੀ ਕਰ ਰਹੇ ਹਾਂ ਵੀ ਡਿਡਨਟ ਬੋ ਇਨ ਫਰੰਟ ਆਫ ਯੂ ਐਸ اے ਕੈਨੇਡਾ ਲਰਨਟ ਅ ਲਾਈਫ ਲੌਂਗ ਲੈਸਨ ਕਤਰ ਇਜ਼ ਨਥਿੰਗ ਇਨ ਫਰੰਟ ਆਫ ਅਸ आवर डीसेंसिटी शुड नॉट बी ਜਜਡ ਐਸ आवर ਵੀਕਨੈਸ ਉਹ ਤੁਸੀਂ ਦੇਖੋ ਕਿਆ ਪਿੱਦੀ ਕਾ ਪਿੱਦੀ ਕਿਆ ਪਿੱਦੀ ਕਾ ਸ਼ੋਰ ਵਾ ਅਸੀਂ ਅਮਰੀਕਾ ਅਗੇ ਨਹੀਂ ਝੁਕੇ ਕੈਨੇਡਾ ਨੂੰ ਅਸੀਂ ਸਬਕ ਸਿਖਾ ਦਿੱਤਾ ਹੈ ਕਤਰ ਸਾਡੇ ਸਾਹਮਣੇ ਕੀ ਹੈ ਇਹ ਇੱਕ ਪਾਸੇ ਤਾਂ ਇਹ ਚੱਲ ਰਿਹਾ ਤੇ ਦੂਸਰੇ ਪਾਸੇ ਹੁਣ ਇਹ ਵੀ ਜ਼ਾਹਰ ਹੈ ਕਿ ਉਹ ਜਿਹੜੇ ਸਾਰੇ ਹੀ ਨਵੇਂ ਬੰਦੇ ਫੜੇ ਹੋਏ ਉਹ ਇਹਨਾਂ ਦੇ ਹੀ ਰਾ ਦੇ ਹੀ ਬੰਦੇ ਨੇ ਇਹ ਇਵਨ ਇਹਨਾਂ ਦੇ ਐਮਬੈਸੀ ਆਫ ਇੰਡੀਆ ਦੋਹਾ ਦੀ ਪਿਕਚਰ 23 ਜਨਵਰੀ 2019 ਦੀ ਹੈ ਕਿ ਕਮਾਂਡਰ ਪੁਰਿੰਦੂ ਤਵਾੜੀ ਫਰੋਮ ਕਤਰ ਕਨਫਰਟ ਦਾ ਪ੍ਰਵਾਸੀ ਭਾਰਤੀ assemblage ਅਵਾਰਡ 2019, by Honorable President of India on 23rd January 2019, for enhancing India's image abroad. Hmm. The award is in recognition of his contribution towards capacity building for Qatar Amiri Naval Forces, thereby promoting India Qatar bilateral cooperation. He is the first Indian Armed Forces personnel to be awarded this highest honor. ਮੈਂਟ ਫਾਰ ਐਨ ਆਰ ਆਈਜ਼ ਪੀ ਆਈਓਜ਼ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ ਸਟੋਰੀ ਦੋ ਤਿੰਨ ਦਿਨ ਜੇ ਉਸ ਪਿਕਚਰ ਨੂੰ ਵੀ ਦਿਖਾ ਦੇਣ ਜਿੱਥੇ ਕਿ ਇਹ ਡੀ ਕੇ ਸ਼ਰਮਾ ਜਿਹੜੀ ਇੰਡੀਆ ਦੀ ਐਮਬੈਸੀ ਹੈ ਕਤਰਚ ਉਹਦੇ ਥੱਲੇ ਉਹ ਪਿਕਚਰ ਵੀ ਰਿਲੀਜ਼ ਕਰ ਰਿਹਾ ਹੈ ਆ ਜਿਹਨੂੰ ਹੁਣ ਉਹਨਾਂ ਨੇ ਇਜ਼ਰਾਈਲਈ ਜਸੂਸੀ ਚ ਮੌਤ ਦੀ ਸਜ਼ਾ ਦਿੱਤੀ ਹੈ ਇਹਨੂੰ 23 ਜਨਵਰੀ 2019 ਨੂੰ ਇੰਡੀਅਨ ਪ੍ਰੈਜ਼ੀਡੈਂਟ ਨੇ ਇਹ ਜਿਹੜਾ ਅਵਾਰਡ ਦਿੱਤਾ ਖਾਸ ਤੌਰ ਤੇ ਪ੍ਰਵਾਸੀ ਅਵਾਰਡ ਕੇ ਜੀ ਇਹ ਦੇਖੋ ਨੇ ਕਤਰ ਦੀ ਨੇਵੀ ਦੀ ਟ੍ਰੇਨਿੰਗ ਕੀਤੀ ਔਰ ਫਰਾਣਾ ਕੀਤਾ ਸੋ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦੱਸਦੀ ਹੈ ਔਰ ਇੰਡੀਅਨ ਨੇਵੀ ਨੂੰ ਇਨਾਕ ਵਕਤ ਪਿਆ ਹੋਇਆ ਹੈ ਇਹ ਪੀਟੀਆਈ ਦੀ ਇੱਕ ਹੋਰ ਖਬਰ ਹੈ ਇੰਡੀਅਨ ਸੈਂਟੈਂਸ ਟੂ ਡੈਥ ਇਨ ਕਤਰ 올 ਐਫਰਟਸ ਬੀਇੰਗ ਟੇਕਨ ਟੂ ਐਨਸ਼ੋਰ ਰਲੀਫ ਫਾਰ ਥੈਮ ਸੇਜ਼ ਨੇਵੀ ਚੀਫ ਐਡਮਿਰਲ ਕੁਮਾਰ ਹੁਣ ਈਵਨ ਇਹ ਪੋਲਿਟਿਕਲ ਇਸ਼ੂ ਹੈ ਲੇਕਨ ਨੇਵੀ ਦਾ ਚੀਫ ਇੰਡੀਆ ਦਾ ਕਹਿ ਰਿਹਾ ਕਿ ਜੇ ਅਸੀਂ ਸਾਰੇ ਯਤਨ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਉਹਨਾਂ ਦੀ ਡੈਥ ਸੈਂਟੈਂਸ ਨੂੰ ਜਿਹੜਾ ਉਹ ਖਤਮ ਕਰਵਾ ਸਕੀਏ ਸੋ ਮਤਲਬ ਲੇਕਿਨ ਤੁਸੀਂ ਇੰਡੀਅਨ ਮੀਡੀਆ 'ਚ ਦੇਖੋਗੇ ਕਿ ਗੱਲ ਬਿਲਕੁਲ ਮੁੱਕ ਗਈ ਆ ਸਾਰੇ ਮੀਡੀਆ 'ਚ ਹੀ ਡਿਸਕਸ ਹੋ ਰਿਹਾ ਹੈ ਕਿ ਜੀ Apple iPhone ਵਾਲਿਆਂ ਨੇ ਆਪੋਜੀਸ਼ਨ ਲੀਡਰਾਂ ਨੂੰ ਜਿਹੜਾ ਉਹ ਅਲਰਟ ਭੇਜਿਆ ਕਿ ਜੀ ਤੁਹਾਡੇ ਫੋਨ ਹੈਕ ਹੋਣ ਦਾ ਖਤਰਾ ਸਾਰੀ ਡਿਬੇਟਿੰਗ ਦੇ ਉੱਤੇ ਚੱਲ ਰਹੀ ਹੈ ਲੇਕਿਨ ਤੁਸੀਂ ਦੇਖੋਗੇ ਕਿ ਜਿੱਥੇ 8 ਆਹਲਾ ਬੰਦੇ ਜਿਨ੍ਹਾਂ ਨੂੰ ਮੌਤੀ ਸਜ਼ਾ ਦਿੱਤੀ ਗਈ ਹੋਏ ਉਹ 24 48 ਘੰਟੇ ਬਾਅਦ ਖਬਰ ਗਾਇਬ ਕਰ ਦਿੱਤੀ ਗਈ ਇਹ ਹੈ ਇੰਡੀਅਨ ਸਟਾਈਲ ਝੂਠ ਨੂੰ ਕਿਵੇਂ ਪਰੋਸਣਾ ਹੈ ਤੇ ਜਿੱਥੇ ਫਿਰ ਤੁਸੀਂ ਫੜੇਗੇ ਉਹਨੂੰ ਕਿਵੇਂ ਜਿਹੜਾ ਉਹ ਹজম ਕਰ ਜਾਣਾ ਹੈ ਖਬਰ ਨੂੰ ਹੀ ਖਾ ਲੈਣਾ ਜੀ ਰਸੋਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣ ਬ੍ਰੇਕ ਵਿਊਅਰਸ ਅਤਸਨ ਇਸ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜੋ ਵਾਪਰਦਾ ਹੈ ਉਹ ਦਿਸਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣ ਦੇਖਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨ ਲੱਗੇ ਪੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ ਪੀਅਰਜ਼ ਵੈਲਕਮ ਬੈਕ ਔਰ ਪ੍ਰੋਗਰਾਮ ਸੋਇਰਜ਼ ਗੱਲਬਾਤ ਕਰਨ ਜਾ ਰਹੇ ਆ ਗਜ਼ਾ ਵਿੱਚ ਇਜ਼ਰਾਈਲੀ ਬੰਬਾਰੀ ਨਾਲ ਤਬਾਈ ਦਾ ਸਿਲਸਲਾ ਲਗਾਤਾਰ ਜਾਰੀ ਹੈ ਔਰ ਇਜ਼ਰਾਈਲ ਵੱਲੋਂ ਸੀਜ਼ ਫਾਇਰ ਤੋਂ ਇਨਕਾਰ ਕਰਦੇ ਆ ਕਿਹਾ ਗਿਆ ਹੈ ਕਿ ਸਾਡੇ ਲਈ ਇਜ਼ਰਾਈਲ ਤੇ ਹਮਲਾ ਇਵੇਂ ਹੀ ਹੈ ਜਿਵੇਂ ਦੂਸਰੇ ਸੰਸਾਰ ਜੰਗ ਦੌਰਾਨ ਅਮਰੀਕਾ ਦੇ ਪਲ ਹਾਰਬਰ ਤੇ ਕੀਤਾ ਗਿਆ ਹਮਲਾ ਸੀ ਜਾਂ 9/11 ਦਾ ਵਾਪਰਨਾ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਚੱਲਨੇ ਐ ਲਿਖਣ ਲਈ ਤੁਹਾਡਾ ਸਹਿਯੋਗ ਹੋਪੋ ਧੰਨਵਾਦ ਜੀ ਰਾ ਸਭ ਕੀ ਕਹਿਣਾ ਚਾਹੋਗੇ ਅ ਦੇਖੋ 7 ਅਕਤੂਬਰ ਤੋਂ ਅੱਜ ਅਸੀਂ 31 ਅਕਤੂਬਰ ਨੂੰ ਗਣ ਕਰ ਰਹੇ ਹਾਂ ਆਲਮੋਸਟ 24 ਦਿਨ ਹੋ ਗਏ ਨੇ ਅੰਜੇ 24 ਦਿਨਾਂ 'ਚ ਜਿੱਥੇ 4-400 5-500 ਸੌਰਟ ਇਸ ਰੋਜ਼ਾਨਾ ਜਹਾਜ਼ ਉੱਡਦੇ ਨੇ ਬੰਬਾਰੀ ਕਰਦੇ ਨੇ ਉਹ ਕਿੰਨੀ ਇੱਕ 25 ਮੀਲ ਦੀ ਸਟ੍ਰਿਪ 'ਚੋਂ ਵੀ ਉਹ 12-14 ਮੀਲ ਦਾ ਏਰੀਆ ਔਰ 8 ਮੀਲ ਤੋਂ ਵੀ ਘੱਟ ਚੌੜਾ ਜਿੱਥੇ ਇਸੋੜੇ ਹਾਲਾਤ ਇਹ ਹੈ ਕਿ ਆਲਮੋਸਟ ਯੂਨ ਦੀ ਫਿਗਰ ਹੈ 13 14 ਲੱਖ ਦੇ ਕਰੀਬ ਜਿਹੜੇ ਗਜ਼ਾ ਦੇ ਗਰੀਬ ਵਿਚਾਰੇ ਉਹ ਵਕਤਾਂ ਦੇ ਮਾਰੇ ਹੋਏ ਫੜੇ ਹੋਏ ਲੋਕ ਨੇ ਉਹ ਬੇਕਾਰ ਹੋ ਚੁੱਕੇ ਨੇ ਔਰ ਉਹ ਜਦੋਂ ਉੱਥੋਂ ਨਿਕਲਦੇ ਵੀ ਨਹੀਂ ਜਾਂ ਉੱਥੇ ਵੀ ਜਿਹੜੇ ਨੇ ਉਹ ਬਹੁਤ ਸਾਰਿਆਂ ਨੇ ਹਸਪਾੜਾਂ ਦੇ ਵਿੱਚ ਹੀ ਸ਼ੈਲਟਰ ਲਈ ਹੋਈ ਹੈ ਯੂਨ ਦੀਆਂ ਏਜੰਸੀਜ਼ ਸੋ ਸਪਲਾਈ ਲਾਈਨ ਪਹਿਲਾਂ ਕੱਟ ਹੁੰਦੀ ਰਹੀ ਉਹ ਤਾਂ ਚੱਲ ਹੀ ਰਿਹਾ ਸੀ ਹੁਣ ਲਗਾਤਾਰਤਾ ਨਾਲ ਇਹਨਾਂ ਨੇ ਹਸਪਤਾਲਾਂ ਨੂੰ ਵੀ ਟਾਰਗੇਟ ਬਣਾਣਾ ਸ਼ੁਰੂ ਕੀਤਾ ਹੈ ਕਹਿ ਕੇ ਕਿ ਜੀ ਇੱਥੇ ਜਿਹੜੇ ਨੇ ਉਹ ਹਮਾਸ ਵਾਲੇ ਲੋਕ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਅਸੀਂ ਟੇਕ ਆਊਟ ਕਰ ਰਹੇ ਹਾਲਾਂ ਜਿਹੜੇ ਪ੍ਰੋਟੈਸਟ ਦਾ ਸਿਲਸਲਾ ਦੁਨੀਆ ਭਰ ਚ ਜਾਰੀ ਹੈ ਅੱਜ ਦੀ ਖਬਰ ਈਵਨ ਐਂਟੋਨੀ ਬਲਿੰਕਨ ਜਿਹੜੇ ਸੈਕਟਰੀ ਆਫ ਸਟੇਟ ਨੇ ਜਦੋਂ ਯੂ ਐਸ ਸੈਨੇਟ ਹੀアリング ਦੇ ਵਿੱਚ ਉਹ ਆਏ ਤੇ ਖਬਰ ਇਹ ਹੈ ਬੀ ਬੀ ਸੀ ਦੀ ਐਂਟੀ ਵਾਰ ਪ੍ਰੋਟੈਸਟਰਸ ਇਨਟਰਪਟ ਐਂਟੋਨੀ ਬਲਿੰਕਨ ਐਟ ਯੂ ਐਸ ਸੈਨੇਟ ਹੀアリング ਔਰ ਉਹ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੇ ਹੱਥਾਂ ਨੂੰ ਰੰਗ ਲਾਇਆ ਹੋਇਆ ਲਾਲ ਕਿ ਵੀ ਅਮਰੀਕਾ ਨੇ ਵੀ ਆਪਣੇ ਹੱਥ ਖੂਨ ਨਾਲ ਰੰਗ ਲੈਣ ਔਰ ਕਿਉਂਕਿ ਇਹ ਜਿਹੜੀ ਡਿਫੈਂਸ ਕਮੇਟੀ ਦੀ ਹੀアリング ਹੈ ਉਹਦੇ ਚ 14 ਬਿਲੀਅਨ ਡਾਲਰ ਜਿਹੜੇ ਨੇ ਇਜ਼ਰਾਈਲ ਨੂੰ ਦਿੱਤੇ ਜਾਣੇ ਨੇ ਕਿ ਜੀ ਉਹ ਨਵੇਂ ਹੋਰ ਵੀ ਹਥਿਆਰ ਖਰੀਦੇ ਕਿ ਜਦੋਂ ਉਹ ਆਪਣੀ ਟੈਸਟੀਮਨੀ ਦੇਖ ਰੋਣ ਲੱਗਾ ਸੈਕਟਰੀ ਆਫ ਸਟੇਟ ਤੇ ਜਿਹੜੇ ਪ੍ਰੋਟੈਸਟਰ ਨੇ ਦੇ ਇੱਕ ਇੱਕ ਕਰਕੇ ਖੜੇ ਹੋਣੇ ਸ਼ੁਰੂ ਹੋ ਗਏ ਫਿਰ ਉਹਨਾਂ ਨੇ ਸ਼ਾਊਟ ਕਰਨਾ ਸ਼ੁਰੂ ਕਰਤਾ ਔਰ ਦਾ ਸੈਕਟਰੀ ਆਫ ਸਟੇਟ ਪਾਜ਼ਡ ਐਂਡ ਲਾ ਮੇਕਰਸ ਵਰ ਫੋਰਸ ਟੂ ਸਸਪੈਂਡ ਦਾ ਹੀਰਿੰਗ ਸੈਵਰ ਟਾਈਮਸ ਕਈ ਵਾਰੀ ਉਹ ਹੀਰਿੰਗ ਗਈ ਔਰ ਬਜ਼ੁਰਗ ਹੋ ਜੇ ਇਹ ਅਮਰੀਕਨਾਂ ਦੀ ਜਾਂ ਵੈਸਟਰਨ ਲੋਕਾਂ ਦੇ ਉਹ ਸਾਰੇ ਗੋਰੇ ਨੇ ਬਿਲਕੁਲ ਔਰ ਉਹ ਕਿਉਂਕਿ ਅਸੀਂ ਕਾਪੀਰਾਈਟ ਹੈ ਉਹ ਦਖਾ ਨਹੀਂ ਸਕਦੇ ਲੇਕਿਨ ਉਹਨਾਂ ਨੇ ਰੰਗ ਰੰਗ ਹੱਥ ਲਾਲ ਕੀਤੇ ਹੋਏ ਨੇ ਔਰ ਇਹ ਉਹਨਾਂ ਨੇ ਇਹ ਕਿਹਾ ਕਿ ਨੋ ਨੋ ਟੂ ਦਾ ਸੀਜ਼ ਆਫ ਗਜ਼ਾ as they called for us to stop sending funds to israel hmm. so aid developments in spite of ke biden the policy ki chal rahi hai wo samne hmm. aur naal di naal iran ne bhi kyunki america iran nu taadna kar raha hai aur iran ne bhi ke stop blaming us for hamas attack on israel iran tells us aur eh bhi jehdiyan dhamkiyan counter dhamkiyan chal rahi hain okay. aur is sare de chalde hain ਇਜ਼ਰਾਈਲੀ ਪ੍ਰੈਜ਼ੀਡੈਂਟ ਦਾ ਵੀ ਬਿਆਨ ਆਇਆ ਹੈ ਇਸਾਕ ਹਰਜ਼ੋਗ ਦਾ ਉਹਨੇ ਗਾਜ਼ਾ ਆਪਰੇਸ਼ਨ ਨੂੰ ਡਿਫੈਂਡ ਕੀਤਾ ਉਹਨੇ ਕਿਹਾ ਜੀ ਅਸੀਂ ਜਿਹੜੀਆਂ ਨੇ ਇਹ ਸਾਰੇ ਨੂੰ ਹੁਣ ਖਤਮ ਕਰਾਂਗੇ ਜੰਗ ਹਮਾਸ ਨੇ ਸ਼ੁਰੂ ਕੀਤੀ ਹੈ ਔਰ ਅਸੀਂ ਜਿਹੜੇ ਨੇ 1450 ਬੰਦੇ ਮਰੇ ਐ 230 ਜਿਹੜੇ ਨੇ ਉਹ ਹੋਸਟੇਜ ਨੇ ਔਰ ਅਸੀਂ ਹਮਾਸ ਦਾ ਇਨਫਰਾਸਟ੍ਰਕਚਰ ਸਾਰਾ ਡਿਸਟਰੋਏ ਕਰਨਾ ਉਹਦੇ ਚ ਜੇ ਦੂਜੇ ਵੀ ਹੁੰਦੇ ਨੇ ਤੇ ਸਾਨੂੰ ਜਿਹੜਾ ਉਹ ਕੋਈ ਇਸ ਦੀ ਪਰਵਾਹ ਨਹੀਂ ਹੈ ਔਰ ਇਹ ਇਹ ਵੀ ਹੈ ਕਿ ਜੀ ਹੁਣ ਗਰਾਉਂਡ ਦੇ ਉੱਤੇ ਵੀ ਇਜ਼ਰਾਈਲ ਦੇ ਅਟੈਕ ਟੈਂਕ ਉਹਨਾਂ ਦੇ ਬੜੇ ਨੇ ਉਸ ਕਿਤੇ ਪਰ ਉੱਥੇ ਜਿਵੇਂ ਕਿ ਖਬਰਾਂ ਨੇ ਕਿ ਹਮਾਸ ਜਿਹੜੇ ਹੈ ਕਾਫੀ ਰੈਜ਼ਿਸਟੈਂਸ ਦੇ ਰਹੇ ਇਜ਼ਰਾਈਲੀ ਫੋਰਸਿਸ ਬੈਟਲ ਹਮਾਸ ਅਰਾਊਂਡ ਗਾਜ਼ਾ ਐਜ਼ ਮਿਲਟਰੀ 800000 ਹੈਵ ਫਲੈਡ ਸਾਊਥ ਔਰ 8 ਲੱਖ ਲੋਕ ਭੱਜ ਕੇ ਦੂਜੇ ਪਾਸੇ ਗਏ ਨੇ ਪਰ ਉੱਥੇ ਕਿਉਂਕਿ ਗਰਾਉਂਡ ਤੋਂ ਹੁਣ ਕੋਈ ਬਹੁਤੀਆਂ ਖਬਰਾਂ ਆ ਨਹੀਂ ਰਹੀਆਂ ਕਿ ਹਮਾਸ ਨਾਲ ਜੰਗ ਕਿਸ ਲੈਵਲ ਦੀ ਚੱਲ ਰਹੀ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜੇ ਅਜੇ ਤੱਕ ਟੈਂਕਾਂ ਦੇ ਹੁੰਦਿਆਂ ਵੀ ਫੁੱਲ ਫਰੇਜ ਦੇ ਜਾ ਕੇ ਉੱਥੇ ਇਹਨਾਂ ਨੇ ਜਿਹੜਾ ਇਹਨਾਂ ਸਾਰੇ ਦਿਨਾਂ ਤੋਂ ਹੀ ਨਹੀਂ ਬੰਬਾਰੀ ਕਰਕੇ ਤਬਾਹੀ ਕਰਕੇ ਵੀ ਨਹੀਂ ਗਏ ਤੇ ਰੈਜ਼ਿਸਟੈਂਸ ਤਾਂ ਇਹਨਾਂ ਨੂੰ ਮਿਲ ਰਹੀ ਹੈ ਔਰ ਇਸ ਦੇ ਨਾਲ ਇੱਕ ਡਿਵੈਲਪਮੈਂਟ ਜਿਹਨੂੰ ਬਹੁਤਾ ਮੀਡੀਆ ਨੇ ਕਵਰ ਨਹੀਂ ਕੀਤਾ ਪਰ ਇਹ ਖਬਰ ਵੀ ਐਸੋਸੀਏਟਿਡ ਪ੍ਰੈਸ ਨੇ ਇਹਨੂੰ ਜ਼ਰੂਰ ਕਵਰ ਕੀਤਾ ਯਮਨਜ਼ ਹੁਥੀ ਰਿਬੈਲਸ ਕਲੇਮ ਅਟੈਕਸ ਔਨ ਇਜ਼ਰਲ ਡਰਾਇੰਗ देयर ਮੇਨ ਸਪੌਂਸਰ ਇਰਾਨ ਕਲੋਜ਼ਰ ਟੂ ਹਮਾਸ ਵਾਰ ਹੁਣ ਯਮਨ ਜਿੱਥੇ ਯਮਨ ਦੇ ਵਿੱਚ ਆਪਣੀ ਕਿਸਮ ਦੀ ਸਿਵਲ ਵਾਰ ਚੱਲ ਰਹੀ ਹੈ ਉਹਨਾਂ ਦੀਆਂ ਦੋ ਫੈਕਸ਼ਨਸ ਇੱਕ ਨੂੰ ਇਰਾਨ ਸਪੋਰਟ ਕਰਦਾ ਹੈ ਇੱਕ ਨੂੰ ਸਾਊਦੀ ਅਰੇਬੀਆ ਕਰਦਾ ਹੈ ਔਰ ਯਮਨ ਤੋਂ ਜਿਹੜਾ ਹੈ ਕਿਹਾ ਯਮਨ ਦੇ ਗੁਰੀਲੇ ਨੇ ਕਲੇਮ ਕੀਤਾ ਕਿ ਅਸੀਂ ਜਿਹੜਾ ਇੱਕ ਮਿਸਲ ਐ ਡਰੋਨ ਅਟੈਕ ਕੀਤਾ ਇਜ਼ਰਾਈਲ ਨੂੰ ਟਾਰਗੇਟ ਕਰਦੇ ਲੇਕਨ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਜੇ ਇਵੇਂ ਹੁੰਦਾ ਫਿਰ ਇਜ਼ਰਾਈਲ ਜਿਹੜਾ ਹੈ ਡਾਇਰੈਕਟਲੀ ਵੀ ਇਰਾਨ ਦੇ ਅਗੇਂਸਟ ਵਾਰ ਚ ਜਾ ਸਕਦਾ ਹੈ ਅੱਛਾ ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਹੁਣ ਇਨਾ ਦਬਾਅ ਹੈ ਅਮਰੀਕਾ ਤੇ ਕੈਨੇਡਾ ਦਾ ਵੀ ਅਸੀਂ ਜ਼ਿਕਰ ਕੀਤਾ ਵੀ ਉਹਨਾਂ ਦੇ ਐਮਪੀਜ਼ ਔਰ ਸੈਨੇਟਰਸ ਦੇ ਦਫ਼ਤਰ ਦੇ ਵਿੱਚ ਲੋਕ ਵੜ ਗਏ ਕਿ ਵੀ ਕੈਨੇਡਾ ਨੂੰ ਕਿਹਾ ਕਿ ਵੀ ਸੀਜ਼ਫਾਇਰ ਕਰਵਾਓ ਤੇ ਇਸ ਨੂੰ ਨੇ ਨਤਨ ਯਾਹੂ ਨੇ ਜਿਹੜਾ ਇੱਕ ਕੱਲ ਇੰਟਰਵਿਊ ਦਿੱਤਾ ਜਿਹੜਾ ਸਾਰੇ ਪਾਸੇ ਗਿਆ ਕਿ ਜੀ ਅਸੀਂ ਬਿਲਕੁਲ ਸੀਜ਼ਫਾਇਰ ਨਹੀਂ ਮੰਨਾਂਗੇ ਔਰ ਸਾਡੀ ਪੋਜੀਸ਼ਨ ਇਸ ਵੇਲੇ ਇਹੀ ਹੈ ਜੋ ਕਿ ਉਹਦੇ ਐਗਜ਼ੈਕਟ ਲਫ਼ਜ਼ ਨੇ ਨਤਨ ਯਾਹੂ ਨੇ ਕਿਹਾ ਆਈ ਵਾਂਟ ਟੂ ਮੇਕ ਕਲੀਅਰ ਇਜ਼ਰਾਈਲਸ ਪੋਜੀਸ਼ਨ ਰਿਗਾਰਡਿੰਗ ਦਾ ਸੀਜ਼ਫਾਇਰ ਜਸਟ ਐਸ ਦਾ ਯੂਨਾਈਟਿਡ ਸਟੇਟਸ ਵੁੱਡ ਨਾਟ ਐਗਰੀ ਟੂ ਅ ਸੀਜ਼ਫਾਇਰ ਆਫਟਰ ਦਾ ਬੋਮਿੰਗ ਆਫ ਪਰਲ ਹਾਰਬਰ اور আফটার দা টেররিস্ট اٹیک اف 911 اسرائیل উইল नॉट एग्री टू एससेशन ऑफ होस्टिलिटीज आफ्टर द हॉरिफिक अटैक्स ऑफ अक्टूबर 7 کہ جویں جਦੋਂ پرل ہاربر تے جاپانیے نے حملہ کیتا سی ادوں کوئی امریکہ نوں کہندا جی تسی سییز فائر کر لو یا جਦੋਂ 911 ہویا سی ادوں کہندا اسی بھی ایویں ہی ساڈے تے اٹیک ہویا ہے اور اسی بالکل نہیں کریں گے کالز فار سییز فائر اور کالز فار اسرائیل ٹو سرنڈر ٹو حماس टू सरेंडर टू टेरर टू सरेंडर टू बारबेरिज्म दिस विल नॉट हैपन और हुणो बाइबल और दूजे च बण गया बाइबल सेज देयर इज अ टाइम फॉर पीस एंड टाइम फॉर वॉर दिस इज टाइम फॉर वॉर ए वॉर फॉर ए कॉमन फ्यूचर पर ना बाइबल ना इंटरनेशनल लॉ ना यूएन चार्टर जस्टिफाई कर दे के तुसी इनोसेंट्स ਦੇ ਉਤੇ ਜਿਹੜੇ ਰਿਫਿਊਜੀ ਬਣ ਕੇ ਬੈਠੇ ਨੇ ਉਹਨਾਂ ਦੇ ਉਤੇ ਬੰਬ बरसाਓ ਔਰ ਤੁਹਾਡੇ ਜਿਹੜੇ ਤੁਹਾਡੀਆਂ ਕਿਲਿੰਗਸ ਨੇ ਉਹਨਾਂ ਚ ਦੋ ਤਿਹਾਈ ਔਰਤਾਂ ਔਰ ਬੱਚੇ ਹੋਣ ਇਹ ਤਾਂ ਕੋਈ ਦੁਨੀਆ ਦਾ ਕਾਇਦੇ ਕਾਨੂੰਨ ਕੋਈ ਦੁਨੀਆ ਦਾ ਮਜ਼ਹਬ ਕੋਈ ਇਨਸਾਨੀਅਤ ਇਹ ਲੋ ਨਹੀਂ ਕਰਦੀ ਪਰ ਇਸ ਵੇਲੇ ਕਲਾ ਹੀ ਨਹੀਂ ਕਿ ਇਜ਼ਰਾਈਲ ਆਪਣੇ ਬਰਬੂਤੇ ਤੇ ਕਰ ਰਿਹਾ ਹੈ ਉਹਨੂੰ ਵੀ ਪਤਾ ਹੈ ਕਿ ਭਾਈ ਭਾਵੇਂ ਅਮਰੀਕਾ ਚ ਲੋਕਾਂ ਦੀ ਰਾਏ ਡਿਫਰੈਂਟ ਹੋਏ ਲੇਕਿਨ ਸਟੇਟ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਨਾਲ ਖੜਾ ਹੈ ਇਹੀ ਹਾਲ ਵੈਸਟਰਨ ਯੂਰਪ ਦੀਆਂ ਕੰਟਰੀਜ਼ ਦਾ ਹਾਂ ਫਰਾਂਸ ਨੂੰ ਇੱਕ ਕ੍ਰੈਡਿਟ ਜ਼ਰੂਰ ਜਾਏਗਾ ਔਰ ਮੈਨੂੰ ਸਮਝ ਆਇਆ ਕਿ ਫ੍ਰੈਂਚ ਨੋਨ ਨੇ ਇਸ ਗੱਲ ਕਿ ਉਹ ਕਈ ਵਾਰ ਇਹਦੇ ਬਾਬਜਮੇਂ 2003 ਦੀ ਇਰਾਕ ਵਾਰ ਸੀ ਉਹ ਉਦੋਂ ਸਲਾਮ ਹੁਸੈਨ ਦੇ ਇਹ ਨਹੀਂ ਵੀ ਉਹ ਕੋ ਸਲਾਮ ਹੁਸੈਨ ਦੇ ਐਡਮਾਇਰਰ ਸੀ ਲੇਕਿਨ ਉਹਨਾਂ ਨੇ ਜਿਹੜਾ ਬੁਸ਼ ਦਾ ਕੈਂਪੇਨ ਸੀ ਕਿ ਜੀ ਇਹਨਾਂ ਕੋਲ ਵੈਪਨਸ ਆਫ ਮਾਸਟ ਡਿਸਟਰਕਸ਼ਨ ਨੇ ਔਰ ਅਟੈਕ ਉਦੋਂ ਵੀ ਫਰਾਂਸ ਨੇ ਜਿਹੜਾ ਉਹ ਵਿਟੋ ਕੀਤਾ ਸੀ ਨਾਲ ਨਹੀਂ ਸੀ ਖਲੋਤਾ ਹੁਣ ਵੀ ਨਹੀਂ ਖਲੋਤਾ ਲੇਕਿਨ ਸਭ ਤੋਂ ਜਿਹੜੀ ਇਹ ਕਹੋ ਕਿ ਭਾਈ ਮਾੜੀ ਜਿਹੜੀ ਪੋਜੀਸ਼ਨ ਇੰਡੀਆ ਦੀ ਹੈ ਕਿ ਇੱਕ ਪਾਸੇ ਉਹ ਵਿਸ਼ਵ ਗੁਰੂ ਤੇ ਗਾਂਧੀ ਤੇ ਬੁੱਧ ਤੇ ਫਲਾਣਾ ਟਮਕਾ ਉਹਨੂੰ ਆਪਣੇ ਖਾਤੇ 'ਚ ਪਾਉਂਦੇ ਨੇ ਪਰ ਉਹਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਸੀਜ਼ਫਾਇਰ ਦੇ ਮੱਤੇ ਵੜੇ ਸੀਜ਼ਫਾਇਰ ਕੋ ਪੱਕਾ ਨਹੀਂ ਫਰ ਹਿਊਮੈਨਿਟੇਰੀਅਨ ਐਡ ਕਿ ਭਾਈ ਤੁਸੀਂ ਉੱਥੇ ਜਾ ਲੈਣ ਦਿਓ ਉਨੇ ਜਿਹੜਾ ਉਹ ਪਗੋੜਾ ਹੋਇਆ ਉਸ ਵੋਟ ਤੋਂ ਸੋ ਇਹ ਸਿਚੁਏਸ਼ਨ ਨਾਜ਼ੁਕ ਬਣੀ ਹੋਈ ਹੈ ਪਰ ਦੁਨੀਆ ਭਰ ਦੇ ਵਿੱਚ ਜਿਹੜੇ ਹੱਕ ਸੱਚ ਇਨਸਾਫ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਨਜ਼ਾਤਾਰ ਪ੍ਰੋਟੈਸਟਨਾਲਟ ਨੇ ਅੱਜ ਹੀ ਫਲਸਤੀਨੀਆ ਦੇ ਹੱਕ ਚਾਹੇ ਜੀ ਵਾਸ਼ਿੰਗਟਨ ਤੋਂ ਸਾਡੇ ਇੱਕ ਨੌਜਵਾਨ ਵੀਰ ਦੱਸ ਰਹੇ ਸੀ ਕਿ ਜੀ ਅਸੀਂ ਜਿਹੜਾ ਫਲਸਤੀਨੀਆ ਦੇ ਹੱਕ ਸੀ ਪ੍ਰੋਟੈਸਟ ਉਹਦੇ ਤੇ ਗਏ ਔਰ ਉਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਤੋਂ ਦੋਖ ਬੀਬੀਆਂ ਜਿਹੜੀਆਂ ਵਿਜ਼ਿਟ ਕਰ ਰਹੀਆਂ ਸੀ ਉਹਨਾਂ ਨੇ ਖਾਸ ਤੌਰ ਤੇ ਆ ਕੇ ਸਾਡਾ ਥੈਂਕ ਯੂ ਵੀ ਕੀਤਾ ਨਾਲ ਤਸਵੀਰਾਂ ਵੀ ਲਈਆਂ ਔਰ ਹੁਣ ਇੱਕ ਬਹੁਤ ਵੱਡਾ ਪ੍ਰੋਟੈਸਟ ਵੀਕਐਂਡ ਤੇ ਕਿਉਂਕਿ ਅਸੀਂ ਯੂਬਰ ਸਿਟੀ ਹੋਣਾ ਨਹੀਂ ਤਾਂ ਉਹਦੇ ਚ ਜਿਹੜੀ ਹੈ ਉਹ ਕਾਫੀ ਪੁਜਿਸਤਾਂ ਦੇ ਨਾਲ ਪਰਿਸਰਵਾਂਦੀ ਲੇਕਨ ਉਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਲਾਨ ਕਰ ਰਹੇ ਹਾਂ ਕਿ ਸੱਖਾਂ ਵੱਲੋਂ ਅਸੀਂ ਉਹਦੇ ਚ ਵਾਟਰ ਔਰ ਦੂਸਰੀ ਰਿਫਰੈਸ਼ਮੈਂਟਸ ਜਿਹੜੀਆਂ ਸਰਵ ਕਰੀਏ ਸੋ ਇਹ ਇਸ ਵੇਲੇ ਗੱਲ ਇਹ ਨਹੀਂ ਹੈ ਪੋਲੀਟੀਕਲੀ ਤਾਂ ਸਾਡੀ ਪੋਜੀਸ਼ਨ ਬਿਲਕੁਕੁਲ ਕਲੀਅਰ ਹੈ ਕਿਉਂਕਿ ਟੂ ਸਟੇਟ ਫਾਰਮੂਲਾ ਯੂਨ ਦਾ ਵੀ ਹੈ ਅਮਰੀਕਾ ਦਾ ਵੀ ਹੈ ਪਰ ਹਿਊਮੈਨਿਟਰੀਅਨ ਇਸ਼ੂਜ਼ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਗਜ਼ਾ ਦੇ ਮਾਸੂਮ ਲੋਕਾਂ ਦੇ ਨਾਲ ਖਲੋਣਾ ਸਾਡਾ ਇਬਦੂਆ ਫਰਜ਼ ਹੈ ਜੀ ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬ੍ਰੇਕ ਈਵਰਸ ਤੁਸੀਂ ਕਿੰਨੀ ਜਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੇ ਪੈ ਰਹੀਏ ਤੁਹਾਡੇ ਚੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸ ਰਹੀਦਾ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ ਬਾਬ ਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫਾਰ ਅ ਸਮਾਲ ਫੀ ਨੋ ਕੰਟਰੈਕਟ ਨੋ ਰਿਜ਼ਰਵ ਐਂਡ ਨੋ ਹਿਡਨ ਫੀਸ ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 B84 ਅਗੇਨ 410 204 B84 ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਾ ਤੋਂ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਆਮੇ ਤੁਸੀਂ ਨੌਕਰੀ ਵਿੱਚ ਹੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ accurate accountants and taxes. दर्शकों बेक तो बात और डांस अब दाफी है तो व्यूअर्स और बात करने जा रहे हैं कि ले सेगमेंट हैं देवेश के पंजाब देव मुख्यमंत्री ਭਗਵੰਤ ਮਾਨ ਨੇ ਕੇਜਰੀਵਾਲ ਦੀ ਗੰਦੀ ਖੇਡ ਖੇੜਦੇ ਆਸਮਈਆਲ ਨਹਿਰ ਦੇ ਮੁੱਦੇ ਨੂੰ ਗਲੂ ਲੌਣ ਲਈ ਪਹਿਲੀ ਨਵੰਬਰ ਦੀ ਓਪਨ ਡਿਬੇਟ ਦਾ ਨਾਟਕ ਰਚਾ ਔਰ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਕੋਈ ਸਾਂਝੀ ਵਿਉਂਤਬੰਦੀ ਕੀਤੀ ਜਾਂਦੀ ਲੇਕਿਨ ਇਸ ਦੀ ਥਾਂ ਉਸਨੇ ਬਾਕੀ ਇਸ਼ੂ ਵੀ ਨਾਲ ਰਲਗੱਡ ਕਰਦਿਆਂ ਇਸ ਨੂੰ ਇੱਕ ਤਮਾਸ਼ੀਨ ਜਿਹਾ ਬਣਾ ਤਰਿਆ ਔਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਬਾਈਕਾਟ ਕਰਨਾ ਕਰ ਦੇ ਨਾਲ ਲਗਭਗ ਚ ਕਿੰਨੀ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇਨਰਟਨ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨ ਇਸ ਤਰ੍ਹਾਂ ਬੜੇ ਰਣਾ ਦੇਖਣ ਸੁਣ ਲਈ ਐਂ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਟ ਸਾਬ ਕੀ ਵਿਚਾਰ ਹਨ ਅ ਦੇਖੋ ਇਹਹੀ ਕੰਮ ਮੋਦੀ ਕਰਦਾ ਜਦੋਂ ਹੁਣ ਰੀਅਲ ਇਸ਼ੂ ਲੋਕਾਂ ਦੇ ਜਿਹੜੇ ਨੇ ਉਹਨਾਂ ਤੋਂ ਉਹਨਾਂ ਦਾ ਧਿਆਨ ਭਟਕਾਉਣਾ ਹੈ ਤੇ ਤੁਸੀਂ Hindu Muslim ਇਸ਼ੂ ਖੜਾ ਕਰਦੇ ਹੋ ਤੁਸੀਂ ਕੋਈ ਹੋਰ ਜਿਹੜਾ ਹੈ ਉਹ ਰਾਮ ਮੰਦਰ ਬਣਾਣਾ ਇਹਦਾ ਖੜਾ ਕਰ ਦਿਓ ਕੋਈ ਡਾਇਵਰਸ਼ਨ ਜਿਹਨੂੰ ਡਾਇਵਰਸ਼ਨਰੀ ਟੈਕਟਿਕ ਕਹਿੰਦੇ ਨੇ ਹੁਣ ਐਸਵਾਈਐਲ ਦੀ ਤਰਵਾਰ ਜਿਹੜੀ ਹੈ ਉਹ ਪੰਜਾਬ ਦੇ ਸਿਰ ਤੇ ਲਟਕਦਾ ਬਹੁਤ ਲੰਮੇ ਸਮੇਂ ਤੋਂ ਰਹੀ ਹੈ ਪਰ ਹੁਣ ਜੁਡੀਸ਼ਰੀ ਦਾ ਹੈਮਰ ਫੜ ਕੇ ਜਿਹੜਾ ਲੇਟੈਸਟ ਇਸ ਤੇ ਉੱਤੇ ਪੇਸ਼ੀ ਹੋਈ ਤੇ ਪੰਜਾਬ ਨੂੰ ਔਰ ਦੂਜੇ ਨੂੰ ਉਹਨਾਂ ਨੇ ਬਿਲਕੁਲ ਨਿਚੋੜਨ ਤੱਕ ਪਹੁੰਚ ਗਏ ਨੇ ਉਹ ਜਦੋਂ ਇਸ ਕਿਸਮ ਦਾ ਮੁੱਦਾ ਹਾਲਾ ਨਿਕਲਣਾ ਨਾਣਾ ਕੁਝ ਨਹੀਂ ਹੈ ਬਹੁਤ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਐਸਵਾਈਐਲ ਕਨਾਲ ਕਿਵੇਂ ਰੁਕੀ ਗਈ ਸੀ ਅੱਛਾ ਐਵੇਂ ਨਹੀਂ ਉਹਨਾਂ ਨੇ ਜਦੋਂ ਅਸੀਂ ਮੂਸੇਵਾਲਾ ਦੇ ਮਰਡਰ ਦੀ ਗੱਲ ਕਰਦੇ ਤੇ ਉਹਨੇ ਇਹ ਜਿਹੜਾ ਗੀਤ ਜਿਹੜਾ ਉਹਨਾਂ ਦਾ ਆਇਆ ਜਿਹਦੇ ਚੁਣਾ ਨੇ ਇਹ ਯਾਦ دہਾਨੀ ਕਰਵਾਈ ਸੀ ਕਿ ਦੇਖ ਲਓ ਜੇ ਤੁਸੀਂ ਫੇਰ ਲੁੱਟਿਆ ਤੇ ਜਟਾਣਾ ਫੇਰ ਆ ਜਾਏਗਾ ਹਮਮ ਔਰ ਇਹ ਸਾਰੇ ਦਾ ਨਤੀਜਾ ਸੀ ਕਿ ਭਾਈ ਉਹਨਾਂ ਨੂੰ ਇਹ ਲੱਗਾ ਕਿ ਇਹ ਤਾਂ ਇਹਨਾਂ ਦੇ ਗਾਇਕ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਅਵੇਅਰ ਨੇ اور ਅਗੋ ਅਵੇਅਰਨੈਸ ਫਲਾ ਰਹੇ ਨੇ ਕਿ ਕਿਵੇਂ ਕੁਦਰਤੀ ਧੌਲਤ ਨੂੰ ਲੁੱਟਿਆ ਜਾ ਰਿਹਾ ਸੋ ਜਦੋਂ ਇਸ ਕਿਸਮ ਦੇ ਚੈਲੰਜਸ ਫਿਰ ਵੀ ਜੁਡੀਸ਼ਰੀ ਦੇ ਹੁੰਦੇ ਨੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਅੱਜ ਹਿੰਦੂਤਵਿਆਂ ਦਾ ਹੱਥ ਠੋਕਾ ਪਹਿਲਾਂ ਵੀ ਉਹ ਬਦਕਲਾਮ ਔਰ ਬਦਕਰਦਾਰ ਉਸ ਲਈ ਅਸੀਂ ਸਾਰੇ ਲਫ਼ਜ਼ ਵਰਤਦੇ ਪਰ ਇੱਕ ਕ੍ਰੈਡਿਟ ਜਿਹਨੂੰ ਕਹਿੰਦੇ ਨੇ ਕਿ ਸ਼ੈਤਾਨ ਨੂੰ ਵੀ ਉਹਦਾ ਕ੍ਰੈਡਿਟ ਦੇਣਾ ਚਾਹੀਦਾ ਹੈ कि ਜਦੋਂ ਇਸ ਕਿਸਮ ਦਾ ਇਹ ਸੁਪਰੀਮ ਕੋਰਟ ਦਾ ਫੈਸਲਾ ਇੱਕ 2003 ਦੇ ਵਿੱਚ ਆਇਆ ਸੀ 2004 ਸ਼ਾਇਦ ਔਰ ਉਦੋਂ ਵੀ ਕੈਪਟਨ ਅਮਰਿੰਦਰ ਨੇ ਬੰਦ ਕਮਰੇ ਚ ਆਪੋਜੀਸ਼ਨ ਪਾਰਟੀਆਂ ਨੂੰ ਨਾਲ ਲੈ ਕੇ ਜਿਹੜਾ ਬਿੱਲ ਲਿਆਂਦਾ ਜਿਹੜਾ ਬਾਅਦ ਚ ਐਕਟ ਬਣਿਆ گورنر ਨੇ ਵੀ ਦਸਕਤ ਕੀਤੀ ਭਾਵੇਂ ਸੈਂਟਰ ਗਵਰਨਮੈਂਟ ਨੇ ਉਹ ਰੈਫਰ ਕਰਤਾ ਸੀ ਸੁਪਰੀਮ ਕੋਰਟ ਨੂੰ ਮਨਮੋਹ ਸ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਥ्रू ਥਿਸ ਵੀ ਤੁਸੀਂ ਸਾਰਿਆਂ ਨੂੰ ਘੱਟੋ-ਘੱਟ ਨਾਲ ਲਿਆ ਪੰਜਾਬ ਦੀਆਂ ਧਿਰਾਂ ਇੱਕ ਪੇਜ ਤੇ ਨੇ ਇਹ ਮੈਸੇਜ ਸੀ ਉਹ ਰਿਹਾ ਪਰ ਹੁਣ ਜਦੋਂ ਕਿ ਇਸ ਕਿਸਮ ਦਾ ਸੀਰੀਅਸ ਕ੍ਰਾਈਸਿਸ ਹੈ ਜਿਹੜੀ ਸਟਰੈਟਜੀ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਧਿਰਾਂ ਨੂੰ ਸੱਦ ਕੇ ਬਿਠਾ ਕੇ ਉਹਨਾਂ ਨੂੰ ਕਹਿੰਦਾ ਜੀ ਆਹ ਚੈਲੰਜ ਹੈ ਪਾਵੇਂ ਅਸੀਂ ਇੱਕ ਦੂਜੇ ਦੇ ਜਿਹੜਾ ਉਹ ਸਿਰਤ ਸੁਆਪ ਪਾਉਂਦੇ ਆ ਰੋਜ਼ਾਨਾ ਯਕ ਕਲ ਇਹੀ ਕੰਮ ਰਿਹਾ ਹੋਇਆ ਸਾਨੂੰ ਬਿਲਕੁਲ ਲੇਕਨ ਇਹ ਪੰਜਾਬ ਦਾ ਮੁੱਦਾ ਹੈ ਸਾਡੀ ਕੋਈ ਕੁਦਰਤੀ ਦੌਲਤ ਪਾਣੀ ਦਾ ਮੁੱਦਾ ਹੈ ਸਾਨੂੰ ਕੀ ਸਟ੍ਰੈਟੇਜੀ ਕਰਨੀ ਚਾਹੀਦੀ ਪਰ ਇਹ ਸ਼ਰਾਬੀ ਚੀਫ ਮਨਿਸਟਰ ਜਿਹਨੂੰ ਫਾਲੋ ਕਰਦਾ ਹੈ ਉਹ ਤਾਂ ਆਲਰੇਡੀ ਕੇਜਰੀਵਾਲ ਉਹ ਤਾਂ ਪਾਣੀਆਂ ਦੇ ਮੁੱਦੇ ਤੇ ਹਰਿਆਣੇ ਦਾ ਔਰ ਦੂਸਰਿਆਂ ਦਾ ਸਾਥ ਦੇਣ ਨਾਲ ਇੰਟਰਲਿੰਕਿੰਗ ਆਫ ਵਾਟਰਸ ਦੀ ਗੱਲ ਕਰਦਾ ਜਾਏ ਨੇਸ਼ਨ ਦੀ ਦੌਲਤ ਹੈ ਉਨੇ ਉਹਨੂੰ ਪੁੱਛੇ ਬਿਨਾ ਇਹ ਨਹੀਂ ਮਾਰ ਸਕਦੇ ਹੁਣ ਇਹਦਾ ਨਤੀਜਾ ਇਹ ਹੈ ਵੀ ਉਹਨੂੰ ਲੱਗਾ ਕਿ ਬਈ ਬਜਾਏ ਕਿ ਪੰਜਾਬ ਦਾ ਜਿਹੜਾ ਇਹ ਮੁੱਦਾ ਹੈ ਇਹ ਸੈਂਟਰਲ ਫੋਕਸ ਬਣ ਜਾਏ ਔਰ ਪੰਜਾਬੀ ਇੰਜੀਨਰ ਸਿਕ ਐਂਡ ਪਾਰਟਿਕੁਲਰਲੀ ਦੇ ਨਾਲ ਖੋਜਾਂ ਉਹਨੂੰ ਡਾਇਵਰਟ ਕਰੋ ਉਹਨੇ ਉਹ ਪਹਿਲਾਂ ਤਾਂ ਸ਼ੁਰੂ ਚ ਵਹੀ ਹੋਇਆ ਕਿ ਜੇ ਇਸ ਮੁੱਦੇ ਤੇ ਸਾਰੀਆਂ ਧਿਰਾਂ ਦੀ ਮੀਟਿੰਗ ਹੋਏਗੀ ਫਿਰ ਹੌਲੀ 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 ਇਹ ਹੋ ਗਿਆ ਜੀ ਪਹਿਲੀ ਨਵੰਬਰ ਨੂੰ ਆਡੀਟੋਰੀਅਮ ਚੈਗਰੀ ਕਲਚਰ ਯੂਨੀਵਰਸਿਟੀ ਦੇ ਓਪਨ ਡਿਬੇਟ ਅਸੀਂ ਰੱਖ ਦਨੇ ਆ ਆਜੋ ਅਸੀਂ ਫੈਸਲਾ ਕਰੀਏ ਕਿਨੇ ਜਿਹੜਾ ਕੀ ਨੁਕਸਾਨ ਕੀਤਾ ਹੈ ਪਹਿਲਾਂ ਕੱਲਾ ਹੀ ਪਾਣੀ ਦੇ ਉੱਤੇ ਹੀ ਹੁਣ ਆ ਗਿਆ ਨੌਜਵਾਨੀ ਡਰੱਗਸ ਕਾਰਗੁਜ਼ਾਰੀ ਪਿੱਛਾ ਅੱਗਾ ਮਤਲਬ ਇਹ ਹੈ ਕਿ ਜਿੱਥੇ ਇੱਕ ਟੁਗੇਦਰਨੈਸ ਦੇ ਨਾਲ ਇੱਕ ਸਟ੍ਰੈਟਜੀ ਬੰਦ ਕਮਰਿਆਂ ਦੇ ਵਿੱਚ ਜਿਹੜੀ ਈਵੋਲਵ ਹੁੰਦੀ ਹੈ ਇੱਥੇ ਪਬਲਿਕ ਪਲੇਟਫਾਰਮ ਤੋਂ ਤੂੰ ਚੋਰ ਤੂੰ ਚੋਰ ਹੋਏਗਾ ਔਰ ਇਹ ਵੀ ਹੈ ਕਿ ਜੇ ਹੋ ਜਾਂਦੀ ਮੈਨੂੰ ਲੱਗਦਾ ਹੈ ਵੀ ਆਪੋਜੀਸ਼ਨ ਪਾਰਟੀਆਂ ਇਹਦਾ ਬਾਈਕਾਟ ਹੀ ਕਰਨਗੀਆਂ ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਤਾਂ ਪਗੋੜਾ ਹੈ ਅਸਲ ਇਸ਼ੂ ਤਾਂ ਪਗੋੜਾ ਹੈ ਉਧਰ ਕੇਜਰੀਵਾਲ ਫਸਿਆ ਮਨੀਸ਼ 소ਡਿਆ ਦੀ ਸੁਪਰੀਮ ਕੋਰਟ ਨੇ ਵੀ ਜ਼ਮਾਨਤ ਨਹੀਂ ਕਬੂਲ ਕੀਤੀ ਔਰ ਹੁਣ ਉਹਨਾਂ ਨੇ ਈਡੀ ਵਾਲਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਸੱਦ ਲਿਆ ਔਰ ਕੁਆਇਟ ਪੋਸਿਬਿਲਿਟੀ ਹੈ ਕਿ ਉਹਦੀ ਗ੍ਰਿਫਤਾਰੀ ਵੀ ਹੋ ਕਿਉਂਕਿ ਜਿਹੜੀ ਸ਼ਰਾਬ ਨੀਤੀ ਦੇ ਥੱਲੇ ਜਿਹੜੇ ਖੁੱਲੇ ਪੈਸੇ ਇਕੱਠੇ ਕੀਤੇ ਹੋਏ ਨੇ ਵਿੰਡੈਟਾ ਵੀ ਹੈ ਉਹਦੇ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਸਰਕਾਰ 2024 ਤੋਂ ਪਹਿਲਾਂ ਹਰ ਆਪੋਜੀਸ਼ਨ ਵਾਲੇ ਦੇ ਘਰ ਜਿਹੜੀ ਆ ਈਡੀ ਦੇ ਰੇਡ ਪਵਾ ਰਹੀ ਹੈ ਪਰ ਇੱਥੇ ਤਾਂ ਜੇ ਸੁਪਰੀਮ ਕੋਰਟ ਰਹਾਲਾ ਹਾਈ ਕੋਰਟ ਲੈਵਲ ਤੱਕ ਸਿੱਧਾ ੱਤਕਾ ਹੁੰਦਾ ਹੈ ਜੇ ਲੇਕਿਨ ਜਿਵੇਂ ਹੁਣ ਰਾਹੁਲ ਗਾਂਧੀ ਦੀ ਮੈਂਬਰ ਪਾਰਲੀਮੈਂਟ ਕੈਨਸਲ ਕਰਤੀ ਸੀ ਐਥਿਕਸ ਦਾ ਮੁੱਦਾ ਕਰਨਾਟਕਾ ਹਾਈ ਕੋਰਟ ਨੂੰ ਜਿਹੜਾ ਇਸਤੇਮਾਲ ਕਰਕੇ ਲੇਕਿਨ ਸੁਪਰੀਮ ਕੋਰਟ ਨੇ ਬਹਾਲ ਕੀਤਾ ਐਵੇਂ ਹੀ ਹੋਰ ਇਸ਼ੂਜ਼ ਨੇ ਪਰ ਜੇ ਮਨੋਜ ਸੋਦੀਆ ਦੇ ਮੁੱਦੇ ਤੇ ਈਵਨ ਜ਼ਮਾਨਤ ਨਹੀਂ ਦਿੱਤੀ ਦਾ ਮਤਲਬ ਇਹ ਹੈ ਕਿ ਕੁਝ ਐਸੀ ਕੰਕਰੀਟ ਐਵੀਡੈਂਸ ਉਹਨਾਂ ਦੇ ਕੋਲ ਹੈ ਵਾਲੇ ਨੇ ਬਾਣੀਏ ਕਰੋੜਾਂ ਰੁਪਏ ਦਾ ਜਾਂ ਤੇ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਹੋਈਆਂ ਨੇ ਸੋ ਸ਼ਰਾਬ ਦੇ ਵਿੱਚ ਤਾਂ ਅਰਬਾਂ ਰੁਪਇਆ ਕਿਉਂਕਿ ਸ਼ਰਾਬ ਦੇ ਠੇਕੇਦਾਰ ਦੂਜੇ ਖੁੱਲੀ ਸ਼ਰਾਬ ਨੀਤੀ ਦੇ ਥੱਲੇ ਸੋ ਕੇਜਰੀਵਾਲ ਵੀ ਕਿਸੇ ਵੇਲੇ ਵੀ ਫੜੂਗਿਆ ਜਾ ਸਕਦਾ ਹੈ ਸੋ ਇਹਨਾਂ ਹਾਲਾਤਾਂ ਚ ਇਹ ਸਾਰੀ ਜਿਹੜੀ ਪਹਿਲੀ ਨਵੰਬਰ ਦਾ ਹੈ ਇਹ ਧਿਆਨ ਵਟਾਉਣ ਦੇ ਡਾਇਵਰਸ਼ਨਰੀ ਟੈਕਟਿਕ ਦੇ ਹੋਰ ਕੋਈ ਮਾਨੇ ਨਹੀਂ ਰੱਖਦਾ ਪ੍ਰੋਪੋਜ਼ੀਸ਼ਨ ਨੇ ਠੀਕ ਫੈਸਲਾ ਲਿਆ ਹੈ ਇਸ ਦੇ ਉੱਤੇ ਕਿਉਂ ਬਜਾਏ ਕਿ ਉੱਥੇ ਇੱਕ ਦੂਜੇ ਦੀਆਂ ਪੱਗਾਂ ਲੱਤਦੀਆਂ ਗਾੜੀ ਗਲੋਚ ਹੁੰਦਾ ਨੈਸ਼ਨ ਦੇਖ ਰਿਆ ਹੁੰਦਾ ਜੀ ਆਹ ਦੇਖ ਲਓ ਪੰਜਾਬ ਦੇ ਉਹਨਾਂ ਨੂੰ ਪਾਣੀ ਦਾ ਤਾਂ ਕਿਸੇ ਨੂੰ ਕੀ ਫਿਕਰ ਹੋਣਾ ਸੀ ਇਸ ਕਿਸਮ ਦੀ ਘਟਿਆ ਪੱਧਰ ਦੇ ਉੱਤੇ ਬਿਆਨਬਾਜ਼ੀ ਹੋ ਰਹੀ ਹੈ ਔਰ ਕੱਲੀ ਬਿਆਨਬਾਜ਼ੀ ਨਹੀਂ ਜਿਹੜਾ ਮਾੜਾ ਮੋਟਾ ਲੌਜੀਕ ਨਾਲ ਗੱਲ ਕਰਨ ਵਾਲਾ ਸੀ ਸੁਖਪਾਲ ਖੈਰਾ ਉਹਨੂੰ ਪੁਰਾਣੇ ਕੇਸ ਅੰਦਰ ਦੇ ਦਿੱਤਾ ਹੈ ਆ ਜੋ ਲੱਖਾ ਸਿਧਾਣਾ ਦਾ ਮੈਂ ਦੇਖ ਰਿਹਾ ਇਸ ਦੇ ਘਰ ਤੇ ਛਾਪੇ ਪਏ ਹੋਏ ਨੇ ਬਾਕੀ ਕਿਹਨੂੰ ਇਹਨਾਂ ਨੇ ਚੱਕਣਾ ਹੈ ਕਿਹਨੂੰ ਰੱਖਣਾ ਹੈ لیکن اے ਜਿਹੜਾ ਮੈਜਿਕ ਨਟੰਕੀ ਹੈ ਇਸ ਤੋਂ ਬਿਯੌਂਡ ਕੁਝ ਨਹੀਂ ਹੈ ਲੇਕਿਨ ਇਹ ਕੀ ਕਰਦੇ ਨੇ ਇਹਨਾਂ ਨੇ ਤਾਂ ਆਪਣੇ ਆਕਾ ਨੂੰ ਫਾਲੋ ਕਰਨਾ ਪਰ ਪੰਜਾਬ ਦੀ ਜਵਾਨੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਪਾਣੀਆਂ ਦੇ ਹੱਕ ਨੂੰ ਕਿਵੇਂ ਮਹਫੂਜ਼ ਕਰਨਾ ਉਦੋਂ ਤੱਕ ਜਟਾਣੇ ਦਾ ਨਾਮ ਸੀਮਤ ਫਿਊ ਤੱਕ ਸੀ ਹੁਣ ਤਾਂ ਸੈਂਟਰਲ ਸਿੱਖ ਮਿਊਜ਼ੀਅਮ ਚ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਵੀ ਜਿਹੜੀ ਹੈ ਉਹ ਕਈਆਂ ਨੂੰ ਇਨਸਪਾਇਰ ਕਰਦੀ ਹੈ ਉਹਨਾਂ ਨੂੰ ਦੱਸਦੀ ਹੈ ਕਿ ਨਹਿਰ ਜੇਪ ਵਿੱਚ ਬਣਾਉਣ ਦੀ ਕੋਸ਼ਿਸ਼ ਹੋਈ ਤੇ ਉਹ ਕਿਵੇਂ ਰੋਕੀ ਜਾਏਗੀ ਜੀ ਰਸੂਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਆਪਣੇ ਈਵਰਜ਼ ਦੇ ਮੈਸੇਜ ਲੈਣ ਜਾਣੇ ਆਪਾਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਬੜੇ ਅੱਛੇ ਮੈਸੇਜ ਲਿਖੇ ਨੇ ਔਰ ਜ਼ਿਆਦਾਤਰ ਅੱਜ ਵੀ ਮੋਸਟਲੀ ਜਿਹੜੇ ਮੈਸੇਜ ਨੇ ਉਹ ਫਤਿਹ ਦੇ ਮੈਸੇਜ ਨੇ ਜਾਂ ਖਾਲਸਾ ਜਿੰਦਾਬਾਦ ਦੇ ਮੈਸੇਜ ਨੇ ਔਰ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਸਾਨੂੰ ਫਤਿਹ ਬੁਲਾਉਂਦੇ ਨੀਯਮ ਉੱਲਾਹ ਜੀ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ ਐਂਡ ਇੰਦਰ ਸਿੰਘ ਸੰਦੂ ਜੀ ਖਾਲਸਾ ਜਿੰਦਾਬਾਦ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਨੇ ਰੱਬ ਦਾ ਸ਼ੁਕਰ ਆ ਅੱਜ ਫੇਰ ਪਹਿਲਾਂ ਲਾਈਕ ਕਮੈਂਟ ਤੇ ਸ਼ੇਅਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮੈਨੂੰ ਨਹੀਂ ਸਾਡੇ ਵੱਲੋਂ ਤੁਹਾਡਾ ਸ਼ੁਕਰੀਆ ਜੀ ਤੁਸੀਂ ਸਭ ਤੋਂ ਪਹਿਲਾਂ ਆਏ ਬਿਲਕੁਲ ਐਂਡ ਇਸੇ ਤਰ੍ਹਾਂ ਕਸ਼ਮੀਰ ਵਰਕ ਖਾਲਸਾ ਜਿੰਦਾਬਾਦ ਜਸਬੀਰ ਸਿੰਘ ਫਤਿਹ ਬਲੰਦੇ ਨਿਰਮਲ ਬੈਂਸ ਜੀ ਖਾਲਸਾ ਜਿੰਦਾਬਾਦ ਜਸਪੀਰ ਬਰਾਜ ਜੀ ਫਤਿਹ ਬੁਲਾਉਂਦੇ ਨੇ ਐਂਡ ਨਾਲ ਖਾਲਸਾ ਜਿੰਦਾਬਾਦ ਕਹਿੰਦੇ ਨੇ ਖਾਲਸਾ ਦੇ ਪੰਜਾਬ ਵਾਇਗ ਜੀ ਦਾ ਖਾਲਸਾ ਵਾਇਗ ਜੀ ਦੀ ਫਤਿਹ ਕਿਰਪਾ ਕਰਨ ਦੇਸ਼ ਪੰਜਾਬ ਤੇ ਤੇ ਸਿੱਖ ਕੌਮ ਦੇ ਉੱਤੇ ਵਾਇਗ ਜੀ ਖਾਲਸਾ ਵਾਇਗ ਜੀ ਦੀ ਫਤਿਹ ਅਨੰਦ ਕਹਿਆ ਗੁਰਪ੍ਰੀਤ ਸਿੰਘ ਜੀ ਕਿੰਕਾਰ ਵਾਇਗਰੋ ਚਰਦੀ ਕਲਾ ਹੋਵੇ ਅਵਤਾਰ ਸਿੰਘ ਵੀ ਫਤਿਹ ਬੁਲਾਉਂਦੇ ਨੇ ਬੰਦਾ ਸਿੰਘ ਖਾਲਸਾ ਜਿੰਦਾਬਾਦ ਅਵਤਾਰ ਸਿੰਘ 1 ਐਂਡ ਓਨਲੀ ਸੋਲੂਸ਼ਨ ਪੰਜਾਬ ਰੈਫਰੰਡਮ ਪੰਜਾਬ ਫਰੀडम ਅਵਤਾਰ ਸਿੰਘ ਖਾਲਸਾ ਜਿੰਦਾਬਾਦ ਜੀ ਸੂਰਤੀਆ ਜੀ ਖਾਲਸਾ ਜਿੰਦਾਬਾਟੀਵੀ ਰਿਪੋਰਟ ਜਿੰਦਾਬਾਦ ਕੰਦੇ ਨੇ ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਜੀਤ ਸੂਰਤਿਆ ਜੀ ਭਾਈ ਸਤਵੰਦ ਸਿੰਘ ਭਾਈ ਬੀਨ ਸਿੰਘ ਜੀ ਨੂੰ ਕੋਟ ਕੋਟ ਪਰ ਨਾਮ ਐਂਡ ਇਸੇ ਤਰ੍ਹਾਂ ਦਵਿੰਦਰ ਮਲਤਾਨੀ ਜੀ ਖਾਲਸਾ ਓਨਲੀ ਸੋਲੂਸ਼ਨ ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ ਜਗਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਫਿਰ ਇਸੇ ਤਰ੍ਹਾਂ ਮੈਸੇਜ ਆ ਗਿਆ ਆਸ ਦੀਪ ਸਿੰਘ ਭਾਈ ਲਿਖਦੇ ਨੇ ਕਿ ਸਾਨੂੰ ਇੰਦਰਾ ਦਾ ਹਲਵਿਨ ਬਣਾ ਕੇ ਵੀਡੀਓ ਵੀਡੀਓ ਬਣਾ ਕੇ ਕਹਿੰਦੇ ਵਾਇਰ ਕਰਨੀ ਚਾਹੀਦੀ ਹੈ ਜੀ ਗੋਵਿੰਦਰ ਸਿੰਘ ਜੀ ਕਹਿੰਦੇ ਨੇ ਕਿ 150000 ਸ਼ਹੀਦ ਸਿੰਘਾਂ ਨੂੰ ਪ੍ਰਣਾਮ ਨਾਓ ਵੀ ਸ਼ੁੱਡ ਡੂ ਆਵਰ ਡਿਊਟੀ ਟੂ ਲਿਬਰੇਟ ਖਾਲਸਾਣ ਖਾਲਸਾਣ ਜ਼ਿੰਦਾਬਾਦ ਐਂਡ ਦਵਿੰਦਰ ਸੰਧੂ ਜੀ ਕਹਿੰਦੇ ਨੇ ਪ੍ਰਣਾਮ ਸ਼ਹੀਦਾਂ ਨੂੰ ਭਾਈ ਬੀਨ ਸਿੰਘ ਭਾਈ ਸਤਪੰਨ ਸਿੰਘ ਅਤੇ ਭਾਈ ਕੇਰ ਸਿੰਘ ਨੂੰ ਕੋਟ ਕੋਟ ਪ੍ਰਣਾਮ ਗੁਰਮੁਖ ਸਿੰਘ ਗੁਰਮੁਖ ਸਿੰਘ ਟੀਵੀ 4 ਦੀ ਟੀਮ ਨੂੰ ਫਤਿਹ ਬੁਲਾਂਦੇ ਨੇ ਔਰ ਖਾਲਸਾਣ ਜ਼ਿੰਦਾਬਾਦ ਕਹਿੰਦੇ ਨੇ ਔਰ ਤੁਹਾਨੂੰ ਵੀ ਤੇ ਮੈਨੂੰ ਵੀ ਫਤਿਹ ਬੁਲਾਂਦੇ ਨੇ ਗੁਰਦੀਪ ਕੋਰ ਪੰਜਾਬ ਹਲ ਖਾਲਸਤਾਨ ਜੋਰਾ ਰਾਏ ਕਹਿੰਦੇ ਭਾਈ ਕੇਰ ਸਿੰਘ ਨੂੰ ਕਿਸ ਬੇਕੂਫ ਜੱਜ ਨੇ ਫਾਂਸੀ ਦਿੱਤੀ ਫਾਂਸੀ ਦੀ ਸਜ਼ਾ ਦਿੱਤੀ ਸੀ ਤਾਂ ਜੁਡੀਸ਼ੀਅਲ ਮਰਡਰ ਸੀ ਹਾਂਜੀ ਭਾਈ ਕੇਰ ਸਿੰਘ ਮਨਜੀਤ ਸਿੰਘ ਮਟਾਰੋ ਜੀ ਕਹਿੰਦੇ ਦੇਖੋ ਪੰਜਾਬ ਦਾ ਸਿੱਧੀ ਪੰਜਾਬ ਦੀ ਸਿੱਧੀ ਬੋਲੀ ਚ ਕਹਿਣਾ ਨਾ ਜੂੜਾ ਨਾ ਨਾ ਗੋਤ ਨਾ ਧੀ ਨਾ ਜਵਾਈ ਰੰਡੀ ਗੋਲੀਆਂ ਨਾਲ ਉਡਾਈ ਬੁੱਜੋ ਕੌਣ ਇੰਦਰਾ ਗਾਂਧੀ ਹੀ ਕਾਲ ਵੀਰ ਨੇ ਲਿਖਿਆ ਸੀ ਹਾਂਜੀ ਇੱਕ ਸਾਡੇ ਵੀਰ ਨਿਯੰਗ ਸਿੰਘ ਉਹਨਾਂ ਨੇ ਲਿਖਿਆ ਵੀ ਜਿਹੜਾ ਵਕੀਲ ਦਾਸ ਸੀ ਜ਼ਿਕਰ ਕੀਤਾ ਸੋਢੀ ਉਹਦਾ ਫਰਸਟ ਨੇਮ ਰਜਿੰਦਰ ਸਿੰਘ ਸੋਢੀ ਉਹਦਾ ਪੂਰਾ ਨਾਮ ਸੀ ਮੈਂ ਹੁਣ ਤੁਹਾਡੇ ਤੋਂ ਮਾਈਕ ਲੈਣ ਆ ਭੈਣ ਜੀ ਕਰਨਜੀਤ ਕੌਰ ਉਹਨਾਂ ਨੇ ਇੱਕ ਬੜਾ ਖੂਬਸੂਰਤ ਇੱਕ ਸ਼ੇਅਰ ਦੇ ਵਿੱਚ ਜਿਹੜਾ ਸਾਡਾ ਲਾਸਟ ਟਾਪਿਕ ਹੈ ਕਿ ਕਿਵੇਂ ਪਾਣੀਆਂ ਦੇ ਮੁੱਦੇ ਨੂੰ ਸਾਈਡ ਰੈਕ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ यूं ਹੀ ਇੱਕ ਛੋਟੀ ਸੀ ਬਾਤ 'ਤੇ ਤਾਲੂਕਾਤ ਪੁਰਾਣੇ ਵਿਗੜ ਗਏ ਮੁੱਦਾ ਇਹ ਥਾ ਕਿ ਸਹੀ ਕੀਆ ਪਰ ਉਹ ਸਹੀ ਕੌਣ ਮੇ ਉਲਝ ਗਏ ਕਿ ਭਾਈ ਪੰਜਾਬ ਦਾ ਮੁੱਦਾ ਨਹੀਂ ਥਾਂ ਤੇ ਕੋ ਹੋਰੇ ਜਿਹੜਾ ਉਸ ਪਾਸੇ ਉਲਝਾ ਲਏ ਅੰਚਾ ਔਰ ਬਹੁਤ ਬਹੁਤ ਸ਼ੁਕਰੀਆ ਪਹਿਨ ਜੀ ਕਰੇਗਾ ਰਾਜ ਖਾਲਸਾ ਖਾਲਸਤਾਨ ਜ਼ਿੰਦਾਬਾਦ ਕਿ ਕਮਲ ਸਿੰਘ ਲਿਖਦੇ ਨੇ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਆਰਐਸਐਸ ਤੇ ਰਾਸ਼ਟਰੀ ਸਿੱਖ ਸੰਗਤ ਦਾ ਨਾਂ ਲੈ ਕੇ ਸਿੱਖ ਵਿਰੋਧੀ ਗਰਦਾਨੀਆਂ ਹੋਵੇ ਜਿਵੇਂ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਦੋ ਤਖਤਾਂ ਤੇ ਭਾਜਪਾ ਦਾ ਕਬਜ਼ਾ ਹੋ ਗਿਆ ਤੇ ਹਰਿਆਣਾ ਕਮੇਟੀ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਬੰਦੇ ਕਾਬਜ਼ ਹਨ ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਤੁਹਾਨੂੰ ਇਹ ਤੁਰੰਦਰੋਂ ਅਹਿਸਾਸ ਹੀ ਹੋ ਜਾਏ ਇਹ ਵੀ ਮੰਨ ਲਓ ਕਿ ਇਹ ਸਭ ਮੇਰੇ ਪਿਤਾ ਸਮਾਨ ਪਿਤਾ ਦੇ ਹੀ ਦੇਣ ਹੈ ਤਾਂ ਕਿ ਸਿੱਖ ਕੌਮ ਦਾ ਨੁਕਸਾਨ ਹੋਣੋਂ ਘਟ ਜਾਓ ਪਰ ਦਿੱਲੀ ਵਾਲਿਆਂ ਨੂੰ ਵੀ ਪਤਾ ਹੈ ਕਿ ਇਹ ਘੜੇ ਦੀ ਮੱਛੀ ਹਨ ਨਹੀਂ ਤਾਂ ਹੋਰ ਕੋਈ ਜਦ ਇਸ ਤਰ੍ਹਾਂ ਦੀ ਲਾਈਨ ਲੈਣ ਲੱਗਦਾ ਹੈ ਤਾਂ ਕੋਈ ਨਾ ਕੋਈ ਪਰਚੇ ਵਿੱਚ ਫਸਾ ਦਿੱਤਾ ਜਾਂਦਾ ਹੈ ਇਹਨਾਂ ਦੀ سنجਿਦਗੀ ਵੀ ਇੱਥੋਂ ਹੀ ਪਤਾ ਲੱਗਦੀ ਹੈ ਤੁਸੀਂ ਕਮਲ ਸਿੰਘ ਜੀ ਬਿਲਕੁਲ ਠੀਕ ਫਰਮਾਇਆ ਅੱਛਾ ਇਹ ਤਾਂ ਕਾਲ ਦੀ ਡੀਕ ਕਰ ਰਹੇ ਨੇ ਕਿ ਅਮਿਤ ਸ਼ਾਹ ਕਦੋਂ ਕਹਿ ਕੇ ਜੀ ਆ ਜਾਓ ਨਾਲ ਸਾਡੇ ਤੇ ਹੁਣ ਤੁਸੀਂ ਭਾਵੇਂ ਛੋਟੇ ਭਰਾ ਬਣ ਕੇ ਆਓ ਵੀ ਵੱਡਾ ਸਾਡਾ ਇਹ ਉਹਦੇ ਲਈ ਵੀ ਮੰਨਣ ਨੂੰ ਤਿਆਰ ਹੋਣ ਬਿਲਕੁਲ ਔਰ ਦਲਜੀਤ ਸਿੰਘ ਆਨੰਦ ਨੇ 31 ਅਕਤੂਬਰ ਨੂੰ ਇੰਦਰਾ ਮਾਤ ਦੀ ਗੱਡੀ ਚਾੜੀ ਸਿੰਘਾਂ ਨਾਲ ਗੋਲੀਆਂ ਰਾੜੀ ਹਮ ਬਾਬ ਸਿੰਘ ਉਹਨਾਂ ਨੇ ਸੁੱਚੀ ਟੀਮ ਨੂੰ ਫਤਿਹ ਬੁਲਾਈ ਹੈ ਫਿਰ ਗੁਰਫਤੇ ਜੇ ਮੇਰੀ ਸਟੇਨ ਮਿਸ ਹੋ ਗਏ ਤਾਂ ਮੇਰੇ ਹੱਥ ਬੜੇ ਲੰਮੇ ਮੈਂ ਰਗਾਂ ਕੁੱਟ ਕੇ ਹੀ ਮਾਰ ਦਿਆਂਗਾ ਭਾਈ ਸਤਵੰਤ ਸਿੰਘ ਅਗਵਾਨ ਆ ਹੁੰਦੀ ਹੈ ਦਲੇਰੀ ਹਮ ਇਹ ਨੇ ਸਾਡੇ ਹੀਰੇ ਮੈਂ ਕੌਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬਹੁਤ ਗਿਣਤੀ ਦੇ ਕੋਡੀ ਦੇ ਨਚਾਰ ਗੁਰਦਾਸ ਬੇਈਮਾਨ ਜਾਂ ਦਬੂ ਬੇਈਮਾਨ ਉਹ ਹੀ ਹੀਰੋ ਮੰਨੇ ਜਾਂਦੇ ਨੇ ਜਦੋਂ ਦੁਸ਼ਮਣ ਚੜ ਕੇ ਆਇਆ ਤੇ ਸਾਡੇ ਹੱਥ ਫੜਿਆ ਹਥਿਆਰ ਹੀ ਕੰਮ ਆਉਣੇ ਨਾ ਕਿ ਇਹਨਾਂ ਨਚਾਰਾਂ ਦੇ ਦਿੱਤੇ ਨਾਚ ਨੇ ਫੈਸਲਾ ਕੌਮ ਨੇ ਕਰਨੇ ਸਾਡਾ ਕਹਿਣਾ ਫਰਜ਼ ਹੈ ਬੌਪਸਨ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਦਵਿੰਦਰ ਸੰਧੂ ਪ੍ਰਭਦੇਵਾਲ ਸਿੰਘ ਕੋਕਰਾ ਸਿੰਘ ਜਿਨ੍ਹਾਂ ਨੇ ਪ੍ਰਣਾਮ ਸ਼ਹੀਦਾਂ ਨੂੰ ਕਿਹ ਖਾਲਸਾ ਰਾਜ ਕਰੇਗਾ ਸਿੰਘਾਂ ਨੇ ਦੁਰਗਾ ਦਾ ਸਰਬਨਾਸ਼ ਕਰ ਦਿੱਤਾ ਹੁਣ ਕਦੇ ਵੀ ਅਵਤਾਰ ਨਹੀਂ ਧਾਰੇਗੀ ਆਵਾਜ਼ ਪਾਈ ਨੇ ਕਿ ਦੁਰਗਾ ਦਾ ਅਵਤਾਰ ਉਹਨਾਂ ਨੇ ਕਿਹਾ ਜੀ ਐਂਡ ਕਰਤਾ ਹੈ ਇਹ ਅਵਤਾਰ ਖਤਮ ਕਰਤਾ ਹਾਂ ਜੀ ਔਰ ਦੁਜੀਤ ਸਿੰਘ ਦੀਪ ਸਿੰਘ ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈਆ ਦੀਪ ਸਿੰਘ ਨੇ ਕਿਹਾ ਕਿ ਲੱਖੇ ਸੁਧਾਣੇ ਦਾ ਪਿੰਡ ਪੁਲਿਸ ਚੌਣੀ ਬਣਿਆ ਹਾਂ ਰਾਜਵਿੰਦਰ ਸਿੰਘ ਆਨਡ ਸੋ ਬਾਏ ਡੋਟ ਅੰਡਰਸਟੈਂਡ ਹਾਊ ਥੀਸ ਪੀਪਲ ਕਲੇਮਿੰਗ ਟੂ ਬੀ ਪ੍ਰੋ ਲਾਈਫ ਕੈਨ ਸਾਈਲੈਂਟਲੀ ਸੀ ਥਿਸ ਹੈਪਨਿੰਗ ਐਂਡ ਡੂ ਨਥਿੰਗ ਰਾਜਵਿੰਦਰ ਸਿੰਘ ਜੀ ਇਹ ਹੀ ਨਹੀਂ ਕਿ ਵੀ ਸਾਈਲੈਂਟਲੀ ਕਰ ਰਹੇ ਨੇ ਹਥਿਆਰ ਦੇ ਰਹੇ ਨੇ ਪੈਸੇ ਦੇ ਰਹੇ ਨੇ 12 ਮਿਲੀਅਨ ਉਹ ਜਿਹੜਾ ਐਂਟੋਨੀਓ ਬਲਿੰਕਨ ਲੈਂਡ ਦੇ ਲਈ ਉਹਦੀ ਹੀਰਿੰਗ ਸੀ ਜਿੱਥੇ ਲੋਕਾਂ ਨੇ ਜਾ ਕੇ ਫਿਰ ਰੋਧ ਕੀਤਾ ਔਰ ਉਹਨੂੰ ਰੋਕਿਆ ਉਸ ਦੀ ਕਾਰਵਾਈ ਨੂੰ ਸੈਨੇਟ ਦੀ ਪੈਸੇ ਤਾਂ ਇਹਨਾਂ ਨੇ ਦੇਣੇ ਨੇ ਹਾਂ ਦਵਿੰਦਰ ਸੰਧੂ ਕਹਿੰਦੇ ਨੇ ਜਾਤ ਦੀ ਕੋੜ ਕਿ ਰਲਿਸ਼ ਤੀਰੀਆਂ ਨੂੰ ਜੱਫੇ ਫਿਰ ਵੀਰ ਬອບ ਸਿੰਘ ਰਖਤਨ ਅਸਲਾਮ ਭਾਈ ਬਿਆਨ ਸਿੰਘ ਨੂੰ ਸਲਾਮ ਭਾਈ ਸਤਵੰਤ ਸਿੰਘ ਨੂੰ ਅੱਜ ਸਿਜਦਾ ਉਹ ਸਰਕਾਰੀ ਰਿਵਾਲਵਰ ਅਤੇ ਭਾਈ ਸਤਵੰਤ ਸਿੰਘ ਦੀ ਸਰਕਾਰੀ ਕਾਰਬਾਈਨ ਨੂੰ ਜਿਹਨੇ ਵਕਤ ਸਿਰ ਸਾਹ ਦਿੱਤਾ ਸਟ੍ਰੈਚਰ ਤੇ ਪਾਇ ਸਤਵੰਤ ਸਿੰਘ ਨੇ ਪੰਜਾਬੀ ਵਿੱਚ ਗਰਜ ਕੇ ਕਿਹਾ ਸ਼ੇਰਾਂ ਵਾਲਾ ਕੰਮ ਕਰ ਦਿੱਤਾ ਮੈਂ ਉਹਨੂੰ ਮਾਰ ਦਿੱਤਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਭਾਈ ਸਤਵੰਤ ਸਿੰਘ ਨੂੰ ਲਾਲ ਕਿਲੇ ਵਾਲੇ ਬੁਚੜਖਾਨੇ ਲੈ ਜਾ ਕੇ ਭਿਆਨਕ ਤਸੀਹੇ ਦਿੱਤੇ ਗਏ ਹਕੂਮਤ ਸੋਚਦੀ ਸੀ ਕਿ ਉਹਨਾਂ ਨੇ ਇਹ ਕੰਮ ਪੈਸੇ ਲਈ ਕੀਤਾ ਹੈ ब्राह्मणवादी दिमाग की जाने कि अणख भी कोई चीज हुंदी है हुकूमत इंदिरा ਦੇ ਕਤਲ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਫਾਇਲ ਹੋਣਾ ਚਾਹੁੰਦੀ ਸੀ ਪਰ ਭਾਈ ਸਤਵੰਤ ਸਿੰਘ ਨੇ ਕਿਹਾ ਕਿ ਅਸੀਂ ਇਹ ਕੰਮ ਆਪ ਹੀ ਕੀਤਾ ਸਿੱਖ ਇਤਿਹਾਸ ਵਿੱਚ ਹਰਮੰਦਰ ਸਾਹਿਬ ਦੀ ਬੇਦਵੀ ਕਰਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਨੇ 153ਵਾਂ ਦਿਨ ਨਹੀਂ ਟੱਪਣ ਦਿੱਤਾ ਇਹਨਾਂ ਸੂਰਮਿਆਂ ਨੇ 1984 ਵਿੱਚ 153ਵਾਂ ਦਿਨ ਦਾ 9ਵੇਂ ਵਾਰ ਹੁਕਮ ਪਹੁੰਚਾਇਆ ਸ਼ਹੀਦਾਂ ਨੂੰ ਕੋਟ ਕੋਟ ਪਰ ਬਹੁਤ ਬਹੁਤ ਸ਼ੁਕਰੀਆ ਬਾਬਸਨ ਜੀ ਕੋਹਾਰਕਾ ਸਿੰਘ ਲਿਖਦੇ ਨੇ ਤੁਹਾਨੂੰ ਵੀ ਉਹਨਾਂ ਨੇ ਐਡਰੈਸ ਕੀਤਾ ਕਿ ਫਤਿਹ ਬੁਲਾ ਕੇ ਹਾਂ ਕਿ 1 2 3 ਜੂਨ ਨੂੰ ਯਾਦ ਕਰਦਿਆਂ ਇੱਕ ਹੀ ਅਰਦਾਸ ਹੈ ਵਾਹਿਗੁਰੂ ਸਿੱਖ ਕੌਮ ਨੂੰ ਆਪਣੇ ਘਰ ਦੀ ਬਖਸ਼ਿਸ਼ ਦਿੱਤੀ ਕਰਨ ਤੁਸੀਂ ਬਿਲਕੁਲ ਠੀਕ ਫਰਮਾਇਆ ਇੱਕੋ ਹੀ ਗੱਲ ਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਅੱਜ ਮਿਲੇ ਸ਼ਤਰੂ ਤੇ ਸਭ ਹੋਵੇ ਮਿਤਾ ਮੀਰ ਕ੍ਰਿਪਾਲ ਸਿੰਘ ਲਿਖਦਾ ਹੈ ਨੇ ਸਪੇਨ ਤੋਂ ਤਖਤ ਅਕਾਲ ਟੋ ਆ ਕੇ ਮਾਵਾਂ ਦੇ ਪੁੱਤ ਮਰਵਾ ਕੇ ਦਸ ਕਿਵੇਂ ਬਚੀ ਰਹੇਗੀ ਸ਼ੇਰਾਂ ਨਾਲ ਪੰਜਾ ਲੜਾ ਕੇ ਅਸੀਂ ਰੋਜ਼ ਰੋਜ਼ ਦਾ ਮਕੌਣਾ ਏ ਪਵਾੜਾ ਨਹੀਂ ਸਾਨੂੰ ਜਾਨੋਂ ਵੱਧ ਕੇ ਹਰ ਮੰਦਰ ਪਿਆਰਾ ਨਹੀਂ ਬਿਆਨਤ ਸਿੰਘ ਪਰ ਕੇ ਪਿਸਤੌਲ ਪੂਰੇ ਘਰ ਕੇ ਪਿਸਤੌਲ ਪੂਰੇ ਜੋਸ਼ ਅੰਦਰ ਇੰਦਰਾ ਮਾਰ ਕੇ ਛੱਡਿਆ ਜਕਾਰਾ ਨਹੀਂ ਸਾਨੂੰ ਜ਼ਿੰਦਗੀ ਤੋਂ ਵੱਧ ਕੇ ਹਰਮੰਦਰ ਪਿਆਰਾ ਨਹੀਂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੋਬ ਸਿੰਘ ਉਹਨਾਂ ਦਾ ਇੱਕ ਹੋਰ ਮੈਸੇਜ ਹੈ ਉਹ ਕਾਫੀ ਦਿਨਾਂ ਬਾਅਦ ਆਏ ਨੇ ਇਸ ਲਈ ਅਸੀਂ ਸਾਰੇ ਮੈਸੇਜ ਉਹਨਾਂ ਦੇ ਐਂਟਰਟੇਨ ਵੀ ਕਰਦੇ ਹਾਂ ਅੱਛਾ ਹਾਲਾ ਸਾਡਾ ਇਹ ਹੁੰਦਾ ਵੀ ਸਾਰਿਆਂ ਨੂੰ ਜੇ ਅਸੀਂ ਅਕਮੋਡੀਟ ਕਰਨਾ ਤੇ ਇੱਕ ਸਾਲਿਡ ਮੈਸੇਜ ਹੋਏ ਪਰ ਅੱਜ ਦਿਨ ਵੀ ਐਸਾ ਜ਼ਜ਼ਬਾਤ ਨੇ ਔਰ ਅਸਲ ਵਿੱਚ ਜ਼ਜ਼ਬਾਤਾਂ ਦੇ ਪ੍ਰਵਾਹ ਨੂੰ ਅੱਗੇ ਪਹੁੰਚਾਉਣਾ ਚਾਹੁੰਦੇ ਪਰ ਉਹਨਾਂ ਨੇ ਲਿਖਿਆ ਕਿ ਗੱਲ ਅੱਗੇ ਵੀ ਸੁਣੀ ਹੋਈ ਹੈ ਪਰ ਅੱਜ ਸਵੇਰੇ ਫੇਸਬੁਕ ਤੇ ਲਿਖੀ ਵੇਖੀ ਚਿਤ ਕੀਤਾ ਕਿ ਸਾਂਝੀ ਕਰਾਂ ਕਹਿੰਦਾ ਨੇ ਉਹਨਾਂ ਹੀ ਦਿਨ ਇੱਕ ਬਾਜ਼ ਦਿੱਲੀ ਉੱਡਿਆ ਫਿਰਦਾ ਆਮ ਹੀ ਨਜ਼ਰੀ ਪੈ ਜਾਂਦਾ ਸੀ ਬੰਗਲਾ ਸਾਹਿਬ ਤੋਂ ਕਾਫੀ ਸੰਗਤਵਰ ਨੂੰ ਦੇਖਿਆ ਗਿਆ ਕੁਝ ਦਿਨਾਂ ਬਾਅਦ ਉਹ ਭਾਈ ਕੇਰ ਸਿੰਘ ਹੋਰਾਂ ਦੇ ਕੁਆਰਟਰਾਂ ਤੇ ਆ ਕੇ ਬੈਠਣ ਲੱਗਾ ਭਾਈ ਬਿਆਨ ਸਿੰਘ ਇੱਕ ਦਿਨ ਇੱਧਰ ਆਏ ਤਾਂ ਭਾਈ ਕੇਰ ਸਿੰਘ ਨੇ ਆਵਾਜ਼ ਮਾਰੀ ਉਹ ਠੀਕ ਨਹੀਂ ਸਨ ਸੋ ਕਹਿਣ ਲੱਗੇ ਸਵੇਰੇ ਮਿਲਦਾ ਹ ਭਾਈ ਕੇਰ ਸਿੰਘ ਬੋਲੇ ਤੈਨੂੰ ਕੋਈ ਸੁਨਿਆ ਨਹੀਂ ਮਿਲਿਆ ਕਿਹੜਾ ਸੁਨਿਆ ਭਾਈ ਬਿਆਨ ਸਿੰਘ ਨੇ ਪੁੱਛਿਆ ਕੋਈ ਬਾਜ ਨਹੀਂ ਦੱਸਿਆ ਹਾਂ ਇੱਕ ਬਾਜ ਦੱਸਦਾ ਤਾਂ ਹੈ ਫਿਰ ਉਹ ਸੁਨਿਆ ਹੀ ਹੈ ਮਹਾਰਾਜ ਦਾ ਭਾਈ ਕੇਰ ਸਿੰਘ ਨੇ ਕਿਹਾ ਪਰ ਭਾਈ ਬਿਆਨ ਸਿੰਘ ਗੱਲ ਅਣਗੌਲੀ ਕਰਕੇ ਚਲੇ ਗਏ ਕੁਝ ਦਿਨਾਂ ਬਾਅਦ ਪਾਈ ਬਿਆਨ ਸਿੰਘ ਅਕਾਲ ਤਖਤ ਸਾਹਿਬ ਆਏ ਬਾਜ ਉਹਨਾਂ ਨੂੰ ਠੱਠੇ ਗੁੰਬਦ ਤੇ ਬੈਠਾ ਵੀ ਦੱਸਿਆ ਵਾਪਸ ਜਾ ਕੇ ਉਹ ਬੇਚੈਨ ਰਹਿਣ ਲੱਗੇ ਜਦ ਉਹਨਾਂ ਨੂੰ ਬਾਜ ਦੇ ਸੁਪਨੇ ਵੀ ਆਏ ਤਾਂ ਉਹ ਪਾਈ ਕੇਰਸ ਨੂੰ ਕਹਿਣ ਲੱਗੇ ਫੁੱਫੜ ਜੀ ਕਿਉਂ ਦਿਸ ਰਿਹਾ ਮੈਨੂੰ ਇਹ ਬਾਜ ਕੋਈ ਸੁਨੇਹਾ ਲੈ ਕੇ ਆਇਆ ਸੱਚੇ ਬਾਦਸ਼ਾਹ ਦਾ ਪਾਈ ਸਾਹਿਬ ਨੇ ਜਵਾਬ ਦਿੱਤਾ ਇੱਕ ਦਿਨ ਜਦ ਬਾਜ ਪਾਈ ਬਿਆਨ ਸਿੰਘ ਵੱਲ ਵੇਖ ਰਿਹਾ ਸੀ ਉਹ ਬੋਲੇ ਜੇ ਬਾਜ਼ ਸਤਮੁਝ ਮਹਾਰਾਜ ਨੇ ਭੇਜਿਆ ਤੇ ਮੇਰੀ ਬਾਤ ਆ ਕੇ ਬੈਠ ਜਾਏ ਤੇ ਬਾਜ਼ ਚੱਟ ਉੱਡ ਕੇ ਭਾਈ ਬਿਆਨ ਸਿੰਘ ਦੀ ਬਾਹ ਤੇ ਬੈਠ ਗਿਆ ਉਹਨਾਂ ਜਾ ਕੇ ਭਾਈ ਸਤਵੰਦ ਸਿੰਘ ਨਾਲ ਗੱਲ ਕੀਤੀ ਕਿ ਜਾਨ ਲੇਖੇ ਲਾਉਣ ਦਾ ਵੇੜਾ ਆ ਚੁੱਕਾ ਆਣ ਚੁੱਕਾ ਆਣ ਟੁੱਕਾ ਹੈ ਸਤਮੁਝ ਬਾਜ਼ ਉਹਨਾਂ ਤੇ ਨਾ ਸੂਰਮਿਆਂ ਦੀ ਸ਼ਹਾਦਤ ਦਾ ਸੁਨੇਹਾ ਲੈ ਕੇ ਆਇਆ ਸੀ ਵੈਸੇ ਜਿਹੜਾ ਉਹਨਾਂ ਨੇ ਵਾਕਿਆ ਕਿਹਾ ਇਹ इवन ਜਿਹੜੀ ਐਫ ਆਈ ਆਰ ਹੈ ਔਰ ਜਦੋਂ ਇੱਕ ਹੋਰ ਸਬ ਇਨਸਪੈਕਟਰ ਬਰਬੀਰ ਸਿੰਘ ਜਿਨ੍ਹਾਂ ਨੂੰ ਪਹਿਲੇ ਸੈਸ਼ਨ ਕੋਰਟ ਨੇ ਸਜ਼ਾ ਮੌਤ ਦਿੱਤੀ ਸੀ ਉਹਨਾਂ ਦੇ ਮੁਤਾਬਕ ਵੀ ਇਹ ਹੈ ਕਿ ਜਿੱਥੇ ਉਹਨਾਂ ਨੇ ਜਦੋਂ ਡਿਊਟੀ ਤੇ ਸਨ ਬਾਜ ਦੇਖਿਆ ਔਰ ਬਾਜ ਦਾ ਇਹ ਸਿਰਫ ਸੁਣੀ ਸੁਣਾਈ ਗੱਲ ਨਹੀਂ ਹੈ ਬਾਜ ਦਾ ਸਿੰਬੋਲਿਜ਼ਮ ਹੈ ਆਪਣੀ ਥਾਪ ਲੇਕਿਨ ਇਹ इवन ਜਿਹੜੀ ਮੇਨ ਐਫ ਆਈ ਆਰ ਹੈ ਇਹਨਾਂ ਦੇ ਖਿਲਾਫ ਉਸ ਦਾ ਵੀ ਇਸਾ ਕ੍ਰਿਪਾਲ ਚੀਮਾ ਸ਼ੇਰ ਦੇ ਪੁੱਤਰ ਸ਼ੇਰ ਨੂੰ ਸ਼ਿਕਾਰੀ ਦਾ ਹੱਥ ਸ਼ੇਰ ਨੂੰ ਸ਼ਿਕਾਰੀ ਦਾ ਜੇ ਹੱਥ ਪੈ ਜਾਵੇ ਕਾਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ ਸੀਨੇ ਵਿੱਚ ਬਦਲੇ ਦੀ ਲਾਟ ਮੱਚ ਗਈ ਰਹੀ ਨਾ ਜੀ ਗੱਲ ਮੇਰੇ ਲਾਲਾਂ ਵਸ ਦੀ ਬਾਗੀ ਮੇਰੇ ਸ਼ੇਰਾਂ ਹਥਿਆਰ ਚੁੱਕ ਲੈ ਪੰਥ ਦੇ ਗद्दार ਥਾਉ ਥਾਈ ਨੱਪ ਲੈ ਪੁੱਤ ਮੇਰੇ ਭੁੱਲ ਦੇ ਨਾ ਕਦੇ ਵੈਰ ਨੂੰ 21 ਸਾਲੀ ਚੁੱਕ ਲੈਂਦੇ ਅਡਵਾਇਰ ਨੂੰ ਸ਼ਹੀਦ ਉਦਮ ਸਿੰਘ ਅਣਖਾਂ ਤੇ ਵਾਰ ਮੇਰੇ ਲਾਲ ਸਹਿੰਦੇ ਨਾ ਬਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ ਕੌਣ ਚੱਲੂ ਚਾਲ ਬਈ ਤੀਰਾਂ ਦੀ ਨੋਕ ਦੀ ਪੰਜੀ ਕੁ ਮਹੀਨੀ ਸਿੰਘਾਂ ਰਾਣੀ ਠੋਕਦੀ ਡਿੱਗਿਆ ਜੋ ਸਾਫਾ ਮੇਰੇ ਸਿਰ ਧਰਤਾ ਜੋਣ ਜੋਗਾ ਸ਼ੇਰਾ ਨੇ ਪੰਜਾਬ ਕਰ ਦਿੱਤਾ ਬਹੁਤ ਸ਼ੁਕਰੀਆ ਕਿਰਪਾ ਚੀਮਾ ਜੀ ਅੱਛਾ ਔਰ ਮੈਂ ਹੁਣ ਕੜੀਵਾਲ ਦੇਖ ਰਿਹਾ ਮੈਂ ਬਾਕੀ ਮੈਸੇਜ ਨਹੀਂ ਲੈ ਪਾਵਾਂਗਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਸਰਾ ਪ੍ਰੈਮੀਅਰ ਸਕਲ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁਲਾ ਸਾਡੇ ਪਤੇ ਤੇ ਐਸਓਐਸਆਰਟੀਵੀਰੀਫੋਰ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀਰੀਫੋਰ ਬੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ